ਬੀ ਮੁੰਡੇ ਸੀਗੇ ਬੀ ਮੁੰਡੇ ਨੇ ਪੂਰੀ ਰਾਤ ਮੈਨਾਂ ਰੇਪ ਕੀਤਾ ਐਂਡ ਸਵੇਰੇ 4-5 ਵਜੇ ਦੇ ਸਰਦੀਆਂ ਦੀ ਗੱਲ ਸੀ ਸਵੇਰੇ 4-5 ਦੇ ਵਿੱਚ ਉਹਨਾਂ ਨੇ ਮੈਨੂੰ ਅ ਅੰਬਾਲਾ ਰੇਲਵੇ ਸਟੇਸ਼ਨ ਕੈਂਟ ਤੇ ਦਿੱਤੀ ਉੱਥੇ ਬਾਹਰ ਛੱਡ ਕੇ ਚਲੇ ਗਏ ਮੈਂ ਕਾਫੀ देर ਉੱਥੇ ਬੈਠੀ ਰਹੀ ਕਿਉਂਕਿ ਮੇਰ ਤੋਂ ਚਲੇ ਨਹੀਂ ਜਾ ਰਹੀ ਸੀਗਾ ਮੇਰੇ ਕੋਲ ਪੈਸੇ ਨਹੀਂ ਸੀਗੇ ਬਸ ਦੇ ਕਿਰਾਏ ਵਾਸਤੇ ਤੇ ਮੈਂ ਕਾਫੀ देर ਉੱਥੇ ਬੈਠੀ ਰਹੀ ਸੋਚ ਬਹੁਤ سارے ਲੋਕ ਗਲਤ ਬੋਲਦੇ ਬਹੁਤ سارے ਲੋਕ ਸਾਡੇ ਨਾਲ ਜਿਹੜੀ ਹੈ ਵਿਤਕਰਾ ਕਰਦੇ ਆਂ बुलिंग कर दें हरैसमेंट कर दें छक्का कहते हैं हिजड़ा कहें तो वहाँ जाके उन्होंने सब लोगों ने मेरे उपर पेशाब कर दिया एक एक करके लोग सब लोग मेरे ऊपर मैं ऐसे बैठी रही सब लोग मेरे उपर पेशाब करते रहे एंड फिर मैं सोचा यार मैं तो पूरे नरक ज मतलब वही मैं एक दिन आ, अपने घर बच्चे मम्मी की साड़ी लैके पंखे च लपेट के अपने आप न सुसाइड करना करने की कोशिश की अठारह सौ इकहत्तर च ਐਕਟ ਬਣਿਆ ਐਂਟੀ ਟ੍ਰਾਈਬਲ ਐਕਟ ਉਹਦੇ ਵਿੱਚ ਸਾਨੂੰ ਕ੍ਰਿਮੀਨਲ ਘੋਸ਼ਿਤ ਕਰ ਦਿੱਤਾ ਗਿਆ ਦੇ ਆਰ ਬੌਰਨ ਕ੍ਰਿਮੀਨਲਸ ਉਸ ਤੋਂ ਬਾਅਦ ਫਿਰ ਸਾਨੂੰ ਜੇਲਾਾਂ 'ਚ ਭਰਿਆ ਗਿਆ ਮਾਰਿਆ ਗਿਆ ਪਿੱਟਿਆ ਗਿਆ ਕੱਪੜੇ ਉਤਾਰ ਕੇ ਇਹਨਾਂ ਲੋਕਾਂ ਤੇ ਸਾਹਮਣੇ ਨੰਗਾ ਕੀਤਾ ਗਿਆ ਟਰਾਂਸ ਜੈਂਡਰ ਕਮਿਊਨਿਟੀ ਹੈ ਉਹ ਸਦੀਆਂ ਤੋਂ ਇੱਕ ਸਮਾਜ ਦਾ ਹਿੱਸਾ ਰਹਿ ਐਨ ਰੈਕੋਗਨਾਈਜ਼ਡ ਕਮਿਊਨਿਟੀ ਰਹੀ ਹੈ ਸਾਡੇ ਤੋਂ ਬਿਨਾ ਕੋਈ ਵੀ ਪੂਜਾ ਸੰਪੂਰਨ ਨਹੀਂ ਹੋ ਹੁੰਦੀ ਸੀਗੀ ਤੇ ਮੈਂ ਇਸੇ ਤਰ੍ਹਾਂ ਪੈਦਾ ਹੋਈ ਹਾਂ ਇਸੇ ਤਰ੍ਹਾਂ ਮਰਨਾ ਹੈ ਔਰ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਆਈ ਏਮ ਅ ਟਰਾਂਸ ਵੂਮੈਨ ਕੀ ਬਾਤ ਹੈ ਜੀ ਜਦੋਂ ਤੇ ਪੌਡਕਾਸਟ ਸ਼ੁਰੂ ਕੀਤੇ ਨੇ ਤੁਹਾਡਾ ਸਾਰਿਆਂ ਦਾ ਪਿਆਰ ਦੇਖ ਕੇ ਜ਼ਿੰਦਗੀ ਦਾ ਬਹੁਤ ਆਨੰਦ ਆ ਰਿਹਾ ਐ ਲੱਗ ਰਿਹਾ ਕਿ ਪੌਡਕਾਸਟਿੰਗ ਬੜੀ ਲੇਟ ਪਰਮਾਤਮਾ ਨੇ ਮੇਰੀ ਝੋਲੀ ਪਾਈ ਹੈ ਪਰ ਚਲੋ ਦੇਰ ਆਏ ਦਰਸਤ ਆਏ ਜਦੋਂ ਦੇ ਪੋਡਕਾਸਟ ਸ਼ੁਰੂ ਕੀਤੇ ਨੇ ਰੋਜ਼ ਨਵਾਂ ਕੁਝ ਸਿੱਖਣ ਨੂੰ ਮਿਲ ਰਿਹਾ ਅੱਜ ਵੀ ਜਿਹੜਾ ਸਾਡਾ ਪੋਡਕਾਸਟ ਹੋਇਆ ਉਹ ਇੱਕ 트랜ਸਜੈਂਡਰ ਨਾਲ ਹੋਇਆ ਅਸੀਂ ਸਮਾਜ 'ਚ ਇਹ ਵਰਡਸ ਸੁਣ ਕੇ ਵੱਡੇ ਹੋਏ ਹਾਂ ਛੱਕਾ ਹਿਜੜਾ ਮਹੰਤ ਤਾਂ ਅੱਜ ਇਹਨਾਂ ਬਾਰੇ ਡਿਟੇਲਡ ਗੱਲਬਾਤ ਕੀਤੀ ਹੈ ਕਿ ਐਲਜੀਬੀਟੀ ਕੀ ਹੁੰਦਾ ਸਾਡੇ ਸਮਾਜ ਦੇ ਵਿੱਚ ਇੱਕ ਪ੍ਰਿਅੰਸ਼ੂ ਨਾਮ ਦਾ ਬੱਚਾ 트랜ਸਜੈਂਡਰ ਸੁਸਾਈਡ ਕਰ ਗਿਆ ਕਿਉਂਕਿ ਲੋਕ ਨੇ ਜਿਹੜੇ ਉਹਦੀ ਆਈਡੀ ਤੇ ਜਾ ਕੇ ਗਲਤ ਕਮੈਂਟ ਕਰਦੇ ਸੀ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਹਰ ਵਿਸ਼ੇ ਬਾਰੇ ਹਰ ਮੁੱਦੇ ਬਾਰੇ ਉਸ ਫੀਲਡ ਦੇ ਏਕਸਪਰਟ ਨਾਲ ਗੱਲਬਾਤ ਸੁਣਨੀ ਚਾਹੀਦੀ ਹੈ ਹਰ ਕਿਸੇ ਦਾ ਪੱਖ ਸੁਣਨਾ ਚਾਹੀਦਾ ਹੈ ਪੱਖ ਸੁਣਨ ਤੋਂ ਬਾਅਦ ਆਪਣਾ ਕਮੈਂਟਾਂ ਦੇ ਵਿੱਚ ਤੁਸੀਂ ਆਪਣਾ ਜਵਾਬ ਰੱਖ ਸਕਦੇ ਹੋ ਬਿਨਾਂ ਗਾਲ ਲਿਖੇ ਤੇ ਬਹੁਤੀ ਦੇਰੀ ਨਾ ਕਰਦੇ ਹੋਏ ਅੱਜ ਤੁਹਾਨੂੰ ਲੈ ਕੇ ਚੱਲਦੇ ਹਾਂ ਸਿੱਧਾ ਸਾਡੇ ਸ਼ੋਅ ਤੇ ਏਕੇ ਟਾਕ ਸ਼ੋਅ ਤੇ ਅੱਜ ਬਹੁਤ ਡਿਟੇਲਡ ਵਿੱਚ ਗੱਲਬਾਤ ਹੋਈ ਹੈ ਮਹੰਤ ਜੀ ਨਾਲ ਭਾਵੇਂ ਤੁਸੀਂ ਇਹਨਾਂ ਨੂੰ 트랜ਸਜੈਂਡਰ ਕਹਿ ਸਕਦੇ ਹੋ ਤੇ ਇੱਕ ਇਹਨਾਂ ਦਾ ਵੀ ਪੱਖ ਸੁਣਨ ਦੀ ਕੋਸ਼ਿਸ਼ ਕਰੀਏ ਤੇ ਆਓ ਚੱਲਦੇ ਹਾਂ ਸਿੱਧਾ ਸਾਡੇ ਏਕੇ ਟਾਕ ਸ਼ੋਅ ਤੇ ਸਤਿ ਸ਼੍ਰੀ ਅਕਾਲ ਜੀ ਇੱਕ ਵਾਰੀ ਫਿਰ ਸਵਾਗਤ ਹੈ ਤੁਹਾਡਾ ਏਕੇ ਟਾਕ ਸ਼ੋਅ ਦੇ ਵਿੱਚ ਅੱਜ ਵਾਲਾ ਜਿਹੜਾ ਟੌਪਿਕ ਹੈ ਬਹੁਤ ਜ਼ਰੂਰੀ ਤੇ ਬਹੁਤ ਐਮ ਟੌਪਿਕ ਹੈ ਇਹਨੂੰ ਬਹੁਤ ਧਿਆਨ ਨਾਲ ਸਮਝਿਓ ਔਰ ਯਕੀਨ ਮੰਨਿਓ ਤੁਹਾਡੇ ਨਾਲ-ਨਾਲ ਮੈਂ ਵੀ ਇਸ ਟੌਪਿਕ ਨੂੰ ਬਹੁਤ ਗਹਿਰਾਈ ਨਾਲ ਸਮਝਣ ਦੀ ਕੋਸ਼ਿਸ਼ ਕਰੂੰਗਾ ਮੇਰਾ ਵੀ ਇਹ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਹੈ ਤੇ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਮੈਂ ਇੰਟਰੋਡਕਸ਼ਨ ਤਾਂ ਪੂਰੀ ਤਿਆਰ ਕੀਤੀ ਸੀ ਵੈਸੇ ਦੇਣ ਲਈ ਪਰ ਮੈਂ ਆਪਣੇ ਗੈਸਟ ਨੂੰ ਹੀ ਮੈਮ ਨੂੰ ਰਿਕੁਐਸਟ ਕਰੂੰਗਾ ਕਿ ਮੈਮ ਤੁਸੀਂ ਪਲੀਜ਼ ਇੱਕ ਬ੍ਰੀਫ ਜੀ ਇੰਟਰੋਡਕਸ਼ਨ ਦੇ ਦਿਓ ਮੇਰਾ ਨਾਮ ਤਨੰਜੇ ਚੋਹਾਨ ਹੈ ਔਰ ਮੈਨੂੰ ਪਿਆਰ ਨਾਲ ਰੇਖਾ ਕਿਹਾ ਜਾਂਦਾ ਘਰੇ ਮੈਂ ਆਈ ਐਮ ਅ ਫਰਸਟ 트랜ਸਜੈਂਡਰ ਸਟੂਡੈਂਟ ਆਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੇਰਾ 2016 ਵਿੱਚ ਐਡਮਿਸ਼ਨ ਹੋਇਆ ਤੇ ਮੈਂ 트랜ਸਜੈਂਡਰ ਵੈਲਫੇਅਰ ਬੋਰਡ ਦੀ ਮੈਂਬਰ ਹੈ ਕਿ ਇੰਟਰ ਪ੍ਰਾਈਡ ਇੰਟਰਨੈਸ਼ਨਲ ਪ੍ਰਾਈਡਸ ਹੁੰਦੀਆਂ ਪੂਰੀ ਦੁਨੀਆ ਚ ਉਹਨਾਂ ਦੀ ਮੈਂਬਰ ਹੈ ਔਰ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੀ ਮੈਂਬਰ ਹੈ ਕਿ ਸਕਸ਼ਮ ਪ੍ਰਕਿਰਤੀ ਵੈਲਫੇਅਰ ਸੁਸਾਇਟੀ ਚੰਡੀਗੜ੍ਹ ਕੈਨਜੀਓ ਹੈ ਜੋ ਕਿ 트랜ਸਜੈਂਡਰ ਕਮਿਊਨਿਟੀ ਵਾਸਤੇ ਕੰਮ ਕਰਦੀ ਹੈ ਉਸ ਦੀ ਮੈਂ ਪ੍ਰੈਜ਼ੀਡੈਂਟ ਹੈ ਕਿ ਸੋ ਇਸੀ ਤਰ੍ਹਾਂ ਬਹੁਤ ਸਾਰੇ ਹੋਰ ਵੀ ਅਧਾਰਿਆਂ ਜਿਨ੍ਹਾਂ ਦੇ ਵਿੱਚ ਮੈਂ ਮੈਂਬਰ ਹੈਗੀ ਹਾਂ ਔਰ ਨਾਟ ਓਨਲੀ 트랜스 ਊਮਨ 트랜스 men ਬਟ ਊਮਨਸ ਐਂਡ ਚਿਲਡਰਨ ਵਾਸਤੇ ਵੀ ਮੈਂ ਕੰਮ ਕਰਦੀ ਕਿਉਂਕਿ ਜਿਹੜੀ ਆਇਡੈਂਟੀਟੀ ਹੈ ਅਸੀਂ ਕਿਸੇ ਦਾ ਜਜ ਨਹੀਂ ਕਰ ਸਕਦੇ ਸਕੂਲ ਵਿੱਚ ਤੇ ਬੱਚਿਆਂ ਦੇ ਵਿੱਚ ਤੋਂ ਸਕੂਲ ਵਿੱਚ ਜਿਹੜੀ ਮੈਂਬਰਸ ਕਮੇਟੀਆਂ ਬਣੀ ਆ ਉਹਦੀ ਵੀ ਮੈਂਬਰ ਹੈਗੀ ਮੈਂ ਸੋ ਬਹੁਤ ਸਾਰੇ ਅਸੀਂ ਕੰਮ ਕਰ ਰਹੇ ਹਾਂ ਚੰਡੀਗੜ੍ਹ ਵਿੱਚ ਨਾ ਕੇਵਲ ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੋਨੋਂ ਸਟੇਟ ਵਿੱਚ ਵੀ ਐ ਤੇ ਮੈਂ ਹਿਮਾਚਲ ਵਿੱਚ ਵੀ ਕਈ ਵਾਰੀ ਗਈ ਹਾਂ ਜੰਮੂ ਕਸ਼ਮੀਰ ਚੇ ਗਈਆਂ ਸੋ ਇਹ ਜਿਹੜੀ ਨਾਰਥਰਨ ਸਟੇਟਸ ਐ ਨਾਰਥ-ਵੈਸਟ ਇਨਾਂ ਵਿੱਚ ਕਾਫੀ ਮੈਂ ਕੰਮ ਕਰ ਰਹੀ ਹਾਂ 트랜ਸ ਜੈਂਡਰ ਨੂੰ ਮੇਨਸਟ੍ਰੀਮ ਵਿੱਚ ਲਿਆਉਣ ਵਾਸਤੇ ਖਾਸ ਕਰਕੇ ਐਜੂਕੇਸ਼ਨ ਵਾਸਤੇ ਮੈਮ ਸਵਾਗਤ ਹੈ ਜੀ ਤੁਹਾਡਾ ਸ਼ੋ ਤੇ ਅੱਜ ਅਸੀਂ ਤੁਹਾਡੇ ਕੋਲ ਬਹੁਤ ਕੁਝ ਪੁੱਛਣਾ ਹੈ ਤੇ ਬਹੁਤ ਧੰਨਵਾਦ ਤੁਸੀਂ ਸਾਨੂੰ ਅੱਜ ਆਪਣਾ ਸਮਾਂ ਦਿੱਤਾ ਹੋ ਸਕਦਾ ਮੈਂ ਵੀ ਕੋਈ ਸਵਾਲ ਰੱਖਣ ਦੇ ਵਿੱਚ ਕੋਈ ਗਲਤੀ ਕਰਦਾ ਤਾਂ ਉਹਦੇ ਲਈ ਪਹਿਲਾਂ ਹੀ ਮੈਂ ਸੌਰੀ ਫੀਲ ਕਰਦਾ ਕਿਉਂਕਿ ਮੇਰਾ ਵੀ ਇਹ ਪਹਿਲਾ ਐਕਸਪੀਰੀਅੰਸ ਹੈ ਮੈਂ ਇਸ ਟਾਪਿਕ ਤੇ ਖੁੱਲ ਕੇ ਗੱਲ ਕਰਨਾ ਚਾਹਨਾ ਛੋਟੇ ਹੁੰਦੇ ਤੋਂ ਸਮਾਜ ਦੇ ਵਿੱਚ ਦੇਖ ਦੇਖ ਕੇ ਵੱਡੇ ਹੋਏ ਆ ਮਹੰਤ ਤੁਸੀਂ ਵੀ ਕਿਹਾ ਜਾਂਦਾ ਸਮਾਜ ਦੇ ਵਿੱਚ ਹਨ ਛੋਟੇ ਹੁੰਦੇ ਤੋਂ ਹੀ ਸੁਣਦੇ ਆਏ ਆ ਦੇਖਦੇ ਆਏ ਕਿ ਜਦੋਂ ਵੀ ਘਰੇ ਕੋਈ ਖੁਸ਼ੀ ਦਾ ਮੌਕਾ ਹੁੰਦਾ ਸ਼ਾਦੀ ਹੁੰਦੀ ਹੈ ਤਾਂ ਘਰੇ ਆਂਦੇ ਨੇ ਤਾ ਅੱਜ ਸਾਰਾ ਕੁਝ ਮੈਂ ਪੁੱਛਣਾ ਕਿ ਐਲਜੀਪੀਟੀ ਕੀ ਹੁੰਦਾ ਹੈ ਟਰਾਂਸਜੈਂਡਰ ਕੀ ਹੁੰਦਾ ਹੈ ਟਰਾਂਸ ਵੂਮਨ ਕੀ ਹੁੰਦਾ ਹੈ ਟਰਾਂਸਜੈਂਡਰ men ਕੀ ਹੁੰਦਾ ਤਾਂ ਆਪਾਂ ਕਿੱਥੋਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਐਲਜੀਪੀਟੀ ਵਰਡ ਜਿਹੜਾ ਬਹੁਤ ਯੂਥ ਸੁਣਦੀ ਹੈ ਐਲਜੀਪੀਟੀ ਕੀ ਮਤਲਬ ਹੁੰਦਾ ਹੈ ਸਾਰਾ ਕੁਝ ਤੁਸੀਂ ਦੇਖੋ ਐਲਜੀਬੀਟੀਆਈਜੀਓ ਪਲੱਸ ਪਲੱਸ ਇੱਕ ਬਹੁਤ ਵੱਡਾ ਇੱਕ ਅੰਬ੍ਰੈਲਾ ਹੈਗਾ ਉਹਦੇ ਵਿੱਚ ਬਹੁਤ ਸਾਰੀ ਕਮਿਊਨਿਟੀਆਂ ਹੈ ਸੈਕਸ਼ੁਅਲਿਟੀ ਉਸਦੇ ਵਿੱਚ ਸੈਕਸ਼ੁਅਲਿਟੀ ਤੇ ਜੈਂਡਰ ਦੋਨੋਂ ਮਿਕਸ ਕੀਤਾ ਗਿਆ ਹੈ सो लेस्बियन एल फॉर लेस्बियन है न लेस्बियन मतलब एक लड़की दूसरी लड़की नो, नो पसंद कर दी या अट्रैक्शन है एंड जी फॉर गे गे मतलब हम एक लड़का दूसरी लड़के पसंद करता या वह अट्रैक्शन है बी फॉर बी स्टैंड फॉर बाइसैक्शुअल ते बाईसैक्सुअल दा मतलब है कि एक इंसान चाहे वो औरत या मर्द हो ਦੋਨੋਂ ਦਾ ਰੁਝਾਨ ਇੱਕ ਔਰਤ ਦਾ ਰੁਝਾਨ ਮਰਦ ਵਾਲ ਵੀ ਹੋ ਸਕਦਾ ਹੈ ਤੇ ਔਰਤ ਵਾਲ ਵੀ ਇਸੇ ਤਰ੍ਹਾਂ ਮਰਦ ਦਾ ਰੁਝਾਨ ਜਿਹੜਾ ਹੈ ਉਹਦਾ ਜਿਹੜਾ ਅਟਰੈਕਸ਼ਨ ਹੈਗੀ ਆ ਉਹ ਔਰਤ ਤੇ ਮਰਦ ਦੋਨੋਂ ਪਾਸੇ ਹੋ ਸਕਦੀ ਹੈ ਸੋ ਬਾਈਸੈਕਸ਼ੁਅਲ ਦੋਨੋਂ ਪਾਸੇ ਐਂਡ ਇਸ ਵਿੱਚ ਖਾਸ ਜੁੜਾ ਹੈਗਾ ਟਰਾਂਸ ਜੈਂਡਰ ਟਰਾਂਸ ਜੈਂਡਰ ਜਿਹੜੀ ਆਇਡੈਂਟਿਟੀ ਐ ਇੱਕ ਪਹਿਚਾਨ ਹੈ ਜਿਹੜੀ ਮੈਂ ਪਹਿਲੇ ਦੱਸੀਆਂ ਐਲਜੀਬੀ ਇਹ ਸੈਕਸ਼ੁਅਲਿਟੀ ਹੈ ਸੈਕਸ਼ੁਅਲਿਟੀ ਮਤਲਬ ਡਾਇਰੈਕਸ਼ਨ ਇੱਕ ਸੇਮ ਸੈਕਸਵਲ ਅਟਰੈਕਟ ਹੋਣਾ ਲੇਕਿਨ ਟੀ ਜਿਹੜਾ ਹੈ ਟਰਾਂਸ ਜੈਂਡਰ ਇਹ ਸਾਰੇ ਸਾਡੇ ਜਿਹੜੇ ਪੂਰੀ ਦੁਨੀਆ ਵਿੱਚ ਇੱਕ ਪਛਾਣ ਦੇ ਰੂਪ ਚ ਹੁਣ ਜਾਣਿਆ ਜਾਂਦਾ ਹੈ ਤੇ ਇੰਡੀਆ ਵਿੱਚ ਖਾਸ ਕਰਕੇ ਇਹ ਸਦੀਆਂ ਤੋਂ ਸਾਡਾ ਸਮਾਜ ਦਾ ਹਿੱਸਾ ਰਿਹਾ ਹੈ ਅਸੀਂ ਲੋਕ ਜਦੋਂ ਤੀ ਮਤਲਬ ਪੂਰੀ ਦੁਨੀਆ ਦੀ ਪਹਿਲੀ ਕਿਤਾਬ ਰਿਗਵੇਦ ਨੂੰ ਮੰਨਿਆ ਜਾਂਦਾ ਹੈ ਤੇ ਰਿਗਵੇਦ ਵਿੱਚ ਸਾਡਾ ਵਰਣਨ ਹੈਗਾ ਇਕ ਸ਼ਲੋਕ ਆਂਦਾ ਵਿਕ੍ਰਿਤਿਮ ਏਵਮ ਪ੍ਰਕ੍ਰਿਤਿਮ ਜੋ ਵਿਕ੍ਰਿਤਿਏ ਉਹ ਵੀ ਪ੍ਰਕ੍ਰਿਤਿ ਹੈ ਸੋ ਵਟ ਸੀਮਸ ਅਨੈਚੁਰਲ ਇਜ਼ ਆਲਸੋ ਨੈਚੁਰਲ ਐਂਡ ਸਾਡੇ ਵਾਸਤੇ ਤ੍ਰਿਤੀਆ ਪ੍ਰਕ੍ਰਿਤੀ ਦਾ ਇੱਕ ਜਿ ਵਰਣਨ ਕੀਤਾ ਗਿਆ ਕਿ ਤੀਸਰੀ ਪ੍ਰਕ੍ਰਿਤੀ ਤੇ ਲੋਕ ਵੀ ਹੁੰਦੇ ਆਂ ਸੋ ਇਹ ਵੈਦਿਕ ਕਾਲ ਤੋਂ ਲੈ ਕੇ ਉਪਨਿਸ਼ਦ ਕਾਲ ਫਿਰ ਆਇਆ ਪੁਰਾਣਿਕ ਕਾਲ ਆਇਆ ਸੋ ਦੇਵਦਾਸੀ ਪ੍ਰਥਾ ਜਦੋਂ ਸ਼ੁਰੂ ਹੋਈ ਉਸ ਉਸ ਵੇਲੇ ਵੀ ਸਾਡਾ ਬੜਾ ਵਰਣਨ ਸੀਗਾ ਅਨ ਉਸ ਤੋਂ ਬਾਅਦ ਭਗਤੀ ਅੰਦੋਲਨ ਸ਼ੁਰੂ ਹੋਇਆ ਭਗਤੀ ਅੰਦੋਲਨ ਤੋਂ ਬਾਅਦ ਨਾਲ-ਨਾਲ ਸੂਫੀਜ਼ਮ ਸ਼ੁਰੂ ਹੋਇਆ ਇਹ ਇਹਨਾਂ ਦੇ ਵਿੱਚ ਸਾਡਾ ਬੜਾ ਇੰਪੋਰਟੈਂਟ ਰੋਲ ਰਿਹਾ ਸੋ 트랜ਸ ਜੈਂਡਰ ਕਮਿਊਨਿਟੀ ਹੈ ਉਹ ਸਦੀਆਂ ਤੋਂ ਇੱਕ ਸਮਾਜ ਦਾ ਹਿੱਸਾ ਰਹਿ ਐਂਡ ਰੈਕੋਗਨਾਈਜ਼ਡ ਕਮਿਊਨਿਟੀ ਰਹੀ ਹੈ ਲੋਕਾਂ ਨੂੰ ਸਾਨੂੰ ਦੇਖ ਕੇ ਮਤਲਬ ਕੋਈ ਜਿਆਦਾ ਨਫ਼ਰਤ ਇੰਡੀਆ ਵਿੱਚ ਮਤਲਬ ਐਕਸੈਪਟੈਂਸ ਜਿਆਦਾ ਰਹੀ ਹੈ ਭਾਵੇਂ ਉਹ ਦਰਵਾਜ਼ੇ ਤੋਂ ਬਾਹਰ ਰਹੀ ਹੈ ਇਕ ਤુલਸੀ ਦੀ ਤਰ੍ਹਾਂ ਜਿਹੜਾ ਇੱਕ ਪੇੜ ਹੁੰਦਾ ਨਾ ਤુલਸੀ ਦਾ ਵੀ ਅਸੀਂ ਦਰਵਾਜ਼ੇ ਤੋਂ ਬਾਹਰ ਰੱਖਦੇ ਹਾਂ ਉਹਨੂੰ ਪੂਜਦੇ ਆ ਅ ਲੇਕਿਨ ਅਸੀਂ ਘਰ ਦੇ ਅੰਦਰ ਨਹੀਂ ਲੈ ਕੇ ਆਉਂਦੇ ਉਹ ਸਿਰਫ ਆਂਗਣ ਵਿੱਚ ਰਹਿੰਦੀ ਹੈ ਜੀ ਉਸੇ ਤਰ੍ਹਾਂ ਟਰਾਂਸ ਜੈਂਡਰ ਕਮਿਊਨਿਟੀ ਹੈ ਉਹਨੂੰ ਐਕਸੈਪਟੈਂਸ ਹੈ ਉਹਨੂੰ ਪੂਜਦੇ ਹਨ ਲੇਕਿਨ ਦਰਵਾਜ਼ੇ ਤੇ ਬਾਹਰ ਘਰ ਦੇ ਅੰਦਰ ਨਹੀਂ ਲੈ ਕੇ ਆਇਆ ਜਾਂਦਾ ਉਹਨਾਂ ਨੂੰ ਕਿਉਂਕਿ ਬਹੁਤ ਸਾਰੀ ਮਾਨਨਾਤਾਂ ਮੈਂ ਹੈਗੀਆਂ ਅਲੱਗ-ਅਲੱਗ ਤਰ੍ਹਾਂ ਦੀ ਅ ਹਰੇਕ ਦੀ ਆਪਣੀ-ਆਪਣੀ ਸੋਚ ਹੈਗੀ ਲੇਕਿਨ ਉਸ ਜਦੋਂ ਅਸੀਂ ਵੈਦਿਕ ਕਾਲ ਜਾਂ ਪੌਰਾਣਿਕ ਕਾਲ ਚ ਜਾਈਏ ਤੇ ਸਾਡਾ ਬੜਾ ਹੀ ਮਹੱਤਵਪੂਰਨ ਰੋਲ ਰਿਹਾ ਹੈ ਮਤਲਬ ਐਂਡ ਜਿਸ ਤਰ੍ਹਾਂ ਸ਼ਿਵ ਦੇ ਦਰਬਾਰ ਭਗਵਾਨ ਸ਼ਿਵ ਦੇ ਦਰਬਾਰ ਚ ਅਸੀਂ ਬੈਠਣ ਵਾਲੇ ਸਭ ਤੋਂ ਪਹਿਲੇ ਪਾਰਸ਼ਦ ਸੀ ਕਿੰਨਰ ਗੰਧਰਵ ਔਰ ਯਕਸ਼ ਸਾਡੇ ਤੋਂ ਬਿਨਾ ਕੋਈ ਵੀ ਪੂਜਾ ਸੰਪੂਰਨ ਨਹੀਂ ਹੁੰਦੀ ਸੀਗੀ ਤੇ ਇਸੀ ਤਰ੍ਹਾਂ ਦੇਵਦਾਸੀ ਪ੍ਰਥਾ ਵਿੱਚ ਵੀ ਅਸੀਂ ਦੇਵਦਾਸੀਆਂ ਬਣ ਕੇ ਮੰਦਰਾਂ 'ਚ ਰਹਿੰਦੇ ਸੀ ਮੰਦਰਾਂ ਦਾ ਰਖ ਰਖਾਵ ਕਰਦੇ ਸੀ ਸੂਫੀਜ਼ਮ 'ਚ ਅਸੀਂ ਜਿਵੇਂ ਜਿਵੇਂ 바ਵਾ ਬੁੱਲੇ ਸ਼ਾ ਆਪਣੇ ਮੁਰਸ਼ਿਦ ਵਾਸਤੇ ਉਹਨਾਂ ਨੇ 12 ਸਾਲ ਤੱਕ ਇੱਕ ਲੜਕੀ ਬਣ ਕੇ ਇੱਕ ਔਰਤ ਬਣ ਕੇ ਰਹੇ ਇਸੇ ਤਰ੍ਹਾਂ ਅਮੀਰ ਖੁਸਰੋ ਸਾਹਿਬ ਕਾਫੀ ਸਾਰੇ ਸੂਫੀਜ਼ਮ 'ਚ ਇੱਕ ਕਾਫੀ ਮਤਲਬ ਇੱਕ ਤਰ੍ਹਾਂ ਦਾ ਵਰਣਨ ਹੈਗਾ ਐਂਡ बाबा बुल्ले शाह ਕਹਿੰਦੇ ਨੀ ਮੈਂ ਰੂਸਿਆ ਯਾਰ ਮਨਾਣਾ ਭਾਵੇਂ ਮੈਨੂੰ ਕੰਜਰੀ ਬਣਨਾ ਪਵੇ ਇਸੇ ਤਰ੍ਹਾਂ ਭਗਤੀ ਅੰਦੋਲਨ ਜੇ ਵੀ ਭਗਵਤ ਗੀਤਾ ਚ ਭਗਵਾਨ ਕ੍ਰਿਸ਼ਨ ਕਹਿੰਦੇ ਕੇਵਲ ਅਹੰ ਪੁਰਸ਼ਮ ਕੇਵਲ ਮੈਂ ਹੀ ਪੁਰਸ਼ ਹੈਂ ਔਰ ਪ੍ਰਕਿਰਤੀ ਇਸਤਰੀ ਹੈ ਸੋ ਉਹਦੇ ਅਕੋਰਡਿੰਗ ਭਗਵਤ ਗੀਤਾ ਦੇ ਅਕੋਰਡਿੰਗ ਅਸੀਂ ਸਾਰੇ ਹੀ ਇਸਤਰੀ ਹੈ ਕਿਉਂਕਿ ਅਸੀਂ ਆਤਮਾ ਹੈ ਔਰ ਆਤਮਾ ਵਾਸਤੇ ਇਸਤਰੀ ਲਿੰਗ ਪ੍ਰਯੋਗ ਕੀਤਾ ਗਿਆ ਜੀ ਉਹ ਇਸੇ ਤਰ੍ਹਾਂ ਮਤਲਬ ਇਹ ਜਿਹੜੀ ਜਿਹੜੀ ਪਰੰਪਰਾਵਾਂ ਆ ਰਹੀਆਂ ਬ੍ਰਿੰਦਾਵਨ 'ਚ ਵੀ ਅਸੀਂ ਦੇਖਦੇ ਹਾਂ ਕਿ ਬ੍ਰਿੰਦਾਵਨ 'ਚ ਉਸ ਸਮੇਂ ਕੋਈ ਵੀ ਪੁਰਸ਼ ਬਣ ਕੇ ਨਹੀਂ ਜਾਂਦਾ ਸੀਗਾ ਉਹ ਆਤਮਾ ਜਿਹੜੀ ਆਤਮਾ ਭਾਵ ਨਾਲ ਜਾਂਦਾ ਸੀਗਾ स्त्री ਰੂਪ 'ਚ ਜਾਂਦਾ ਸੀਗਾ ਇੱਕ ਵਾਰੀ ਮੀਰਾ ਜੀ ਬ੍ਰਿੰਦਾਵਨ ਆਈ ਔਰ ਉਹਨਾਂ ਨੇ ਵੱਲਾਬਾਚਾਰੀ ਜੀ ਨੂੰ ਮਿਲਣਾ ਚਾਹਾ ਤਾਂ ਵੱਲਾਬਾਚਾਰੀ ਜੀ ਨੇ ਕਿਹਾ ਕਿ ਅਸੀਂ ਬ੍ਰਹਮਚਾਰੀ ਹਾਂ ਤੇ ਅਸੀਂ ਕਿਸੀ ਔਰਤ ਨੂੰ ਨਹੀਂ ਮਿਲ ਸਕਦੇ ਮੀਰਾ ਜੀ ਨੇ ਜਵਾਬ ਭੇਜਿਆ ਕਿ Vrindavan ਚ ਕੌਣ ਪੁਰਸ਼ ਪੈਦਾ ਹੋ ਗਿਆ ਸੋ ਉਹਨਾਂ ਦਾ ਜਵਾਬ ਸੁਣ ਕੇ ਉਹ ਭੱਜੇ ਬਾਹਰ ਆਏ ਉਹਨਾਂ ਨੇ ਗਲਤੀ ਮੰਨੀ ਆਪਣੀ ਤੇ ਉਹਨਾਂ ਨੇ ਕਿਹਾ ਮੈਂ ਆਪਣੇ ਆਪ ਨੂੰ ਗਲਤੀ ਨਾਲ ਪੁਰਸ਼ ਮਨ ਮਨ ਬੈਠਿਆ ਸੋ ਇਹ ਸਾਰੀ ਜਿਹੜੀ ਆਪਣੀ ਪੁਰਾਣੀ ਕਹਾਣੀਆਂ ਹੈ ਯਾ ਇਹਨਾਂ ਨੂੰ ਕਹਨੇ ਅਸੀਂ ਸੁਣਦੇ ਆਏ ਹੇ ਸਾਰੀ ਇੰਡੀਆ ਵਿੱਚ ਐਕਸੈਪਟੈਂਸ ਰਹੀ ਹੈ ਐਂਡ ਮੁਗਲ ਦੌਰ ਤੇ ਮੁਗਲ ਦੌਰ ਤੋਂ ਹੀ ਪਹਿਲੇ ਵੀ ਸਲੀਵ ਡਾਇਨਸਟੀ ਜਾਂ ਖਿਲਜੀ ਵੰਸ਼ ਵਿੱਚ ਜਦੋਂ ਅਲਾਉਦੀਨ ਖਿਲਜੀ ਤੇ ਮਲਿਕ ਕਾਫੁਰਦਾਸੀ ਵਰਣਨ ਹੁੰਦੇ ਆ ਮਲਿਕ ਆਫਰੀ ਖਿਜੜਾ ਸੀਗਾ ਤੇ ਇਹ ਜਿਹੜਾ ਹੁੰਦੇ ਹੁੰਦੇ ਉਹ ਸੈਨਾਪਤੀ ਵੀ ਸੀਗੇ ਜੀ ਅਨ ਜਦੋਂ ਉਹਨਾਂ ਨੇ ਦੱਖਣ ਫਤਿਹ ਕੀਤਾ ਤੇ ਉੱਥੋਂ ਦੀ ਕੋਹੀਨੂਰ ਹੀਰਾ ਲੈ ਕੇ ਆਏ ਔਰ ਕੋਹੀਨੂਰ ਹੀਰਾ ਜਦੋਂ ਇੰਡੀਆ ਦੇ ਨਾਰਥ ਇੰਡੀਆ ਵਿੱਚ ਆਇਆ ਔਰ ਉਸ ਤੋਂ ਬਾਅਦ ਉਹ ਸਾਰਿਆਂ ਦੁਨੀਆਂ ਨੂੰ ਪਤਾ ਕਿ ਉਹ ਹਰੇਕ ਰਾਜਾ ਰਜਵਾੜਿਆਂ ਦੇ ਹੱਥ ਚ ਗਿਆ ਇਵਨ ਕਿ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਵੀ ਗਿਆ ਉਸ ਤੋਂ ਬਾਅਦ ਹੁਣ ਇਹ ਜਿਹੜਾ ਉਹ ਕੋਹੀਨੂਰ ਹੀਰਾ ਹੈ ਉਹ ਮਹਾਰਾਣੀ ਜਿਹੜੀ ਹੈ ਇੰਗਲੈਂਡ ਦੀ ਉਹਨਾਂ ਦੇ ਮੁਕਟ ਚ ਸਜਿਆ ਸੀਗਾ ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਹਨ ਉਸ ਤੋਂ ਬਾਅਦ ਸਲੇਵ ਡਾਇਨਸਟੀ ਆ ਖਸਰੋ ਖਾਨ ਕੁਤਬਉਦਦਨ ਐਵਕ ਬਲਬਨ ਹੋ ਗਿਆ ਇਲਤੁਤਮਸ ਹੋ ਗਿਆ ਇਨਾਂ ਦੇ ਜਿਹੜੇ ਵੀ ਸਨਾਪਤੀ ਰਹੇ ਉਹਨਾਂ ਦੇ ਰਾਜ ਦਰਬਾਰ 'ਚ ਰਹੇ ਬਹੁਤ ਸਾਰੇ ਲੋਕ ਹੀਜੜਾ ਕਮਿਊਨਿਟੀ ਦੇ ਸੀ ਫਿਰ ਮੁਗਲ ਦੌਰ ਆ ਅਕਬਰ ਦੇ ਦਰਵਾਜ਼ੇ 'ਚ ਬਹੁਤ ਸਾਰੇ ਹੀਜੜਾ ਕਮਿਊਨਿਟੀ ਦੇ ਲੋਕ ਸੀ ਔਰ ਮੁਗਲ ਦੌਰ 'ਚ ਹੀ ਅਕਬਰ ਨੇ ਇੱਕ ਪਰੰਪਰਾ ਸ਼ੁਰੂ ਕੀਤੀ ਜਿੰਨੇ ਵੀ ਹੀਜੜਾ ਲੋਕ ਸੀ ਉਹਨਾਂ ਨੂੰ ਨੌਕਰੀਆਂ ਦਿੱਤੀ ਗਈਆਂ ਔਰ ਉਹਨਾਂ ਨੂੰ ਸ਼ਾਹੀ ਹਰਮ ਸੀਗਾ ਉਹਦੀ ਰਖਵਾਂ ਉਹਨਾਂ ਦੀ ਰਖਵਾਲੀ ਵਾਸਤੇ ਉਹਨਾਂ ਨੂੰ ਰੱਖਿਆ ਗਿਆ ਉਹਨਾਂ ਦੇ ਇਲਾਵਾ ਹੋਰ ਕੋਈ ਵੀ ਅੰਦਰ ਉਹਨਾਂ ਐਂਟਰ ਨਹੀਂ ਹੁੰਦਾ ਸੀਗਾ ਇਹ ਫਿਰ 1857 ਤੱਕ ਰਹੇ ਤੇ 1857 ਜਦੋਂ ਮੁਗਲ ਸਲਤਨਤ ਖਤਮ ਹੋ ਗਈ ਅੰਗਰੇਜ਼ਾਂ ਨੇ ਸਾਰਾ ਸਲਤਨਤ ਜਿਹੜੇ ਹੈ ਆਪਣੇ ਵਿੱਚ ਮਿਕਸ ਮਤਲਬ ਕਰ ਕਰਤੀ ਕਬਜ਼ਾ ਕਰ ਲਿਆ ਤੇ ਉਸ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੂੰ ਕਿਉਂਕਿ ਵੈਸਟਰਨ ਕੰਟਰੀਜ਼ ਵਿੱਚ ਜਿਹੜਾ ਹੈ ਦੋ ਹੀ ਜੈਂਡਰ ਮੰਨੇ ਜਾਂਦੇ ਹਨ ਜੀ ਠੀਕ ਹੈ ਤੀਸਰਾ ਜੈਂਡਰ ਕੁਝ ਨਹੀਂ ਹੁੰਦਾ ਬਿਕੋਜ਼ ਵੈਸਟਰਨ ਫਲਸਫੀ ਜੇ ਤੀਸਰਾ ਜੈਂਡਰ ਕੋਈ ਨਹੀਂ ਮੰਨੇ ਉਹਨਾਂ ਦੇ ਅਕੋਰਡਿੰਗ ਦੋ ਹੁੰਦੇ ਹਨ ਤੇ ਇਸੇ ਉਹ ਜਿਹੜੀ ਸੋਚ ਨਾਲ ਉਹਨਾਂ ਨੇ ਦੋ ਜੈਂਡਰ ਨੂੰ ਹੀ ਮਾਨਯਤਾ ਦਿੱਤੀ ਤੀਸਰੇ ਜੈਂਡਰ ਨੂੰ ਇਲੀਗਲ ਕਰ ਦਿੱਤਾ 1871 ਚ ਇੱਕ ਐਕਟ ਬਣਿਆ ਐਂਟੀ ਟਾਈਬਲ ਐਕਟ ਉਹਦੇ ਵਿੱਚ ਸਾਨੂੰ ਕ੍ਰਿਮੀਨਲ ਘੋਸ਼ਿਤ ਕਰ ਦਿੱਤਾ ਗਿਆ ਦੇ ਆਰ ਬੌਰਨ ਕ੍ਰਿਮੀਨਲਸ ਉਸ ਤੋਂ ਬਾਅਦ ਫਿਰ ਸਾਨੂੰ ਜੇਲਾਂ 'ਚ ਭਰਿਆ ਗਿਆ ਮਾਰਿਆ ਗਿਆ ਪਿੱਟਿਆ ਗਿਆ ਕਪੜੇ ਉਤਾਰ ਕੇ ਇਹਨ ਲੋਕਾਂ ਤੇ ਸਾਹਮਣੇ ਨੰਗਾ ਕੀਤਾ ਗਿਆ ਸੋ ਇਹ ਸਾਰਾ ਜਿਹੜਾ ਹੈ ਸਿਲਸਿਲਾ ਚੱਲਦਾ ਗਿਆ 1947 ਤੱਕ 1950 ਵਿੱਚ 1947 ਵਿੱਚ ਇਹ ਬੰਦ ਹੋ ਗਿਆ ਲੇਕਿਨ 1950 ਜਦੋਂ ਸੰਵਿਧਾਨ ਲਾਗੂ ਹੋਇਆ ਤੇ ਸਾਨੂੰ ਰਾਈਟਸ ਨਹੀਂ ਮਿਲੇ ਐਂਟੀ ਟ్రਾਈਬਲ ਐਕਟ ਜਿਹੜਾ ਹੈ 1952 ਵਿੱਚ ਖਤਮ ਹੋਇਆ ਲੇਕਿਨ ਫਿਰ ਵੀ ਸਾਨੂੰ ਰਾਈਟਸ ਨਹੀਂ ਮਿਲੇ अंटिल दो हज़ार चौदह दो हज़ार चौदह सुप्रीम कोर्ट की जजमेंट जी सो जब एल जी बी टी वाला कंसैप्ट है ल, आ, ए लैसबिन गे बाइ और कूर कम्यूनिटी ए सैक्शुअल तो प्लस प्लस आ, मैं थो तो दसना चाहता कि जी सैक्शुअलिटी है वो सैवनटी प्लस हैं, सत्तर तो ज़्यादा सैक्शुअलिटीज़ हैं जेंडर जेडे हैं वो हाल तक जो इंडियन गवर्नमेंट ने आ, या दुनिया ज मानते कि तीन हैं मेल फीमेल और ट्रांसजेंडर सो ਦੋਨਾਂ ਚ ਹੀ ਫਰਕ ਹੈ ਸੈਕਸੁਐਲਿਟੀ ਐਂਡ ਜੈਂਡਰ ਜੈਂਡਰ ਆ ਤਿੰਨ ਚੀਜ਼ਾਂ ਹੁੰਦੇ ਸੈਕਸ ਸੈਕਸੁਐਲਿਟੀ অর ਜੈਂਡਰ ਸੈਕਸ ਮੀਨਸ ਬਾਇਓਲੋਜੀਕਲ ਅਸਾਈਨਡ ਬਾਡੀ ਅਸੀਂ ਕਿਸ ਸ਼ਰੀਰ ਨੇ ਕਿਸ ਸ਼ਰੀਰ ਨੂੰ ਲੈ ਕੇ ਪੈਦਾ ਹੁੰਦੇ ਹਾਂ ਇਸ ਦੁਨੀਆ ਚ ਆਂਦੇ ਹਾਂ ਅਸੀਂ ਜਦੋਂ ਪੈਦਾ ਹੁੰਦੇ ਕੋਈ ਵੀ ਇਨਸਾਨ ਜਾਂ ਕੋਈ ਬੱਚਾ ਚਿਲਾ ਚੁਲਾਉਂਦੇ ਵੀ ਨਹੀਂ ਆਂਦਾ ਕਿ ਮੈਂ ਮੁੰਡਾ ਆ ਗਿਆ ਮੈਂ ਕੁੜੀ ਆ ਗਈ ਹਾਂ ਬਿਲਕੁਲ ਉਹ ਸਿਰਫ ਸ਼ਰੀਰ ਲੈ ਕੇ ਪੈਦਾ ਹੁੰਦਾ ਜਿਹੜਾ ਉਹਨੂੰ ਜੈਂਡਰ ਦਿੱਤਾ ਜਾਂਦਾ ਹੈ ਉਹ ਡਾਕਟਰ ਜਾਂ ਦਾਈ ਜਾਂ ਹੁੰਦੇ ਆਸ-ਪਾਸ ਜੋ ਵੀ ਹੁੰਦੇ ਆ ਉਹ ਉਹਨੂੰ ਜੈਂਡਰ ਪ੍ਰਦਾਨ ਕਰਦੇ ਉਹਨੂੰ ਰਿਕੋਗਨਾਈਜ਼ ਕਰਦੇ ਕਿ ਕਿਉਂਕਿ ਅੰਡਰਵੇਅਰ ਅੰਡਰਵੇਅਰ ਵਿੱਚ ਜਿਹੜਾ ਉਹਦੇ ਅੰਡਰਵੇਅਰ ਹੈ ਉਹਦੇ ਵਿੱਚ ਕੀ ਹੈ ਜੀ ਉਹਨੂੰ ਦੇਖ ਕੇ ਉਹਨੂੰ ਰਿਕੋਗਨਾਈਜ਼ ਕਰਦੇ ਜੀ ਲੇਕਿਨ ਜਿਹੜਾ ਉਹ ਜੈਂਡਰ ਦੂਸਰਾ ਦਿਨ ਦਾ ਉਹਦਾ ਆਪਣਾ ਜੈਂਡਰ ਨਹੀਂ ਹੁੰਦਾ ਹੈ ਹੈਨਾ ਬਿਲਕੁਲ ਲੇਕਿਨ ਜਿਹੜਾ 트랜ਸ ਜੈਂਡਰ ਹੈ Uh, दूसरा फेज है सैक्स बायोलॉजिकल असाइन बॉडी दूसरा है जेंडर जी जो समाज सूंदा है जी तीसरा है सैक्शुअलिटी और सैक्शुअलिटी दस या बारह साल दी एज शुरू दुरू है सैक्शुअलिटी मतलब अट्रैक्शन फीलिंग्स है ना फीलिंग्स असी एक मेल फीमेल वाल अट्रैक्ट हम फीमेल मेल वल अट्रैक्ट होंगी या जिस तरह मैं क्या कि लैसबियन गे बायसैक्शुअल ਏ ਸੇਮ ਸੈਕਸਚੁਅਲ ਅਟਰੈਕਸ਼ਨ ਹੋਣਾ ਇਹ ਅਟਰੈਕਸ਼ਨ 10-12 ਸਾਲ ਬਾਅਦ ਸ਼ੁਰੂ ਹੁੰਦੀ ਹੈ ਸੈਕਸ਼ੁਅਲਿਟੀ ਜੈਂਡਰ ਜੈਂਡਰ ਤੋਂ ਬਾਅਦ ਸੈਕਸ਼ੁਅਲ ਓਰੀਐਂਟੇਸ਼ਨ ਸੋ ਤਿੰਨੋਂ ਚੀਜ਼ਾਂ ਅਲੱਗ-ਅਲੱਗ ਹੀ ਆਂ ਔਰ ਅਲੱਗ-ਅਲੱਗ ਫੇਜ਼ ਵਿੱਚ ਅਲੱਗ-ਅਲੱਗ ਏਜ ਗਰੁੱਪ ਵਿੱਚ ਆਉਂਦੀਆਂ ਸੋ ਜਦੋਂ 트랜ਸ ਜੈਂਡਰ ਇਹਦੇ ਵਿੱਚ ਮੇਨ ਹੈਗਾ ਕਿ 3 ਤੋਂ ਲੈ ਕੇ 5 ਸਾਲ ਦੇ ਏਜ ਵਿੱਚ ਜਦੋਂ ਜੈਂਡਰ ਬੱਚਾ ਖੁਦ ਵੀ ਡਿਸਾਈਡ ਕਰਦਾ ਤੁਸੀਂ ਜਾਂ ਕੋਈ ਹੋਰ ਮੇਲ ਫੀਮੇਲ ਮੈਂ ਸਭ ਲੋਕ ਆਪਣਾ ਜੈਂਡਰ ਵੀ ਖੁਦ ਵੀ ਰੈਕਗਨਾਈਜ਼ ਕਰਦੇ ਆ ਉਹਦੇ ਨਾਲ ਮੈਚ ਕਰਦੇ ਆ ਜੋ ਸਮਾਜ ਨੂੰ ਸਾਨੂੰ ਜਿਹੜਾ ਸਮਾਜ ਸਾਨੂੰ ਜੈਂਡਰ ਦਿੱਤਾ ਹੈ ਨਾ ਉਹਦੇ ਨਾਲ ਅਸੀਂ ਮੈਚ ਕਰਦੇ ਆ ਜੀ ਸਪੋਜ਼ ਤੁਸੀਂ ਮੈਨੂੰ ਕੋਈ ਸ਼ਰਟ ਲੈ ਕੇ ਗਿਫਟ ਲੈ ਕੇ ਦਿੱਤੀ ਹੈ ਤੇ ਮੈਂ ਅੰਦਰ ਜਾ ਕੇ ਆਪਣਾ ਪਹਿਲੇ ਮੈਚ ਕਰਕੇ ਦੇਖਾਂਗੀ ਵੀ ਮੇਰੇ ਨਾਲ ਸਰੀਰ ਨਾਲ ਮੈਚ ਹੋ ਰਹੀ ਕਿ ਨਹੀਂ ਹੋ ਰਹੀ ਹੈ ਜੀ ਅਗਰ ਮੈਚ ਹੋ ਗਿਆ ਠੀਕ ਹੈ ਮੈਂ ਪਾ ਲਈ ਜੀ ਲੇਕਿਨ ਮੈਚ ਨਹੀਂ ਹੋਇਆ ਤਾਂ ਮੈਂ ਉਹਨੂੰ ਨਹੀਂ ਤੁਹਾਨੂੰ ਤਾਂ ਨਹੀਂ ਕਹੋਂਗੇ ਲੇਕਿਨ ਉਹਨੂੰ ਰਿਜੈਕਟ ਕਰਕੇ ਉਹਨੂੰ ਰੱਖ ਲਾਂਗੇ ਕਿ ਠੀਕ ਹੈ ਬਾਅਦ ਚ ਪਾਲਾਂਗੇ ਲੇਕਿਨ ਐਕਸੈਪਟ ਨਹੀਂ ਕਰਾਂਗੇ ਇਸੇ ਤਰ੍ਹਾਂ ਟ੍ਰਾਂਸ ਜੈਂਡਰ ਨੂੰ ਜਦੋਂ ਜੈਂਡਰ ਦਿੱਤਾ ਜਾਂਦਾ ਪੈਦਾ ਹੁੰਦੇ ਕਿਉਂਕਿ ਸਰੀਰ ਤਾਂ ਉਹ ਮੇਲ ਫੀਮੇਲ ਦੇ ਵਿੱਚ ਹੀ ਪੈਦਾ ਹੁੰਦੇ ਜਿਸ ਦਾ ਮੇਲ ਜੈਂਡਰ ਵਿੱਚ ਪੈਦਾ ਹੋਇਆ ਮੇਲ ਸੈਕਸ ਉਹਦਾ ਬਾਡੀ ਹੈ ਤੇ ਉਹਨੂੰ ਜੈਂਡਰ ਦਿੱਤਾ ਮੇਲ ਦਾ ਤੇ ਬਾਅਦ ਚ ਉਹਨੂੰ ਲੱਗਿਆ ਨਹੀਂ ਮੈਂ ਮੇਲ ਨਹੀਂ ਹਾਂ ਜੀ ਕਿਉਂਕਿ ਸਾਡੇ ਸਰੀਰ ਦੇ ਜਿਹੜੇ ਬਾਹਰਲੇ ਅੰਗ ਹੈਗੇ ਜੀ ਉਸ ਤੋਂ ਜਿਆਦਾ ਅੰਦਰ ਵੀ ਸਾਡੇ ਬਾਡੀ ਚ ਅੰਗ ਹੈਗੇ ਜੋ ਕਿ ਦਿਖਦੇ ਨਹੀਂ ਹੈ ਠੀਕ ਹੈ ਨਾ ਜਦੋਂ ਹਾਰਮੋਨਲ ਚੇਂਜ ਹੁੰਦੇ ਹੈ ਜਾਂ ਬਾਡੀ ਗਰੋ ਕਰਦੀ ਹੈ ਬਾਡੀ ਬ੍ਰੇਨ ਜਦੋਂ ਗਰੋ ਕਰਦਾ ਹੈ ਤੇ ਆਪਣੇ ਸੋਚ ਵੀ ਡਿਵੈਲਪ ਹੁੰਦੀ ਹੈ ਸੇ ਉਸ ਉਸ ਸਮੇ ਜਿਹੜਾ ਜਦੋਂ ਸਾਨੂੰ ਲੱਗਦਾ ਕਿ ਜਿਹੜਾ ਜੈਂਡਰ ਸਾਨੂੰ ਦਿੱਤਾ ਗਿਆ ਹੈ ਇਹ ਮੇਰੇ ਨਾਲ ਮੈਚ ਨਹੀਂ ਕਰ ਰਿਹਾ ਜੀ ਆਮ ਨਾਟ ਮੇਲ ਆਮ ਅ ਫੀਮੇਲ ਸੋ ਉਸ ਸਮੇ ਫਿਰ ਇਹ ਜਿਹੜਾ ਸ਼ੁਰੂਆਤੀ ਦੌਰ ਚ ਹਲਕਾ ਫੁਲਕਾ ਮਜ਼ਾਕ ਹਲਕਾ ਫੁਲਕਾ ਰਿਜੈਕਸ਼ਨ ਮਾਪਾਪ ਹਲਕੀ ਫੁਲਕੀ ਮਜ਼ਾਕ ਨਾ ਟਾਲ ਦਿੰਦੇ ਹਨ ਜੀ ਹੈ ਨਾ ਸੋ ਜਦੋਂ ਇਹ ਹੌਲੀ ਹੌਲੀ ਜਦ ਬੱਚਾ ਵੱਡਾ ਵੱਡਾ ਹੁੰਦਾ ਉਹ ਓਪੋਜੀਸ਼ਨ ਜ਼ਿਆਦਾ ਵੱਧਦੀ ਹੈ ਹੈ ਨਾ ਓਪੋਜ਼ਡ ਸਪਰੈਸਡ ਨੂੰ ਦਵਾਇਆ ਜਾਂਦਾ ਹੈ ਇਸੇ ਤਰ੍ਹਾਂ ਇਸ ਜਦੋਂ ਮੇਲ ਟੂ ਫੀਮੇਲ ਹੁੰਦਾ ਉਹਨੂੰ ਟਰਾਂਸ ਫੀਮੇਲ ਕਹਿੰਦੇ ਹੈ ਪੈਦਾ ਮੇਲ ਬਾਡੀ ਚ ਹੋਇਆ ਲੇਕਿਨ ਆਇਡੈਂਟੀਫਾਈ ਖੁਦ ਨੂੰ ਜੈਂਡਰ ਦਾ ਰਿਕੋਗਨਾਈਜ਼ ਕੀਤਾ ਫੀਮੇਲ ਦਾ ਤੇ ਉਹ ਟਰਾਂਸ ਫੀਮੇਲ ਹੈ ਔਰ ਪੈਦਾ ਅਗਰ ਫੀਮੇਲ ਬਾਡੀ ਚ ਹੋਇਆ ਔਰ ਆਪਣੇ ਆਪ ਨੂੰ ਹੌਲੀ ਹੌਲੀ ਉਸਨੇ ਰਿਕੋਗਨਾਈਜ਼ ਮੇਲ ਬਾਡੀ ਚ ਮੇਲ ਜੈਂਡਰ ਚ ਕੀਤਾ ਤੇ ਉਸ ਨੂੰ ਟਰਾਂਸ ਮੇਲ ਕਿਹਾ ਜਾਂਦਾ ਹੈ ਠੀਕ ਹੈ ਨਾ ਦੋਨੋਂ ਜੀ ਇਸੇ ਤਰ੍ਹਾਂ ਇੰਟਰਸੈਕਸ ਵੀ ਹੁੰਦੇ ਹਨ ਜੀ ਇੰਟਰਸੈਕਸ ਵੀ ਜਿਹੜਾ ਜਦੋਂ ਪੈਦਾ ਹੁੰਦਾ ਉਹਦੇ ਸਰੀਰ ਦੇ ਅੰਗ ਰਿਕੋਗਨਾਈਜ਼ ਨਹੀਂ ਹੁੰਦੇ ਹਨ ਜੀ ਠੀਕ ਹੈ ਨਾ ਇਆ ਤਾਂ ਡਵੈਲਪ ਨਹੀਂ ਹੁੰਦਾ ਜਾਂ ਫਿਰ ਕੁਝ ਅਸੀਂ ਕਹਿ ਸਕਦੇ ਹਾਂ ਤ੍ਰੂਠੀ ਹੁੰਦੀਆਂ ਉਹਨਾਂ ਦੀ ਕੁਝ ਅਸੀਂ ਆਮ ਲੈਂਗੁਏਜ ਕਹਿੰਦੇ ਵੀ ਗੜਬੜ ਹੈ ਕੁਝ ਨਾ ਵੀ ਨਹੀਂ ਸਮਝ ਆ ਮੁੰਡਾ ਹੈ ਕੁੜੀ ਹੈ ਉਹਨਾਂ ਨੂੰ ਇੰਟਰਸੈਕਸ ਕਿਹਾ ਜਾਂਦਾ ਹੈ ਉਹ ਵੀ ਬਾਅਦ ਵਿੱਚ ਆਪਣੇ ਆਪ ਨੂੰ ਟਰਾਂਸ ਜੈਂਡਰ ਹੀ ਆਇਡੈਂਟੀਫਾਈ ਕਰਦੇ ਕਿਉਂਕਿ ਉਹਨਾਂ ਨੇ ਵੀ ਆਪਣੇ ਆਪ ਨੂੰ ਜਾਂ ਤਾਂ ਮੇਲ ਜਾਂ ਫੀਮੇਲ ਵਿੱਚ ਆਇਡੈਂਟੀਫਾਈ ਕਰਨਾ ਹੁੰਦਾ ਹੈ ਹੈਨਾ ਉਹ ਬੇਨਾਮ ਤਾਂ ਨਹੀਂ ਰਹਿਣਗੇ ਨਾ ਕੋਈ ਨਾ ਕੋਈ ਜੈਂਡਰ ਤਾਂ ਉਹਨਾਂ ਦਾ ਰਹੇਗਾ ਹੀ ਸੋ ਤਿੰਨੋਂ ਟਰਾਂਸ ਮਿਲ ਟਰਾਂਸ ਫੀਮੇਲ ਐਂਡ ਇੰਟਰਸੈਕਸ ਇਹ ਤਿੰਨੋਂ ਚਾਂਸ ਜੈਂਡਰ ਕੈਟਾਗਰੀ ਵਿੱਚ ਹੀ ਆਉਂਦੇ ਆ ਠੀਕ ਹੈ ਨਾ ਔਰ ਇਹ ਨਹੀਂ ਕਿ ਵੀ ਉਹ ਜਨਮ ਦਾ ਮਤਲਬ ਉਹ ਅਸਲੀ ਹੈ ਕੋਈ ਇੰਟਰਸੈਕਸ ਪੈਦਾ ਹੋ ਉਹ ਅਸਲੀ ਹੈ ਔਰ 트랜스 ਵੂਮਨ 트랜스 ਮੇਲ ਜਿਹੜੇ ਬਾਅਦ ਵਿੱਚ ਉਹ ਨਕਲੀ ਹੈ ਐਦਾਂ ਨਹੀਂ ਹੈ ਕਿਉਂਕਿ ਉਹ ਉਸ ਜਿਹੜੇ ਇੰਟਰਸੈਕਸ ਉਹਦਾ ਸਰੀਰ ਦੇ ਅੰਗ ਬਾਹਰ ਤੁਰੰਤ ਦਿਖਾਈ ਦਿੱਤੇ ਗਏ ਲੇਕਿਨ ਜਿਹੜੇ 트랜ਸ ਫੀਮੇਲ ਐਂਡ 트랜ਸ ਮੇਲ ਦੇ ਜਿਹੜੇ ਬਾਡੀ ਦੇ ਅੰਗ ਹੈ ਉਹ ਬਾਹਰ ਲੋਕਾਂ ਨੇ ਦੇਖ ਲਏ ਲੇਕਿਨ ਅੰਦਰੂਨੀ ਅੰਗ ਦਿਖਾਈ ਨਹੀਂ ਦਿੰਦੇ ਹੈ ਨਾ ਸੋ ਇਹ ਸਾਰੀ ਚੀਜ਼ਾਂ ਇਹ ਐਲਜੀਬੀਟੀਆਈਕਿਊ ਪਲਸ ਕਮਿਊਨਿਟੀ ਹੈ ਤਿੰਨੋ ਸਾਰੀ ਚੀਜ਼ਾਂ ਤਿੰਨੋ ਚੀਜ਼ਾਂ ਨੂੰ ਆਮ ਲੋਕਾਂ ਨੂੰ ਸਮਝਣਾ ਚਾਹੀਦਾ ਕਿ ਇਹ ਸਾਰੇ ਚੀਜ਼ਾਂ ਨੈਚੁਰਲ ਹੈ ਹੈਨਾ ਕੋਈ ਆਰਟੀਫੀਸ਼ਲ ਨਹੀਂ ਕੋਈ ਬਣਾਉਟ ਨਹੀਂ ਹੈ ਮੈਨੂੰ ਤਾਂ ਜਦੋਂ ਮਹਿਸੂਸ ਹੋਣਾ ਸ਼ੁਰੂ ਹੋਇਆ 3 ਸਾਲ ਦੀ ਏਜ ਵਿੱਚ ਉਸ ਸਮੇਂ ਤਾਂ ਮੈਨੂੰ ਸਮਝ ਨਹੀਂ ਸੀ ਕਿ ਲੇਕਿਨ ਮਹਿਸੂਸ ਹੋਣਾ ਜਦੋਂ ਸਾਡੇ ਨੇਲਸ ਵੱਧਦੇ ਜਾਂ ਸਾਡੇ ਵਾਲ ਵੱਧਦੇ ਆ ਸਾਨੂੰ ਦੱਸ ਕੇ ਤਾਂ ਨਹੀਂ ਵੱਧਦੇ ਨਾ ਔਰ ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਸਾਡੇ ਬਾਲ ਕਦੋਂ ਵੱਡੇ ਆ ਅਸੀਂ ਰੋਜ਼ ਨੱਪਦੇ ਵੀ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਇਸੇ ਤਰ੍ਹਾਂ ਸਾਡਾ ਜਨਰ ਜੈਂਡਰ ਦਾ ਫੀਲਿੰਗਸ ਹੈ ਜਾਂ ਟ੍ਰਾਂਜੀਸ਼ਨ ਹੈ ਜਦੋਂ ਹੈਨਾ ਉਹ ਸਾਨੂੰ ਪਤਾ ਨਹੀਂ ਚੱਲਦਾ ਕਦੋਂ ਅਸੀਂ ਇਦਾਂ ਦੇ ਹੋ ਗਏ ਇੱਕ ਪੱਤਰਕਾਰ ਸੀ ਮੈਨੂੰ ਪੁੱਛਦਾ ਕਿ ਵੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਸੀਂ ਟ੍ਰਾਂਸ ਜੈਂਡਰ ਹੋ ਮੈਂ 2 ਸੈਕਿੰਡ ਵਾਸਤੇ ਚੁੱਪ ਰਹੀ ਫਿਰ ਮੈਂ ਇੱਕਦਮ ਤੁਰੰਤ ਉਸ ਉਹਨਾਂ ਨੂੰ ਇਹ ਸਵਾਲ ਕੀਤਾ ਮੈਂ ਮੈਂ ਕਿਹਾ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਸੀਂ ਤੁਸੀਂ ਮੇਲ ਹੋ ਜੀ ਹੈਨਾ ਉਨੇ ਕੇ ਵੀ ਮੈਨੂੰ ਤਾਂ ਨਹੀਂ ਪਤਾ ਵੀ ਮੈਂ ਕਦੋਂ ਆਪਣੇ ਆਪ ਨੂੰ ਮਰਦ ਮੰਨਣਾ ਸ਼ੁਰੂ ਕੀਤਾ ਜਦ ਤੁਸੀਂ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਮੈਂ ਕਦੋਂ ਮਰਦ ਹੋ ਗਿਆ ਤੇ ਸਾਨੂੰ ਕਿਵੇਂ ਪਤਾ ਲੱਗਿਆ ਕਿ ਅਸੀਂ ਕਦੋਂ ਟਰਾਂਸ ਜੈਂਡਰ ਹੋ ਗਏ ਸੋ ਇਹ ਜਿਹੜੀ ਚੀਜ਼ਾਂ ਹੈ ਨਾ ਹਰ ਇੱਕ ਨੂੰ ਆਪਣੇ ਆਪਣੇ ਆਪ ਨੂੰ ਉਸ ਇਨਸਾਨ ਸੋਚਦਾ ਕਿ ਮੇਰੇ ਵਰਗਾ ਕਿਉਂ ਨਹੀਂ ਦੂਸਰਾ ਸਾਡੀ ਪੰਜਾਂ ਉਂਗਲੀਆਂ ਸਾਡੇ ਆਪਣੇ ਵਰਗੇ ਨਹੀਂ ਹਨ ਹਣਾ ਹਰ ਇੱਕ ਉਂਗਲੀ ਦਾ ਜੋ ਫਿੰਗਰਪ੍ਰਿੰਟਸ ਹੈ ਉਹ ਅਲੱਗ-ਅਲੱਗ ਹੈ ਸਾਡੇ ਜਿਹੜੇ ਰੈਟੀਨਾਸ ਹੈ ਦੋਨੋਂ ਉਹ ਵੀ ਅਲੱਗ ਹੈ ਸੋ ਜਦੋਂ ਸਾਡੀ ਬੋਡੀ ਦੇ ਅੰਗ ਹੀ ਇੱਕ ਦੂਸਰੇ ਨਾਲ ਮੈਚ ਨਹੀਂ ਕਰਦੇ ਕਰ ਮਤਲਬ ਫਿਰ ਅਸੀਂ ਕਿਵੇਂ ਮੰਨ ਸਕਦੇ ਹਾਂ ਕਿ ਵੀ ਦੂਸਰਾ ਇਨਸਾਨ ਵੀ ਮੇਰੇ ਵਰਗਾ ਹੋਇਆ ਸੋ ਨੇਚਰ ਬੜੀ ਡਾਈਵਰਸ ਹੈ ਹੈਨਾ ਨੇਚਰ ਵਿੱਚ ਡਾਈਵਰਸਿਟੀ ਹੈ ਸਾਨੂੰ ਸਾਰਿਆਂ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਔਰ ਕੋਈ ਗਲਤ ਨਹੀਂ ਹੁੰਦਾ ਕਿਸੇ ਨਾਲ ਕੋਈ ਚੀਜ਼ ਸਮਾਜ ਗਲਤ ਨਹੀਂ ਹੋ ਜਾਏਗੀ ਬਹੁਤ ਸਾਰੇ ਲੋਕ ਗਲਤ ਬੋਲਦੇ ਆ ਬਹੁਤ ਸਾਰੇ ਲੋਕ ਸਾਡੇ ਨਾਲ ਜਿਹੜੀ ਹੈ ਵਿਤਕਰਾ ਕਰਦੇ ਆ ਬੁੱਲਿੰਗ ਕਰਦੇ ਆ ਹਰਾਸਮੈਂਟ ਕਰਦੇ ਆ ਛੱਕਾ ਕਹਿੰਦੇ ਹੀ ਜਿਹੜਾ ਕਹਿੰਦੇ ਦੇਖੋ ਮੈਂ ਪੈਦਾ ਇਸ ਇਸੀ ਸਰੀਰ ਚ ਹੋਈ ਆ ਜਿਸ ਤਰ੍ਹਾਂ ਵੀ ਹੈ ਔਰ ਸਿਰਫ ਇਸ ਕਰਕੇ ਕਿ ਮੈਂ ਸਾੜੀ ਪਾਣੀ ਆ ਜਾਂ ਮੈਂ ਸਮਾਜ ਵਿੱਚ ਇੰਜੋਏ ਕਰਨਾ ਇਸ ਕਰਕੇ ਮੈਂ ਆਪਣਾ ਮੈਨੂੰ ਘਰੋਂ ਕੱਢਿਆ ਗਿਆ ਜਾਂ ਮੈਂ ਘਰ ਛੱਡਿਆ ਨਹੀਂ ਮੇਰੇ ਮਾਪੇ ਉਹ ਜਿਹੜੇ ਸੀਗੇ ਅੱਛੀ ਮਤਲਬ ਪੋਸਟ ਸੀਗੇ ਸਾਰਿਆਂ ਕੋਲ ਆਪਣੀ ਅੱਛੀ ਫੈਸਿਲਿਟੀਆਂ ਹੈਗੀਆਂ ਤੇ ਮੈਂ ਮੇਰਾ ਤਾਂ ਦਿਮਾਗ ਨਹੀਂ ਖਰਾਬ ਹੋਇਆ ਨਾ ਮੈਂ ਸਾਰੀ ਫੈਸਿਲਿਟੀਆਂ ਛੱਡ ਕੇ ਅੱਜ ਤੱਕੇ ਖਾਵਾਂ ਸਿਰਫ ਔਰ ਸਿਰਫ ਸਾੜੀ ਪਾਉਣ ਵਾਸਤੇ ਲੋਕਾਂ ਦੀ ਅਲੱਗ-ਅਲੱਗ ਧਾਰਨਾਵਾਂ ਲੋਕ ਸੋਚ ਸਕਦੇ ਵੀ ਇਹ ਬੜਾ ਆਸਾਨ ਹੈ ਲੇਕਿਨ ਮੈਂ ਲੋਕਾਂ ਨੂੰ ਹੀ ਮਰਦ ਨੂੰ ਹੀ ਚੈਲੰਜ ਕਰਦੀ ਹਾਂ ਕਿ ਉਹ ਇੱਕ ਦਿਨ ਸਾੜੀ ਪਾ ਕੇ ਦੇਖਣ ਇਹਨਾਂ ਨੂੰ ਕਿੱਦਾਂ ਫੀਲ ਹੁੰਦਾ ਸੜਕ 'ਤੇ ਚੱਲ ਕੇ ਦੇਖਣ ਵੀ ਕਿੰਨੇ ਲੋਕ ਆਪਣੇ ਮਜ਼ਾਕ ਕਰਦੇ ਨੇ ਕਿੰਨੇ ਕਮੈਂਟਸ ਕਰਦੇ ਨੇ ਬੁਲੀ ਕਰਦੇ ਨੇ ਹਰਾਸਮੈਂਟ ਕੈ ਸਕੂਲ 'ਚ ਜਦੋਂ ਮੈਂ 6 ਸਾਲ ਦੀ ਵੀ ਮੇਰਾ ਐਡਮਿਸ਼ਨ ਸਕੂਲ ਵਿੱਚ ਹੋਇਆ ਤੇ ਬੁਲੀ ਹਰਾਸਮੈਂਟ ਉਸੇ ਟਾਈਮ ਸ਼ੁਰੂ ਹੋ ਗਈ ਐਂਡ ਆਈ ਵਾਸ ਵੈਰੀ ਕਨਫਿਊਜ਼ ਕਿ ਮੈਂ ਵਾਸ਼ਰੂਮ ਕਿਹੜਾ ਯੂਜ਼ ਕਰਾਂ ਮੇਲ ਦਾ ਜਾਂ ਫੀਮੇਲ ਦਾ ਤੁਸੀਂ ਸੋਚੋ ਮੈਂ ਕੋਈ ਆਪਣੇ ਬਨਾਉਟੀ ਥੌਟਸ ਤਾਂ ਨਹੀਂ ਕਰ ਰਹੀ ਕਿ ਉਸ ਟਾਈਮ 5 ਸਾਲ 6 ਸਾਲ ਦੇ ਬੱਚੇ ਨੂੰ ਕੀ ਪਤਾ ਉਹ ਤਾਂ ਸਿਰਫ ਇਹੀ ਦੇਖ ਰਿਹਾ ਸੀ ਕਿ ਘਰ ਵਿੱਚ ਤਾਂ ਇੱਕੋ ਹੀ ਹੁੰਦਾ ਹੈ ਬਿਲਕੁਲ ਇੱਥੇ ਦੋ ਹੈ ਔਰ ਅੱਜ ਦਾ ਮਾਡਰਨ ਜ਼ਮਾਨਾ ਹੈ ਸਾਰੇ ਬੱਚਿਆਂ ਨੂੰ ਪਤਾ ਹੈ ਮੇਲ ਫੀਮੇਲ ਬੱਚੇ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਮੇਲ ਫੀਮੇਲ ਪਹਿਲੇ ਵੀ ਸਿਖਾਇਆ ਜਾਂਦਾ ਸੀ ਲੇਕਿਨ ਜਿਹੜੇ 트랜ਸ ਜੈਂਡਰ ਬੱਚੇ ਹਨ ਉਹਨੂੰ ਉਹਨਾਂ ਨੂੰ ਕਨਫਿਊਜ਼ਨ ਰਹਿੰਦੀ ਕਿ ਉਹ ਆਇਡੈਂਟੀਫਾਈਲਸ ਦਾ ਫੀਮੇਲ ਕਰ ਰਹੇ ਹਨ ਹੈਨਾ ਬ੍ਰੇਨ ਤੋਂ ਜੀ ਔਰ ਉਹਨਾਂ ਨੂੰ ਕੱਪੜੇ ਮੇਲ ਦੇ ਪਵਾਏ ਗਏ ਹਨ ਹੈਨਾ ਸੋ ਇਹ ساری ਜ਼ਿੰਦਗੀ ਬੜੀ ਤਕਲੀਫ ਵਾਲੀ ਹੁੰਦੀ ਹੈ ਕਿ ਲੋਕ ਐਕਸੈਪਟ ਨਹੀਂ ਕਰਦੇ ਆ ਜੋ ਅਸੀਂ ਸੋਚਦੇ ਹਾਂ ਜਾਂ ਜਿਸ ਤਰ੍ਹਾਂ ਔਰ ਕੋਈ ਇਨਸਾਨ ਮੈਂ ਤੁਹਾਨੂੰ ਕਹਿੰਦੀ ਵੀ ਅਸੀਂ ਚਿੜਿਆ ਘਰ ਵਿੱਚ ਕੋਈ ਬੰਦਾ 40 ਸਾਲ ਨੌਕਰੀ ਕਰਦਾ 30 ਸਾਲ ਨੌਕਰੀ ਕਰਦਾ ਹੈ ਜਦੋਂ ਉਹ ਰਿਟਾਇਰਮੈਂਟ ਉਹਨੂੰ ਹੁੰਦੀ ਹੈ ਰਿਟਾਇਰ ਹੁੰਦਾ ਹੈ ਤੇ ਉਹ ਕੀ ਬੰਦਰ ਬਣ ਕੇ ਥੋੜੀ ਨਿਕਲਦਾ ਹੈ ਬਿਲਕੁਲ ਨਹੀਂ ਕਈ ਲੋਕ ਸੋਚੇ ਇਨਾਂ ਨਾਲ ਖੜ ਕੇ ਅਸੀਂ ਵੀ ਟ੍ਰਾਂਸਜੈਂਡਰ ਹੋ ਜਾਵਾਂਗੇ ਸੋ ਇਦਾਂ ਨਹੀਂ ਹੁੰਦਾ ਇਹ ਤਾਂ ਆਈ ਬੋਨ ਥਿਸ ਵੇ ਹੈ ਨਾ ਮੈਂ ਇਸੇ ਤਰ੍ਹਾਂ ਪੈਦਾ ਹੋਈ ਹਾਂ ਇਸੇ ਤਰ੍ਹਾਂ ਮਰਨਾ ਹੈ ਔਰ ਮੈਨੂੰ ਪ੍ਰਾਊਡ ਫੀਲ ਹੁੰਦਾ ਕਿ ਆਈ ਏਮ ਅ ਟਰਾਂਸ ਵੂਮਨ ਸੋ ਮੈਂ ਹਮੇਸ਼ਾ ਮੈਨੂੰ ਕਈ ਵਾਰੀ ਸੀ ਬੀਬੀਆਂ ਮਿਲਦੀਆਂ ਹੈ ਨਾ ਭੈਣਾ ਮਿਲਦੇ ਉਹ ਕਹਿੰਦੀ ਰੱਬ ਕਰੇ ਤੈਨੂੰ ਅਗਲਾ ਜਨਮ ਇਹੋ ਜਿਹਾ ਨਾ ਮਿਲੇ ਮੈਂ ਉਹਨਾਂ ਨੂੰ ਕਹਿੰਦੀ ਉਲਟ ਜਵਾਬ ਦਿੰਦੀ ਕਿ ਵੇ ਪ੍ਰਮਾਤਮਾ ਕਰੇ ਮੈਨੂੰ ਹਮੇਸ਼ਾ ਇਦਾਂ ਦਾ ਬਣਾ ਕੇ ਭੇਜੇ ਕਿਉਂ ਬਿਕੋਜ਼ ਆਈ ਫੀਲ ਵੈਰੀ ਯੂ ਨੋ स्पैशल एंड यू नो मेरे अंदर वो दोनों फीलिंग्स हैं मेल और फीमेल हैं आई कैन अंडरस्टैंड बोथ मेल में भी समझ सकते हैं फीमेल में भी सो so, बड़ा अजीब खुशी है गमे मोहब्बत भी सो जी चीज़ें हैं ना ये दूसरे दूसर दसी नहीं जाती बिल्कुल है ना एक आदमी क्या सोच रहा है मेरे बारे एक औरत दो का दर्द मैं पता है ਐਂਡ ਜਿਹੜੀ ਸਪੈਸ਼ਲ ਕੁਆਲਿਟੀ ਈਸ਼ਵਰ ਨੇ ਮੈਨੂੰ ਦਿੱਤੀ ਪਰਮਾਤਮਾ ਨੇ ਦਿੱਤੀ ਵੀ ਉਹ ਮੈਂ ਚਾਹਦੀ ਹਮੇਸ਼ਾ ਮੈਨੂੰ ਦੇ ਲਈ ਇਸੇ ਕਰਕੇ ਤਾਂ ਪਰਮਾਤਮਾ ਨੇ ਹਮੇਸ਼ਾ ਸਾਡਾ ਜਿਹੜਾ ਰੂਪ ਧਾਰਨ ਕੀਤਾ ਹੈ ਹੈਨਾ ਚਾਹੇ ਉਹ ਮੋਹਨੀ ਰੂਪ ਹੈ ਚਾਹੇ ਉਹ ਭਗਵਾਨ ਸ਼ਿਵ ਦਾ ਜਿਹੜਾ ਅਰਧਨਾਰੈਸ਼ਵਰ ਰੂਪ ਹੈ ਸ਼ਿਖੰਡੀ ਦਾ ਵਰਣਨ ਹੁੰਦਾ ਹੈ ਬ੍ਰਹਨੱਲਾ ਦਾ ਵਰਣਨ ਕਿੰਨੇ ਤੱਕ ਬਹੁਤ ਸਾਰੇ ਇਨੇ ਐਗਜ਼ਾਮਪਲਸ ਨੇ ਜਿਹਦੇ ਵਿੱਚ ਪਰਮਾਤਮਾ ਵੀ ਤਰਸਦੇ ਰਹੇ ਕਿ ਅਸੀਂ ਕਿੰਨਰ ਬੰਜੀ ਹੈ ਐਨ ਸ਼ਿਵ ਜੀ ਜਦੋਂ ਭਗਵਾਨ ਸ਼ਿਵ ਜਦੋਂ ਬੈਠੇ ਸੀਗੇ ਐਨ ਪਾਰਵਤੀ ਨਾਲ ਵਰਿੰਦਾਵਨ ਚ ਮਹਾਰਾਜ ਚੱਲ ਰਹੀ ਸੀ ਜੀ ਹੈਨਾ ਉਹਦੇ ਵਿੱਚ ਸਖੀਆਂ ਯਾ ਕ੍ਰਿਸ਼ਨ ਰਾਧਾ ਆਪਣੇ ਮਹਾਰਾਜ ਕਰ ਰਹੇ ਸੀਗੇ ਉੱਪਰੋਂ ਭਗਵਾਨ ਸ਼ਿਵ ਤੇ ਪਾਰਵਤੀ ਦੇਖ ਰਹੇ ਸੀਗੇ ਭਗਵਾਨ ਸ਼ਿਵ ਨੇ ਇੱਛਾ ਜ਼ਾਹਿਰ ਕੀਤੀ ਕਿ ਮੈਂ ਵੀ ਮਹਾਰਾਜ ਚ ਸ਼ਾਮਿਲ ਹੋਣਾ तो पार्वती जी ने कहा कि आप तो पुरुष हो आप कैसे उसमें शामिल हो सकते हो ना तो उन्होंने क्या कह आपको तो औरत बनना होगा तो भगवान शिव जड़े हैं वो सखी बन गए औरत बन गए और, और महाराज शामिल हो गए तो जो भगवान कृष्ण ने उन्होंने देखा तो पहचान गए कोलेनाथ जी आप सो जीडी ये चीज़ ना आम लोग नहीं समझ सकते हैं है ना मैं जिस तरह कह बड़ी अजीब खुशी है गमे मोहब्बत भी हंसी लवों पे आ, मगर दिल पे चोट खाए हुए हैं हम हमेशा खुश रहते हैं हंसते रहते हैं कोई छक्का बोलता है हिजड़ा बोलता है तो हमें लगता है कि कोई बात नहीं भला हो तुम्हारा सो so, जड़ी खुसरा बोलना हिजड़ा बोलना किन्नर बोलना दीज वर्ड आर वेरी डिवाइन खुसरा वर्ड ऑल्सो डिवाइन है ना खुज खुसरा जरा है ख्वाजा सरा न ख्वाजा सरा जे दरगाह च अपने मुर्शद नाल ਆਪਣੇ ਪੀੜਾ ਨਾਲ ਉਹਨਾਂ ਦੀ ਸੇਵਾ ਕਰਦੇ ਸਿਗੇ ਸੁਖਾਜ ਸਰਾਹ ਸਰਾਦਾ ਹੀ ਸ਼ੋਰਟ ਵਿੱਚ ਖੁਸਰਾ ਕਿਹਾ ਜਾਂਦਾ ਹੈ ਐਨ ਹਿਜੜਾ ਜਿਹੜਾ ਹੈ ਇਹ ਜਿਹੜਾ ਹਿਜਰ ਤੋਂ ਬਣਿਆ ਹੈ ਹਿਜਰ ਮਤਲਬ ਵਿਛੋੜਾ ਵਿਛੜਨਾ ਸੈਪਰੇਟ ਹੋਣਾ ਅਬੈਂਡੰਟ ਜਿਸ ਤਰ੍ਹਾਂ ਮੁਹੰਮਦ ਸਾਹਿਬ ਜਦੋਂ ਮੱਕਾ ਤੋਂ ਮਦੀਨਾ ਗਏ ਉਹਨਾਂ ਨੇ ਹਿਜਰ ਕੀਤਾ ਸੋ ਉਹ ਸ਼ਹਿਰ ਤੋਂ ਸਹਿਰ ਨੂੰ ਛੱਡ ਕੇ ਗਏ ਸਿਗੇ ਇਹ ਇਸੇ ਤਰ੍ਹਾਂ ਅਸੀਂ ਵੀ ਆਪਣੇ ਪਰਿਵਾਰ ਨੂੰ ਛੱਡਦੇ ਆਂ ਇੱਕ ਸ਼ਹਿਰ ਨੂੰ ਦੂਸਰੇ ਸ਼ਹਿਰ ਛੱਡ ਕੇ ਘਾਟ ਘਾਟ ਦਾ ਪਾਣੀ ਪੀਂਦੇ ਆ ਕਦੀ ਵੀ ਇੱਕ ਸ਼ਹਿਰ ਤੇ ਨਹੀਂ ਰਹਿ ਸਕਦੇ ਕਿਉਂਕਿ ਸਾਡੇ ਜਿਹੜੇ ਸਾਡਾ ਅਤੀਤ ਜਿਹੜਾ ਹੈ ਉਹ ਪਿੱਛਾ ਕਰਦਾ ਕਿਤੇ ਨਾ ਕਿਤੇ ਸਾਡੇ ਬੁਲੀ ਹੈਰੈਸਮੈਂਟ ਕੋਈ ਨਾ ਕੋਈ ਸਾਡਾ ਪੁਰਾਣਾ ਟੱਕਰ ਜਾਂਦਾ ਕਿ ਇਹ ਤਾਂ ਇਹ ਇਦਾਂ ਦਾ ਬਣ ਗਿਆ ਹੈ ਇਹ ਤੈਨੂੰ ਚੰਗਾ ਭਲਾ ਪਰਮਾਤਮਾ ਨੇ ਇਹ ਬਣਾਇਆ ਸੀ ਉਹਨਾਂ ਨੂੰ ਨਹੀਂ ਪਤਾ ਅੰਦਰੂਣੀ ਜਿਹੜਾ ਬ੍ਰੇਨ ਵਿੱਚ ਸਾਈਕੋਲੋਜੀਕਲ ਜਿਹੜਾ ਡਿਪਰੈਸ ਹੁੰਦਾ ਤੁਸੀਂ ਹਮੇਸ਼ਾ आई डोंट नो वट यू वॉन्ट टू बिकम बट मोस्टली पीपल दे वॉन्ट टू बिकम आ डॉक्टर इंजीनियर है ना साइंटिस्ट okay. बनना चाहते हैं सब कुछ कोई कुछ बनना कोई पायलट बनना चाह मैं हमेशा ये सोचती मैं लड़की बनागी hmm. है ना दैट इज डिफरेंट थिंग कि मैं जज बनाया वो भी नहीं बनन दिता लोगों ने है ना ना जज बनन दिता ना किसी ने लॉयर बनन दिता मैनू ना ही मैं आई ए एस ऑफिस ऑफिसर बन सकी लेकिन थैंक गॉड मैं औरत बन गई हूँ ਕਿਉਂ ਨਹੀਂ ਬਣ ਦਿੱਤਾ ਮੈਂ ਤੁਹਾਨੂੰ ਆਈਏਐਸ ਜਾਂ ਜੱਜ ਪੜ੍ਹਾਈ ਆ ਇਟਸ ਅ ਲੌਂਗ ਸਟੋਰੀ ਬਿਕਾਜ਼ ਮੈਂ ਪੜ੍ਹਾਈ ਚ ਬੜੀ ਹੁਸ਼ਿਆਰ ਸੀਗੀ ਬੇਸ਼ੱਕ ਡਿਪਰੈਸ਼ਨ ਚ ਸੀਗੀ 9 9 10 ਚ ਜਾ ਕੇ ਮੈਂ ਡਿਪਰੈਸ਼ਨ ਜੇ ਰਹੀ ਉਸ ਤੋਂ ਪਹਿਲੇ ਜਦੋਂ ਮੈਂ 7 ਸਾਲ ਦੀ ਸੀਗੀ ਇਹ ਨਹੀਂ ਕਿ ਮੈਂ ਹਮੇਸ਼ਾ ਲੋਕ ਸਮਝਦੇ ਯਾਰ ਤੂੰ ਅੱਛਾ ਖਾਸਾ ਮਰਦ ਹੋ ਤੂੰ ਮਰਦ ਜਿਹਾ ਸਾਰਾ ਨੇ ਮੈਂਨੇ ਮਰਦ ਬਣਨੇ ਕੀ ਬਹੁਤ ਖੁਸ਼ ਕੋਸ਼ਿਸ਼ ਕੀ ਕਿ ਸੇਜ ਤੱਕ ਕਾਫੀ ਸਾਲ ਵੀ 25 ਸਾਲ ਤੱਕ ਸੇਜ ਤੱਕ ਮੈਂ ਅ ਮਤਲਬ ਕੋਸ਼ਿਸ਼ ਕੀਤੀ ਮੈਂ ਆਦਮੀ ਬਣ ਕੇ ਰਹਿਣ ਲੇਕਿਨ ਨਹੀਂ ਹੋ ਪਾਇਆ ਦੇਖੋ 7 ਸਾਲ ਦੀ ਉਮਰ ਚ ਮੈਂ ਆਪਣੀ ਮਾਂ ਨੂੰ ਕਿਹਾ ਮੈਨੂੰ ਲੱਗਦਾ ਹੈ ਕਿ ਮੈਂ ਕੁੜੀ ਹਾਂ ਹੈ ਨਾ ਮੇਰੇ ਅੰਦਰ ਫੀਲ ਹੁੰਦਾ ਮੈਨੂੰ ਬਹੁਤ ਜ਼ਿਆਦਾ ਯੂ ਨੋ ਐਨੈਕਸਾਈਟੀ ਐਂਡ ਜਿਹੜਾ ਜੈਂਡਰ ਡਿਸਫੋਰਿਆ ਸੀਗਾ ਸੋ ਮਾਂ ਨੇ ਮੇਰੇ ਪਾਪਾ ਨਾਲ ਗੱਲ ਕੀਤੀ ਪਾਪਾ ਨੇ ਇੱਕ ਤਾੰਤ੍ਰਿਕ ਨਾਲ ਗੱਲ ਕੀਤੀ ਤਾੰਤ੍ਰਿਕ ਨੇ ਕਿਹਾ ਕਿ ਇਹਦੇ ਅੰਦਰ ਕੋਈ ਚੂੜੈਲ ਆ ਗਈ ਹੈ ਕੋਈ ਪ੍ਰੇਤ ਆਤਮਾ ਹੈ ਜੋ ਕਿ ਇਹਨੂੰ ਤੰਗ ਕਰ ਰਹੀ ਹੈ ਸੋ ਉਹਨਾਂ ਨੇ ਫਿਰ ਇੱਕ ਇੱਕ ਦਿਨ ਡਿਸਾਈਡ ਕੀਤਾ ਰਾਤ ਨੂੰ ਰਾਤ ਨੂੰ 11 12 ਵਜੇ ਕਰੀਬ ਅ ਕੁੰਡ ਇੱਕ ਹਵਨ ਕੁੰਡ ਸੀ ਜਿਹਦੇ ਵਿੱਚ ਅਗਨੀ ਜਲਾ ਕੇ ਉਹਨਾਂ ਨੇ ਮੰਤਰ ਵੰਤਰ ਅ ਬੋਲਣਾ ਸ਼ੁਰੂ ਕੀਤਾ ਝਾੜ ਫੂਕ ਸ਼ੁਰੂ ਕੀਤੀ ਤੇ ਉਹਨਾਂ ਨੇ ਮੈਨੂੰ ਜਿਹੜਾ ਤਾਤ੍ਰਿਕ ਸਾ ਤਾਤ੍ਰਿਕ ਸੀਗਾ ਉਹਨੇ ਮੈਨੂੰ ਡਰਾਉਣਾ ਧਮਕਾਉਣਾ ਸ਼ੁਰੂ ਕਰ ਗਏ ਵੀ ਇਹਨੂੰ ਛੱਡ ਕੇ ਚਲੀ ਜਾ ਜਿੱਥੋਂ ਵੀ ਤਵਾਈ ਹੈ ਛੱਡ ਕੇ ਜ ਨੇ ਪਹਿਲੇ ਤਾਂ ਉਹ ਪੱਤਿਆਂ ਨਾਲ ਝਾੜ ਫੂਕਣਾ ਮੈਨੂੰ ਮਾਰਦਾ ਰਿਹਾ ਅਨਮੋਰ ਦੇ ਪੰਖ ਨਾਲ ਉਸ ਤੋਂ ਬਾਅਦ ਜਦੋਂ ਨਹੀਂ ਕੁਝ ਹੋਇਆ ਫਿਰ ਉਸਨੇ ਕੋ ਅੰਦਰ ਜਿਹੜਾ ਅਗਨੀ ਦੇ ਅੰਦਰ ਇੱਕ ਚਿਮਟਾ ਜਿਹਾ ਰੱਖਿਆ ਸੀਗਾ ਤੇ ਉਹ ਚਿਮਟਾ ਕੱਢਿਆ ਉਹਦੇ ਨਾਲ ਡਰਾਣਾ ਸ਼ੁਰੂ ਕੀਤਾ ਤੇ ਉਹਦੇ ਨਾਲ ਵੀ ਮੈਨੂੰ ਕੋਈ ਫਰਕ ਨਹੀਂ ਹਲਕਾ ਫੁਲਕਾ ਡਰ ਤਾਂ ਲੱਗਾ ਲੇਕਿਨ ਜਦੋਂ ਮੇਰੇ ਮੂੰਹ ਚ ਨਹੀਂ ਨਿਕਲਿਆ ਵੀ ਮੈਂ ਜਾ ਰਹੀ ਹਾਂ ਸੋ ਉਹਨੇ ਮੈਨੂੰ ਮੇਰੇ ਸਰੀਰ ਤੇ ਪੀਟਣਾ ਸ਼ੁਰੂ ਕੀਤਾ ਉਹ ਜਿਹਦੇ ਨਿਸ਼ਾਨ ਹਜੇ ਤੱਕ ਮੇਰੇ ਸਰੀਰ ਤੇ ਹੈਗੇ ਜਦੋਂ ਇਹ ਸਾਰੀ ਚੀਜ਼ਾਂ ਹੋਈ ਫਿਰ ਅਚਾਨਕ ਫਿਰ ਮੈਂ ਮਤਲਬ ਜਦੋਂ ਮੇਰੇ ਸਰੀਰ 'ਚ 60 ਵਜਨੀ ਸ਼ੁਰੂ ਹੋਈ ਫਿਰ ਮੈਂ ਚਿਲਾਣਾ ਸ਼ੁਰੂ ਕੀਤਾ ਐਂਡ ਲਾਸਟਲੀ ਫਾਈਨਲੀ ਮੈਂ ਕਿਹਾ ਕਿ ਠੀਕ ਹੈ ਜਿੱਦਾਂ ਤੁਸੀਂ ਕਹ ਰਹੇ ਮੈਂ ਉਦਾਂ ਹੀ ਕਰਾਂਗੀ ਠੀਕ ਹੈ ਨਾ ਫਿਰ ਤਾਂਤਰੀਕ ਨੇ ਹਟਾ ਆਪਣਾ ਚਿਮਟਾ ਹਟਾਤੇ ਤੇ ਕਹਿੰਦੇ ਵੀ ਹੁਣ ਇਹ ਠੀਕ ਹੋ ਗਿਆ ਬੱਚਾ ਇਹਦੇ ਅੰਦਰ ਜਿਹੜੀ ਚੁੜੈਲ ਸੀਗੀ ਉਹ ਛੱਡ ਕੇ ਚਲੀ ਗਈ ਉਹ ਚੁੜੈਲ ਬੋਲੀ ਸੀ ਕਿ ਆਪ ਬੋਲੇ ਸੀ ਮੈਂ ਖੁਦ ਹੀ ਬੋਲੀ ਮੈਂ ਖੁਦ ਚੁੜੈਲ ਨੂੰ ਬਹੁਤ ਜ਼ਿਆਦਾ ਮੈਂ ਅੰਦਰ ਸੇ ਵੀ ਇਤਨੇ ਖੁਸ਼ ਹੋ ਕੇ सिर्फ खुश रहने के लिए खुश हो हम्म वो ना क्या मैंने कहा कि जो जो खुशी है ना क्योंकि हम हमारे अंदर इतना डिप्रेशन है इतना हम लोग समाज के अंदर इतने सारे चीज़ें झेलते हैं वो हम दबाने के लिए उन चीज़ों को कि वो हावी ना हो जाए हमारे है ना वो चीज़ों को दबाने के लिए और हम हमेशा बिजी रहते मैं हमेशा बिजी रहती तो उस बिजी के कारण ही जैसे खुशी है और मैं सोचती कि यार मेरे जैसे हज़ारों लोग होंगे लाखों लोग हैं जो बहुत डिप्रेशन आप हम बात करेंगे कि किस तरह से लोग डिप्रेशन में आके सुसाइड कर लेते हैं किस तरह तो ये जो मेरा जर्नी च जब मैं फिर नौवीं दसवीं क्लास दे हुई थे मैं डिप्रेशन का बहुत ज़्यादा शिकार हो गई जेंडर डिस्फोरिया एक टर्म है कि साइकैट्रिस्ट जो मेडिकल टर्म सो जेंडर डिस्फोरिया अपने जेंडर एक्सैप्ट करना ਜੀ ਹੈਨਾ ਮੈਂ ਸ਼ੀਸ਼ੇ ਦੇ ਦੇਖ ਕੇ ਆਪਣੇ ਆਪ ਨੂੰ ਨਫ਼ਰਤ ਕਰਨਾ ਕਿ ਨਹੀਂ ਇਹ ਮੈਂ ਨਹੀਂ ਹੈ ਬਿਲਕੁਲ ਹੈਨਾ ਉਹਦੇ ਨਾਲ ਡਿਪਰੈਸ਼ਨ ਔਰ ਵੱਧ ਜਾਂਦਾ ਹੈ ਤੇ ਮੈਂਟਲੀ ਬਹੁਤ ਜ਼ਿਆਦਾ ਮਤਲਬ ਉਹ ਪਾਗਲਪੰਤੀ ਵਾਲਾ ਅਟੈਕ ਪਾਣਾ ਸ਼ੁਰੂ ਹੋ ਜਾਂਦੇ ਐਂਡ ਫਾਈਨਲੀ ਮੈਂ ਕਿ ਉਹ ਡਿਸਾਈਡ ਕਰਕੇ ਕਿ ਮੈਂ ਖਤਮ ਹੋ ਜਾਣਾ ਆਪਣੇ ਆਪ ਨੂੰ ਸੁਸਾਇਸਾਈਡ ਕਰ ਲੈਣਾ ਮੈਂ ਇੱਕ ਦਿਨ ਆਪਣੇ ਘਰ ਵਿੱਚ ਮੰਮੀ ਦੀ ਸਾੜੀ ਲੈ ਕੇ ਪੰਖੇ 'ਚ ਲਪੇਟ ਕੇ ਆਪਣੇ ਆਪ ਨੂੰ ਸੁਸਾਇਸਾਈਡ ਕਰਨ ਕਰਨ ਦੀ ਕੋਸ਼ਿਸ਼ ਕੀਤੀ ਅੰਨੀ ਦੇ ਨਹੀਂ ਮੇਰੀ ਮਦਰ ਨੇ ਦਰਵਾਜਾ ਮਤਲਬ ਉਹ ਚਿਟਕਣੀ ਸਾਇਦ ਠੀਕ ਨਹੀਂ ਲੱਗੇ ਸੀਗੀ ਤੇ ਉਹਨਾਂ ਨੇ ੱੱਕਾ ਮਾਰਿਆ ਤੇ ਮੈਨੂੰ ਉੱਪਰੋਂ ਕੱਢਿਆ ਸੋ ਮੇਰੇ ਮੈਨੂੰ ਉਹਨਾਂ ਨੇ ਝਾਂਟੇ-ਝੂਟੇ ਮਾਰੇ ਸਮਝਾਉਣ ਦੀ ਕੋਸ਼ਿਸ਼ ਵੀ ਕਿ ਆਜ ਕਰ ਰਿਹਾ ਤੂੰ ਹੈਨਾ ਉਹਨਾਂ ਨੇ ਕਿਹਾ ਅਗਰ ਮੇਰੀ ਮੰਮੀ ਨੇ ਕਿਹਾ ਕਿ ਅਗਰ ਤੁਮੇ ਤੁਮੇ ਪੜ੍ਹਨੇ ਵਿੱਚ ਧਿਆਨ ਦੇਣਾ ਚਾਹੀਏ ਇਹ ਸਭ ਚੀਜ਼ੇ ਨਹੀਂ ਕਰਨੀ ਅਗਰ ਤੁਮੇ ਲੱਗਦਾ ਕਿ ਤੁਮ ਐਸਾ ਹੋ ਤੂੰ ਅਭੀ ਨਾ ਸੋਚੋ ਪਹਿਲੇ ਪੜ੍ਹਾਈ ਕਰ ਲੋ ਪੜ੍ਹ ਲਿਖ ਲੋ ਤੁਹਾਡੇ ਜੇਬ ਮੇ पैसे रहेंगे तो दुनिया तुम्हें एक्सेप्ट करेगी खाली पॉकेट तुम्हें कोई एक्सेप्ट नहीं किया अभी क्या होगा तुम हिजड़ों में चले जाओगे तुम्हें हिजड़े ले जाएंगे किन्नरों में तुम नाचना गाना ताली बजाओगे तो वो फ़ायदा नहीं दो इसलिए तुम पढ़ाई में ध्यान कर, ध्यान दो फिर मैं पढ़ाई शुरू की हौली हौली मन लगाने की कोशिश की प्लस टू जे फिर जदों मेरा सेकेंड डिविजन एंड फाइनली मैं जो ग्रेजुएशन की गवर्नमेंट कॉलेज सेक्टर फोर्टी सिक्स चंडीगढ़ ਤੇ ਆਈ ਵਾਸ ਟਾਪਰ ਆਫ ਕਾਲਜ ਐਂਡ ਯੂਨੀਵਰਸਿਟੀ ਆਲਸੋ 93 ਵਿੱਚ so, ਸੋ 93 ਵਿੱਚ ਜਦੋਂ ਮੈਂ ਐਡਮਿਸ਼ਨ ਮੈਂ ਟਾਪਰ ਸੀ ਕਿ 93 ਵਿੱਚ ਮੈਨੂੰ इजीली ਹਿਸਟਰੀ ਡਿਪਾਰਟਮੈਂਟ ਚ ਐਡਮਿਸ਼ਨ ਮਿਲ ਗਈ ਪੰਜਾਬ ਯੂਨੀਵਰਸਿਟੀ ਦੇ ਲੇਕਿਨ ਉੱਥੇ ਬੱਚਿਆਂ ਨੇ ਮੈਨੂੰ ਇੰਨਾ ਜਾਂਦਾ ਹਰਾਸ ਕੀਤਾ ਬੁਲੀ ਕੀਤਾ ਇੱਕ ਦਿਨ ਸਵੇਰੇ ਸਵੇਰੇ ਮੈਂ ਜਦੋਂ ਕਲਾਸ ਲਗਾਉਣ ਵਾਸਤੇ ਜਾ ਰਹੀ ਸੀ ਭੱਜੀ ਉਹਨਾਂ ਨੇ ਮੈਨੂੰ ਫੜ ਲੈ ਕਮਰੇ ਦੇ ਬਾਹਰ ਘਸੀਟਦੇ ਮੈਨੂੰ ਬਾਹਰ ਲੈ ਕੇ ਆਏ ਤੇ ਮੇਰੇ ਕੱਪੜੇ ਖੋਲਣ ਦੀ ਰੈਗਿੰਗ ਰੈਗਿੰਗ ਕੀਤੀ ਉਹਨਾਂ ਨੇ ਕਪੜੇ ਖੋਲ ਕੇ ਮੈਨੂੰ ਝਾੜੀਆਂ ਵਿੱਚ ਲੈ ਕੇ ਗਏ ਤੇ ਕਹਿੰਦੇ ਅਸੀਂ ਦੇਖਣਾ ਤੇਰੀ ਬਾਡੀ 'ਚ ਕੀ ਹੈ ਕਿਸ ਤਰ੍ਹਾਂ ਇਹ ਸਾਰੇ ਚੀਜ਼ਾਂ ਐਂਡ ਬਹੁਤ ਮੁਸ਼ਕਿਲ ਨਾਲ ਉਹਨਾਂ ਨੇ ਮੈਂ ਪਿੱਛਾ ਛੜਾ ਕੇ ਆਪਣੇ ਸ਼ਰਟ ਜਿਹੜੀ ਫੱਟੀ ਸੀ ਸ਼ਾਰਟ ਸ਼ਰਟ ਉਹ ਮੈਂ ਮਤਲਬ ਉਸਨੂੰ ਚੱਕ ਕੇ ਫਟਾਉੜ ਗੇਟ ਨੰਬਰ 1 ਪੀਜੀਏ ਵੱਲ ਨੂੰ ਉਧਰੋਂ ਭੱਜ ਗਈ ਬਾਹਰ ਸੋ ਉਸ ਤੋਂ ਬਾਅਦ ਮੈਂ ਬਾਹਰ ਦੁਬਾਰਾ ਨਹੀਂ ਆਈ ਮਤਲਬ ਡਿਪਾਰਟਮੈਂਟ 'ਚ ਮੈਂ ਐਮਏ ਹਿਸਟਰੀ ਛੱਡ ਦਿੱਤੀ ਦੁਬਾਰਾ 94 ਵਿੱਚ ਮੈਂ ਦੁਬਾਰਾ ਐਡਮਿਸ਼ਨ ਲਈਤੀ ਐਲ ਐਲ ਬੀ ਚ ਜੀ ਐਲ ਐਲ ਬੀ ਫਰਸਟ ਸੈਮੈਸਟਰ ਸੀਗਾ ਔਰ ਮੇਰਾ ਇਵਨਿੰਗ ਸੈਸ਼ਨ ਵਿੱਚ ਐਡਮਿਸ਼ਨ ਹੋਇਆ ਸੀਗਾ ਦੋ ਸੈਸ਼ਨ ਸੀਗੇ ਹੁੰਦੇ ਸੀ ਉਸ ਮਾਰਨਿੰਗ ਸੈਸ਼ਨ ਤੇ ਇਵਨਿੰਗ ਸੈਸ਼ਨ ਸੋ ਮੇਰਾ ਐਡਮਿਸ਼ਨ ਜਿਹੜਾ ਇਵਨਿੰਗ ਸੈਸ਼ਨ ਚ ਹੋਇਆ ਇਵਨਿੰਗ ਸੈਸ਼ਨ ਜੇ ਕੁਝ ਟਾਈਮ ਤੱਕ ਠੀਕ ਚੱਲਦਾ ਰਿਹਾ ਇੱਕ ਦਿਨ ਜਦੋਂ ਕਲਾਸ ਖਤਮ ਹੋਈ ਰਾਤ ਨੂੰ 9 ਵਜੇ ਕਰੀਬ ਤੇ ਇੱਕ ਮੁੰਡਾ ਆਇਆ ਉਹਨੇ ਕਿਹਾ ਕਿ ਵੀ ਤੁਹਾਨੂੰ ਨਾ ਕੋਈ ਸੀਨੀਅਰ ਬੁਲਾ ਰਿਹਾ ਹੂੰ ਸਮੇ ਨੂੰ ਨਾਲ ਲਿਕੇ ਗਿਆ ਐਂਡ ਇੱਕ ਕਲਾਸਰੂਮ ਚ ਮੈਨੇ ਜਦੋਂ ਮੈਂ ਅੰਦਰ ਗਈ ਉਹਨੇ ਚਿਟਕਨੀ ਬੰਦ ਕਰਦੀ ਕੁੰਡੀ ਲਗਾਤੀ ਅੰਦਰ 10 12 ਮੁੰਡੇ ਬੈਠੇ ਸੀ ਉਹਨਾਂ ਨੇ ਉਸੇ ਤਰ੍ਹਾਂ ਹੀ ਸੇ ਬ੍ਰੈਗਿੰਗ ਕਰਨਾ ਸ਼ੁਰੂ ਕੀਤਾ ਗਾਣੇ ਵਜਾਣੇ ਜਿੱਦਾਂ ਮੈਨੂੰ ਨਚਾਣਾ ਕਰਨਾ ਸ਼ੁਰੂ ਕੀਤਾ ਇੱਕ ਬੰਦਾ ਉਹਨਾਂ ਦੇ ਨਾਲ ਚੌਕੀਦਾਰ ਨਾਲ ਬਾਹਰ ਹੀ ਖੜਿਆ ਸੀਗਾ ਕਿ ਵੀ ਤਾਂ ਕਿ ਉਹਨੂੰ ਬਿਜ਼ੀ ਰੱਖਣ ਤੇ ਉਹ ਦੇ ਵਾਂਟ ਟੂ ਰੇਪ ਹਾ ਸੋ ਲੇਕਿਨ ਮੈਂ ਬਹੁਤ ਉਹਨਾਂ ਨਾਲ ਤਰਲੇ ਕਿਤੇ ਹੱਥ ਪੈਰ ਜੋੜੇ ਉਹਨੇ ਕੱਪੜੇ ਖੋਲਤੇ ਮੇਰੇ ਇੱਕ ਮੁੰਡਾ ਸੀਗਾ ਉਹਦੇ ਵਿੱਚ ਉਹ ਥੋੜਾ ਜਿਹਾ ਆਈ ਥਿੰਕ ਹੀ ਵਾਸ ਇਮੋਸ਼ਨਲ ਹੈਨਾ ਉਹਨੇ ਕਿਹਾ ਵੀ ਬੰਦਾ ਖੁਸਰਾਏ ਨੂੰ ਛੱਡ ਤੋ ਕਿਤੇ ਸਾਡੇ ਬਦਦੂਆ ਨਾ ਲੱਗ ਜਾਏ ਹੈਨਾ ਕਈ ਲੋਕ ਹੁੰਦੇ ਵੀ ਇਹ ਵੀ ਮੰਨਦੇਗੇ ਸੋ ਉਹਦੀ ਜਿਹੜੀ ਸੂਚ ਨਾਲ ਮੈਂ ਬਚ ਗਈ ਉਹਨੇ ਕਿਹਾ ਵੀ ਇਹਨੂੰ ਛੱਡ ਦੋ ਹੁਣ ਟਾਈਮ ਵੀ ਕਾਫੀ ਹੋ ਗਿਆ ਇਹਨੂੰ ਜਾਣ ਦੋ ਤੇ ਮੈਂ ਫਟਾਫਟ ਕੱਪੜੇ ਪਾਏ ਉਹਨੇ ਵਿਚਾਰੇ ਨੇ ਮੇਰੀ ਮਦਦ ਕੀਤੀ ਤੇ ਮੈਨੂੰ ਭਜਾ ਦਿੱਤਾ ਉਥੋਂ ਦੀ ਸੋ ਉਹ ਉਹ ਦਿਨ ਤੋਂ ਉਸ ਤੋਂ ਬਾਅਦ ਮੈਂ ਦੁਬਾਰਾ ਲਾ ਨਹੀਂ ਮਤਲਬ ਡਿਪਾਰਟਮੈਂਟ ਨਹੀਂ ਗਈ ਐਲ ਐਲ ਬੀ ਮੇਰੇ ਤੋਂ छुट ਗਈ ਸੋ ਆਈ ਐਸ ਆਫੀਸਰ ਦੀ ਮੈਂ ਤਿਆਰੀ ਕਰ ਰਹੀ ਸੀ ਤੇ ਐਡਵੋਕੇਟ ਬਣਨ ਦੀ ਵੀ ਤਿਆਰੀ ਕਰ ਰਹੀ ਸੀ ਸੋ ਸਾਰੀ ਚੀਜ਼ਾਂ ਖਤਮ ਹੋ ਗਈਆਂ ਐਂਡ ਅਗੇਨ ਆ ਵਾਸ ਇਨ ਡਿਪਰੈਸ਼ਨ ਕਈ ਸਾਲਾਂ ਤੱਕ ਮੈਂ ਡਿਪਰੈਸ਼ਨ ਦੀ ਗੋਲੀਆਂ ਖਾਂਦੀ ਰਹੀ 2002 ਵਿੱਚ uh, 98 ਤੱਕ ਆਂਦੇ ਆਂਦੇ ਮੈਂ ਕਾਫੀ ਲੋਕਾਂ ਨੂੰ ਆਪਣੇ ਤਰ੍ਹਾਂ ਪਹਿਲੇ ਮੈਂ ਸੋਜ਼ੀ ਸ਼ਾਇਦ ਮੈਂ ਦੁਨੀਆ ਚ ਇਕੱਲੀ ਹਾਂ ਲੇਕਿਨ 98 ਵਿੱਚ ਮੈਨੂੰ ਇੱਕ ਟਰਾਂਸ ਪਰਸਨ ਮਿਲਿਆ ਉਸ ਤੋਂ ਬਾਅਦ ਉਹਨੇ ਬਾਕੀ ਨਾਲ ਇੰਟਰੋਡਿਊਸ ਕਰਦੇ ਰਹੇ ਹੈ ਨਾ ਸੋ ਹੌਲੀ ਹੌਲੀ ਸਾਡਾ 25 30 ਜਿਹੜੇ ਬੱਚੇ ਸੀਗੇ ਅਸੀਂ ਇੱਕ ਪੂਰਾ ਗਰੁੱਪ ਬਣ ਗਿਆ ਟਰਾਂਸ ਜੈਂਡਰ ਦਾ ਐਂਡ ਅਸੀਂ ਸੈਟਰਡੇ ਨੂੰ ਸੰਡੇ ਨੂੰ ਮਿਲਦੇ ਨੇ ਸੈਕਟਰ 17 ਜਾਂ ਹੋ ਇਨ ਆਸ-ਪਾਸ ਮਿਲਦੇ ਸੀ ਤਾਂ ਕਿ ਅਸੀਂ ਆਪਸ ਵਿੱਚ ਗੱਲਬਾਤ ਕਰ ਸਕੀਏ ਇੱਕ ਸਪੋਰਟ ਗਰੁੱਪ ਹੁੰਦਾ ਹੈ ਇੱਕ ਦਿਨ ਕੀ ਹੋਇਆ ਕਿ 2002 ਦੀ ਗੱਲ ਹੈ ਤੇ ਇੱਕ ਰਾਤ ਨੂੰ ਕਰੀਬਨ 9 10 ਵਜੇ ਕਰੀਬ ਇੱਕ ਲੜਕਾ ਮੈਨੂੰ ਫੋਲੋ ਕਰਦਾ ਆ ਰਿਹਾ ਸੀਗਾ ਤੇ ਮੈਨੂੰ ਉਹਨੇ ਰੋਕਿਆ ਕਹਿੰਦੇ ਤੇਰ ਕੋਲ ਮਾਚੀਸ ਹੈਗੀ ਮੈਂ ਕਹਿੰਦਾ ਨਹੀਂ ਮੈਂ ਤਾਂ ਸਿਗਰਟ ਨਹੀਂ ਪੀਂਦੀ ਹਾਂ ਤੇ ਉਹਨੇ ਮੈਨੂੰ ਦੁਬਾਰਾ ਰੋਕਣ ਦੀ ਕੋਸ਼ਿਸ਼ ਕੀਤੀ ਕਹਿੰਦੇ ਯਾਰ ਤੁਸੀਂ ਇੱਥੇ ਤੋਂ ਚੰਡੀਗੜ੍ਹ ਦੇ ਮੈਂ ਕਹਾਂਜੀ ਇਹਨੇ ਮੈਨੂੰ ਚੰਡੀਗੜ੍ਹ ਬਾਰੇ ਪੁੱਛਣ ਲੱਗਿਆ ਕਹਿੰਦੇ ਮੈਮ ਤੁਸੀਂ ਹਰਿਆਣਾ ਸੇ ਆਏ ਹੋ ਐਸਾ ਸੇ ਉਹ ਗੱਲਾਂ ਚੁਲ ਜਾ ਲਿਆ ਮੈਨੂੰ ਕਹਿੰਦਾ ਆਪ ਚੰਡੀਗੜ੍ਹ ਦੇ ਬਾਰੇ ਵਿੱਚ ਅੱਛੇ ਜਾਣਦੇ ਹੋ ਹਮੇ ਥੋੜਾ ਘੁਮਾ ਲਓ ਮੈਂ ਕਹਾ ਮੈਂ ਤਾਂ ਲੇਟ ਹੋ ਗਈ ਮੈਨੂੰ ਮੇਰੇ ਘਰ ਜਾਣਾ ਹੈ ਕਹਿੰਦਾ ਥੋੜੇ ਦੇਰ ਕਿ ਲਈ 10 15 ਮਿੰਟ ਹਮ ਲੋਕ ਗੇੜੀ ਲਗਾ ਦੇਮ ਆਪਕੋ ਪਤਾ ਗੇੜੀ ਰੂਟ ਹੈ ਹੈਨਾ ਥੋੜਾ ਗੇੜੀ ਲਗਾ ਕੇ ਫਿਰ ਆਪਕੋ ਛੋੜ ਦੇਗੇ ਮੈਂ ਕਹਾ ਨਹੀਂ ਮੈਨੂੰ ਜਾਣਾ ਹੈ ਥੋੜਾ ਉਹਨੇ ਪ੍ਰੈਸ਼ਰਾਈਜ਼ ਕੀਤਾ ਮੈਨੂੰ ਸੋ ਮੈਂ ਮੈਂ ਕਹਾ ਚਲ ਠੀਕ ਹੈ 10 15 ਮਿੰਟ ਮੈਨੂੰ ਉਤਾਰ ਦੇ ਉੱਥੇ ਨੀਲਮ ਦੇ ਪਿੱਛੇ ਨੀਲਮ ਸਿਨੇਮਾ ਦੇ ਪਿੱਛੇ ਉਤਾਰ ਦੇਣ ਉਹ ਮੈਨੂੰ ਲੈ ਕੇ ਗਿਆ ਇੱਕ ਮੁੰਡਾ ਹੋਰ ਸੀ ਉਹਦੇ ਨਾਲ ਮਾਰੂਤੀ ਕਾਰ ਵਿੱਚ ਜਿਹੜਾ ਕਿ ਪਹਿਲੇ ਮਰੂਤੀ ਕਾਰ 'ਚ ਹੀ ਬੈਠਿਆ ਸੀਗਾ ਮੈਨੂੰ ਲੈ ਕੇ ਗਿਆ ਫਿਰ ਮੈਂ ਕਿਹਾ ਚੱਲ ਕੋਈ ਨਾ ਮੈਨੂੰ ਇੰਨਾ ਉਹ ਦਿਮਾਗ 'ਚ ਸੀਗਾ ਨਹੀਂ ਕਿ ਵੀ ਇਹ ਵੀ ਮੇਰੇ ਨਾਲ ਇਦਾਂ ਦਾ ਕਰਨਗੇ ਕੁਝ ਗੜਬੜ ਕਰਨਗੇ ਤੇ ਮੈਨੂੰ ਘਮਾਣ ਲੱਗੇ ਐਂਡ ਅਚਾਨਕ 10 ਕੇ ਮਿੰਟ ਬਾਅਦ ਜਦੋਂ ਮੈਂ ਕਿਹਾ ਕਿ ਮੈਨੂੰ ਉਤਾਰ ਦੋ ਕਿਉਂਕਿ ਉਹ ਵਾਪਸ ਆਏ ਨਹੀਂ ਰਹੀ ਸੀ ਮੈਨੇ ਕਿਹਾ ਉਤਾਰ ਦੋ ਮੇਨ ਮੇਰੇ ਸਾਈਕਲ ਖੜੀ ਹੈ ਨੀਲਮ ਸਿਨੇਮਾ ਦੇ ਬੈਕ ਸਾਈਡ 'ਤੇ ਮੈਂ ਜਾਣਾ ਕਰ ਸੋ ਉਹਨਾਂ ਨੇ ਉਤਾਰਿਆ ਨਹੀਂ ਅਨੁਭੂਤ ਕੋਲ ਪਿਸਤਲ ਸੀਗੀ ਉਨੇ ਮੇਰੀ ਕਮਰ 'ਚ ਲਗਾਈ ਕਹਿੰਦਾ ਜੇ ਤੂੰ ਅ ਮਤਲਬ ਬੋਲਿਆ ਕੁਝ ਵੀ ਤੇ ਤੈਨੂੰ ਉਡਾ ਦਾਂਗੇ ਸੋ ਅ ਮੇਰਾ ਤਾਂ ਮੈਂ ਇੱਕਦਮ ਛੱਟੀ ਵੱਟੀ ਗੁੱਲ ਹੋ ਗਈ ਐਂਡ ਆਈ ਨਿਊ ਦੈਟ ਮੇਰੇ ਨਾਲ ਦੇ ਕੁਝ ਟਰਾਂਸ ਜੈਂਡਰ ਦਾ ਮਰਡਰ ਹੋਇਆ ਸੀਗਾ ਹੈਨਾ ਕੁਝ ਸਾਲਾਂ ਪਹਿਲੇ ਐਂਡ ਟਰਾਂਸ ਲੋਕਾਂ ਦਾ ਮਰਡਰ ਈਜ਼ਲੀ ਹੋ ਜਾਂਦਾ ਹੈ ਲੋਕ ਕਿਉਂਕਿ ਕੋਈ ਉਹਨਾਂ ਦਾ ਪੁੱਛਣ ਵਾਲਾ ਹੁੰਦਾ ਨਹੀਂ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਕੋਈ ਲਵਾਰਿਸ ਲਾਸਟ ਸਮਝ ਕੇ ਉਹਨਾਂ ਨੂੰ ਉਹਦਾਂ ਹੀ ਸੰਸਕਾਰ ਹੋ ਜਾਂਦੇ ਨੇ ਪੇਰੈਂਟਸ ਨਾਲ ਹੁੰਦੇ ਤਾਂ ਚਲੋ ਬੱਚੇ ਦਾ ਕੋਈ ਖਬਰ ਵੀ ਕਰਨ ਜਿਨਾ ਬਟ ਜਿਹੜੇ ਲਵਾਰਿਸ ਹੈ ਲਵਾਰਿਸ ਹੀ ਹੈ ਅਸੀਂ ਹੈਨਾ ਸਾਡਾ ਕੋਈ ਖਬਰ ਕਰਨ ਵਾਲਾ ਤਾਂ ਹੈ ਨਹੀਂ ਸੋ ਮੈਂ ਮੈਨੂੰ ਇਹ ਸੀਗਾ ਕਿ ਇਹ ਵੀ ਮੈਨੂੰ ਉਸੇ ਤਰ੍ਹਾਂ ਮਾਰ ਨਾ ਦੇਣ ਮੈਂ ਚੁੱਪਚਾਪ ਮੈਂ ਕਿਹਾ ਆਪਣੇ ਆਪ ਨੂੰ ਸੋਚਿਆ ਕਿ ਚਲੋ ਹੁਣ ਤਾਂ ਡੋਰ ਮੇਰੀ ਪਰਮਾਤਮਾ ਆਤੀ ਹੈ ਜੇ ਬੱਚੀ ਤਾਂ ਠੀਕ ਹੈ ਨਹੀਂ ਤਾਂ ਖਤਮ ਹੈ ਉਹ ਮੈਨੂੰ ਕਿਤੇ ਅੰਬਾਲਾ ਜਾ ਕੇ ਮੈਨੂੰ ਲੈ ਕੇ ਗਏ ਅੰਬਾਲਾ ਕਿ ਮਤਲਬ ਪੀਜੀ ਸੀਗਾ ਜਿੱਤੇ ਵਿੱਚ 20 ਮੁੰਡੇ ਸੀਗੇ 20 ਮੁੰਡਿਆਂ ਨੇ ਪੂਰੀ ਰਾਤ ਮੇਨਾ ਰੇਪ ਕੀਤਾ ਐਂਡ ਸਵੇਰੇ 4 5 ਵਜੇ ਦੇ ਸਰਦੀਆਂ ਦੀ ਗੱਲ ਸੀ ਸਵੇਰੇ 4 5 ਦੇ ਵਿੱਚ ਉਹਨਾਂ ਨੇ ਮੈਨੂੰ ਅ ਅੰਬਾਲਾ ਰੇਲਵੇ ਸਟੇਸ਼ਨ ਕੈਂਟ ਦੇ ਉੱਥੇ ਬਾਹਰ ਛੱਡ ਕੇ ਚਲੇ ਗਏ ਐਂਡ ਮੈਂ ਕਾਫੀ ਦੇਰ ਉੱਥੇ ਬੈਠੀ ਰਹੀ ਕਿਉਂਕਿ ਮੇਰੇ ਤੋਂ ਚਲੇ ਨਹੀਂ ਜਾ ਰਹੇ ਸੀਗਾ ਮੇਰੇ ਕੋਲ ਪੈਸੇ ਨਹੀਂ ਸੀਗੇ বাসਨੇ किराए वास्ते ते मैं काफी देर उधर बैठी रही सोच रही किਵੇਂ ਚੱਲਾਂ ਕਿਵੇਂ ਜਾਵਾਂ ਕੋਈ ਲਿਫਟ ਨਹੀਂ ਦੇ ਸਕਦਾ ਦੇ ਰਿਆ ਸੀ ਮੈਨੂੰ ਸੋ ਇੱਕ ਬੱਸ ਆਈ ਹਰਿਆਣਾ ਰੋਡ ਵੇਜ ਦੀ ਮੈਂ ਉਹਦੇ ਵਿੱਚ ਬੈਠੀ ਕੋਸ਼ਿਸ਼ ਕਰਕੇ ਮਤਲਬ ਉੱਠ ਕੇ ਬੈਠ ਗਈ ਆ ਲਾਸਟ ਜਿਹੜੀ ਸੀਟ ਸੀ ਉਹਨਾਂ ਦੇ ਵਿੱਚ ਤੇ ਕੰਡਕਟਰ ਆਇਆ ਉਹਨੇ ਮੇਰੇ ਕੋਲ ਟਿਕਟ ਦੇ ਪੈਸੇ ਮੰਗੇ ਐਂਡ ਸਟਨਲੀ ਆਈ ਵਾਸ ਕਰਾਇੰਗ ਮੇਰੀ ਅੱਖਾਂ 'ਚ ਆਲਸੂ ਸੀ ਗਏ ਐਂਡ ਉਹਨੇ ਕਿਹਾ ਕੀ ਹੋਇਆ ਮੈਂ ਕਿਹਾ ਮੇਰਾ ਪਰਸ ਖੋ ਗਿਆ ਹੈ ਸੋ ਜਦੋਂ ਗੱਲਾਂ ਬਾਤਾਂ ਚ ਉਹਨੇ ਮੈਨੂੰ ਇਹ ਨਾ ਜਜਡ ਮੀ ਉਹਨੇ ਮੈਨੂੰ ਜਜ ਕੀਤਾ ਕਿ ਇਹ ਬੜਾ ਸੌਫਟ ਪਰਸਨ ਹੈ ਐਂਡ ਉਹਨੇ ਮੇਰਾ ਹੱਥ ਪਕੜਿਆ ਮੈਂ ਮੇਰੇ ਅੱਖਾਂ 'ਚ ਮਤਲਬ ਹੰਝੂ ਆ ਰਹੇ ਸੀ ਕਿਤੇ ਉਹਨੇ ਮੇਰੇ ਹੱਥ ਪਕੜਿਆ ਐਂਡ ਮਸਲ ਰਿਹਾ ਮਸਲਣਾ ਸ਼ੁਰੂ ਕੀਤਾ ਫਿਰ ਉਹਨੇ ਮੇਰੇ ਹੱਥ ਉਠਾ ਕੇ ਆਪਣੇ ਥਾਈਸ 'ਤੇ ਰੱਖ ਲਿਆ ਕਹਿੰਦਾ ਕੋਈ ਬਾਤ ਨਹੀਂ ਤੂੰ ਟੈਨਸ਼ਨ ਮਤ ਲਓ अगर कोई बात होगी तो मैं टिकट अपने पैसे से दे दूंगा अपने पॉकेट से दे दूंगा एंड uh, उन्हें कहा कि थोड़ी देर बाद आधा घंटे बाद है ना 15 20 मिनट आधा घंटे बाद कहेगा मेरे साथ चलेगा मैंने कहा अगर जे मैंने उन्हें कहा कि नो मैं समझ गई थी मतलब उनकी हरकत हां ना इंटेंशन हा की है मैं कहा जे मैं उन्हें नो कहने में उन्हें उठ उतार लाड़डू या उत उतार देना दप्पड़ को सो so, मैं ओंड uh, मैं फिर क्या कि ठीक है मैं चल चला तेरे मेरा जो डेस्टिनेशन चंडीगढ़ पहुँचना मैं मैंने एम्स क्या मेरा मैं चंडीगढ़ पहुँचना सैक्टर सैवनटीन पहुँची बस से उन्हें मैंने उतारिया क्या मैं अभी 10 दस मिनट पाँच मिनट में आया तुम यहीं यही बैठो मैं अपना हिसाब किताब जमा करके मैं फिर मेरे, मेरे कमरे पर चलना मैं कहा ठीक है ਜਦੋਂ ਚਲੇ ਗਿਆ ਤੇ ਫਿਰ ਮੈਂ ਉੱਥੋਂ ਦੇਖਿਆ ਵੀ ਕੋਈ ਹੈ ਨਹੀਂ ਮੈਂ ਫਟਾਫਟ ਉੱਥੋਂ ਦੀ ਲੰਗੜਾਂ ਦੇ ਵੱਲ ਚਲੇ ਗਈ ਐਂਡ ਸੈਕਟਰ 17 ਦੇ ਪੁਲਿਸ ਸਟੇਸ਼ਨ ਹੈਗਾ ਉੱਥੇ ਚਲੇ ਗਈ ਪੁਲਿਸ ਸਟੇਸ਼ਨ 'ਚ ਗਈ ਤੇ ਮੈਂ ਪੁਲਿਸ ਵੰਜੜਾ ਮੁੰਸ਼ੀ ਜੀ ਉਹਨੂੰ ਅੰਦਰ ਆਉਣੇ ਭੇਜਿਆ ਮੈਨੂੰ ਕੰਪਲੇਂਟ ਲਿਖਵਾਉਣ ਵਾਸਤੇ ਤੇ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਮੈਂ ਕਿਹਾ ਮੇਰੇ ਨਾਲ ਰੇਪ ਹੋਇਆ ਗੈਂਗ ਰੇਪ ਸੋ ਉਹਨਾਂ ਨੇ ਫਿਰ ਇੱਕ ਮੈਨੂੰ ਕਮਰੇ 'ਚ ਲੈ ਕੇ ਗਏ ਕਮਰੇ 'ਚ ਕਾਫੀ سارے ਸਵਾਲ ਕੀਤੇ ਐਂਡ ਅਲੱਗ-ਅਲੱਗ ਤਰ੍ਹਾਂ ਦੇ ਅਜੀਬ-ਜੀਬ ਸਵਾਲ ਐਂਡ ਉਹਨਾਂ ਨੇ ਕਿ ਵੀ ਵੀ ਤੂੰ ਗਿਆ ਕਿਉਂ ਉੱਥੇ ਐਨਾ ਤੈਨੂੰ ਜਾਣਾ ਨਹੀਂ ਚਾਹੀਦਾ ਸੀ ਐਂਡ ਕਿਸ ਤਰ੍ਹਾਂ ਕੀਤਾ ਉਹਨਾਂ ਨੇ ਕਿਉਂ ਕੀਤਾ ਕਿੰਨੇ ਮੁੰਡੇ ਸੀਗੇ ਆ ਫਾਈਨਲੀ ਜਦੋਂ ਉਹਨਾਂ ਨੇ ਸਾਰੀ ਗੱਲਾਂ ਪੁੱਛ ਕਹਿੰਦੇ ਸਾਡੇ ਕੋਲ ਤਾਂ ਇੱਕ ਕੇਸ ਰਜਿਸਟਰਡ ਨਹੀਂ ਹੋਣਾ ਇਹ ਅੰਬਾਲਾ ਦਾ ਕੇਸ ਅੰਬਾਲਾ ਹੀ ਜਾ ਸੋ ਉਹਨਾਂ ਨੇ ਡਰਾ ਆਤਮ ਕਾ ਕੇ ਕੈਨ ਵੀ ਕੇਸ ਜੇ ਹੋਇਆ ਥੇ ਤੇ ਤਿੰਨ ਤੇ ਉੱਪਰ ਵੀ ਕੇਸ ਪਿਆ ਕਿਉਂਕਿ 377 ਧਾਰਾ ਜਿਹੜੀ ਹੈ ਉਹ ਤੇਰੇ ਉੱਪਰ ਵੀ ਲੱਗੀ 377 ਹਾਲਾਂਕਿ 377 ਜਿਹੜੀ ਹੈ ਉਹ 2018 ਚ ਜਾ ਕੇ ਅਮੈਂਡਮੈਂਟ ਹੋਈ ਹੈ ਸੁਪਰੀਮ ਕੋਰਟ ਵੱਲੋਂ ਸੋ ਉਸ ਟਾਈਮ ਜਿਹੜੇ ਸੀ 2002 ਵਿੱਚ ਵੀ ਉਹਨਾਂ ਨੇ ਡਰਾ ਆਤਮ ਕਾ ਕੇ ਮੈਨੂੰ ਉੱਥੋਂ ਭੇਜ ਦਿਆ ਸੋ ਮੈਂ ਕਿਹਾ ਵੀ ਮੈਂ ਤਾਂ ਅੰਦਰੋਂ ਹੀ ਸੋਚਿਆ ਵੀ ਨਹੀਂ ਮੈਂ ਤਾਂ ਕੰਪਲੇਨਟ ਨਹੀਂ ਲਿਖਾਣੀ ਕਿਉਂਕਿ ਇਹ ਤਾਂ ਖੁਦ ਦਰਿੰਦੇ ਆ ਜੀ ਉੱਥੋਂ ਨਿਕਲੀ ਫਿਰ ਬਹੁਤ ਜ਼ਿਆਦਾ ਡਿਪਰੈਸ਼ਨ ਦੁਗਾਰਾ ਮੈਂ ਇੰਨਾ ਡਿਪਰੈਸ਼ਨ ਚਲੇ ਗਈ ਡਿਪਰੈਸ਼ਨ ਚ ਰਹਿ ਰਿਹਾ ਕਿ ਮਤਲਬ ਮੈਨੂੰ ਇੰਨਾ ਹੋ ਗਿਆ ਕਿ ਮੈਂ ਹੁਣ ਆਪਣੇ ਆਪ ਨੂੰ ਬਿਲਕੁਲ ਫਾਈਨਲੀ ਆਪਣੇ ਆਪ ਨੂੰ ਖਤਮ ਕਰਨਾ ਮੈਂ ਆਈ ਐਮ ਇ ਆਈ ਬੌਰਨ ਇ ਰਾਈਟ ਜੈਂਡਰ ਬਟ ਇਨ ਰੋਂਗ ਵਰਲਡ ਮੈਂ ਗਲਤ ਸੰਸਾਰ ਚ ਪੈਦਾ ਹੋ ਗਈ ਜਿੱਥੇ ਐਕਸੈਪਟੈਂਸ ਹੀ ਨਹੀਂ ਹੈ ਹੈ ਨਾ ਇਸ ਤਰ੍ਹਾਂ ਦੇ ਦਰਿੰਦੇ ਹੈਗੇ ਚਾਰੋਂ ਪਾਸੇ ਸੋ ਕੋਈ ਜਰੀਆ ਨਹੀਂ ਨਾ ਪੜਾਈ ਹੋ ਸકી ਪੂਰੀ ਨਾ ਜੌਬ ਮਿਲੀ ਸੌਰੀ ਮੈਂ ਇੰਟਰਪਟ ਕਰ ਰਹਾ ਹਾਂ ਉਹ ਤਾਂ ਫੈਮਿਲੀ ਸਪੋਰਟ ਸੀ ਮੈਮ ਨਹੀਂ ਫੈਮਿਲੀ ਸਪੋਰਟ ਫੈਮਿਲੀ ਸਪੋਰਟ ਕਦੋਂ ਖਤਮ ਹੋ ਗਈ ਸੀ ਫੈਮਿਲੀ ਸਪੋਰਟ ਤਾਂ 2000 ਸੌਰੀ 945 'ਚ ਖਤਮ ਹੋ ਗਈ ਉਹ ਤੋਂ ਫਿਰ ਤੁਸੀਂ ਕਿੱਥੇ ਗਏ ਮੈਂ ਅਲੱਗ-ਅਲੱਗ ਜਗ੍ਹਾ 'ਤੇ ਭੱਜਦੀ ਰਹੀ ਕਦੀ ਡੇਰਿਆਂ 'ਚ ਕਦੀ ਮੈਂ ਦਿੱਲੀ ਚਲੇ ਜਾਂਦੀ ਸੀ ਅਲੱਗ-ਅਲੱਗ ਫਰੈਂਡਸ ਕੋ ਰਹਿਣ ਲੱਗੀ ਇਸ ਤਰ੍ਹਾਂ ਦੀ ਫੈਮਿਲੀ ਨੇ ਕੀ ਕਹਿ ਕੇ ਤੁਹਾਨੂੰ ਫੈਮਿਲੀ ਦੇਖੋ ਫੈਮਿਲੀ ਕਹਿੰਦੀ ਨਹੀਂ ਸੀ ਫੈਮਿਲੀ ਕਹਿੰਦੀ ਬੰਦਾ ਬਣ ਕੇ ਰੋ ਫਾਦਰ ਮੇਰੇ ਕਹਿੰਦੇ ਸੀ ਬੰਦਾ ਬਣ ਕੇ ਰਹੋ ਬੰਦਾ ਤੋਂ ਕਿਵੇਂ ਬਣੀਏ ਸੀ ਅਸੀਂ ਪੰਜਾਬ ਚ ਕਹਿੰਦੇ ਨਾ ਬੰਦਾ ਬਣ ਜਾਓ ਬੰਦਾ ਕਿਵੇਂ ਬਣੀਏ ਜਦ ਬੰ ਕੋਈ ਹਰੇਕ ਨੂੰ ਅਸੀਂ ਬੰਦਾ ਬਣਾਉਂਦੇ ਵੀ ਅਸੀਂ ਕੋਈ ਕ੍ਰਿਮੀਨਲ ਨਹੀਂ ਜਿੰਦਾ ਜੀ ਸੋ ਮੈਂ ਉਸ ਤਰ੍ਹਾਂ ਨਹੀਂ ਰਹਿ ਸਕਦੀ ਸੀ ਬਿਕੋਜ਼ ਤੁਸੀਂ ਆਪ ਸੋਚੋ ਕੋਈ ਇਨਸਾਨ ਆਪਣੀ ਆਇਡੈਂਟੀਟੀ ਕ੍ਰਾਈਸਿਸ ਤੋਂ ਗੁਜ਼ਰ ਰਿਹਾ ਹੈ ਨਾ ਕੋਈ ਉਹਨੂੰ ਸਪੋਰਟ ਨਹੀਂ ਕੋਈ ਸਾਈਕੋਲੋਜੀਕਲ ਅਪਪਾਇੰਟਮੈਂਟਲ ਹੈਲਥ ਇਨੀ ਪ੍ਰੋਬਲਮ ਮੇਰੀ ਕੋਈ ਕਿਸੇ ਨੂੰ ਔਰ ਸਪੈਸ਼ਲੀ ਜਿਹੜੇ ਮਿਡਲ ਕਲਾਸ ਫੈਮਲੀਆਂ ਹੈ ਉਹਨਾਂ ਵਿੱਚ ਅਗਰ ਕੋਈ ਸਾਈਕੀਆਟ੍ਰਿਸ ਨੂੰ ਦਿਖਾਣ ਦੀ ਸਾਈਕੀਆਟ੍ਰਿਸ ਦਾ ਨਾਮ ਲੈਂਦਾ ਤਾਂ ਉਸ ਨੂੰ ਵੀ ਪਾਗਲ ਨਾ ਕਿ ਕੋਈ ਬਿਲਕੁਲ ਹੈ ਨਾ ਸਾਈਕੀਆਟ੍ਰਿਸ ਦਾ ਮਤਲਬ ਸਾਈਕੋਲੋਜੀਸ ਜਾਂ ਸਾਈਕੀਆਟ੍ਰਿਸ ਮਤਲਬ ਕੋਈ ਪਾਗਲ ਹੈ ਬਟ ਮੇਰੇ ਨਾਲ ਕੋਈ ਇਦਾਂ ਦਾ ਨਹੀਂ ਸਿਕਾ ਉਹ ਕਹਿੰਦਾ ਅੱਛਾ ਘਾ ਸਾ ਇਨਸਾਨ ਕਿਉਂ ਸਾਈਕੀਆਟ੍ਰਿਸ ਔਰ ਖੁਦ ਸਾਨੂੰ ਆਪ ਨੂੰ ਨਹੀਂ ਪਤਾ ਵੀ ਸਾਈਕੀਆਟ੍ਰਿਕ ਨੂੰ ਜਾਣਾ ਕੋਈ ਕਾਉਂਸਲਿੰਗ ਨਹੀਂ ਕੋਈ ਕਿਸ ਸਾਨੂੰ ਕੋਈ ਗਾਈਡੈਂਸ ਨਹੀਂ ਅੱਜ ਹੁਣ ਸਾਰੇ ਜਿਹਨੇ ਸਕੂਲਾਂ ਚ ਕਾਲਜਾਂ ਚ ਸਾਈਕੋਲੋਜਿਸਟ ਹੈ ਕਾਉਂਸਲਰਸ ਹੈ ਪੂਰੀ ਦੁਨੀਆ ਜਾਣਦੀ ਹੈ ਅਲੱਗ-ਅਲੱਗ ਵੀਡੀਓਜ਼ ਬਣ ਰਹੀਆਂ ਲੋਕ ਰੈਫਰ ਕਰਦੇ ਛੋਟੀ ਜੀ ਵੀ ਕੋਈ ਮੈਂਟਲ ਪ੍ਰੋਬਲਮ ਹੋਏ ਜਾਂ ਸਾਨੂੰ ਛੋਟੀ ਜੀ ਪ੍ਰੋਬਲਮ ਅਸੀਂ ਕਾਉਂਸਲਿੰਗ ਵਾਸਤੇ ਜਾਂਦੇ ਹਾਂ ਲੇਕਿਨ ਉਸ ਸਮੇਂ ਨਹੀਂ ਹੁੰਦਾ ਸੀਗਾ ਲੋਕ ਇਸ ਉਹਦੇ ਪਾਗਲ ਹੈ ਹੈਨਾ ਅਗਰ ਕੋ ਗਿਆ ਆਤਾ ਹੈ ਸੋ ਇਹ ਸਾਰੀ ਚੀਜ਼ਾਂ ਚਲਦੀ ਰਹੀਆਂ ਫੈਮਿਲੀ ਸਪੋਰਟ ਨਾ ਹੋਣ ਕਰਕੇ ਇਹ ਸਾਰੀ ਚੀਜ਼ਾਂ ਹੁੰਦੀ ਨਹੀਂ ਆ ਨ ਐ ਫੈਮਿਲੀ ਸਪੋਰਟ ਵੀ ਰਹਿੰਦੀ ਤਾਂ ਵੀ ਕਿੰਨਾ ਕਾ ਸਪੋਰਟ ਰਹਿੰਦੇ ਕਿਉਂਕਿ ਪੇਰੈਂਟਸ ਵੀ ਕਿਤੇ ਨਾ ਕਿਤੇ ਆ ਕੇ ਸਮਾਜ ਦੇ ਜਿਹੜੇ ਦਬਾਅ ਵਿੱਚ ਆ ਜਾਂਦੇ ਆ ਔਰ ਜਿਹੜੀ ਐਕਸੈਪਟੈਂਸ ਨਹੀਂ ਸੀਗੀ ਇਸੇ ਕਰਕੇ ਇਸ ਨਹੀਂ ਸੀਗੀ ਸਮਾਜ ਕੀ ਕਹੇਗਾ ਚਾਰ ਲੋਕ ਕੀ ਕਹਿਣਗੇ ਹੈਨਾ ਚਾਰ ਲੋਕਾਂ ਕਰਕੇ ਹੀ ਸਾਡਾ ਸਾਰਾ ਸਮਾਜ ਦਬਿਆ ਹੋਇਆ ਹੈ ਸਾਡੇ ਇੰਡੀਆ ਵਿੱਚ ਸ਼ੇਮ ਬੇਸਡ ਕਲਚਰ ਹੈ ਐਂਡ ਵੈਸਟਰਨ ਕੰਟਰੀ ਵਿੱਚ ਸਿਨ ਬੇਸਡ ਕਲਚਰ ਹੈ ਸ਼ੇਮ ਮਤਲਬ ਕਿ ਚਾਰ ਲੋਕ ਕੀ ਕਹਿਣਗੇ ਸਾਡੇ ਤੁਸੀਂ ਹੋਗੇ ਮੈਂ ਹੋਗੇ ਕੋਈ ਵੀ ਹੈ ਕੋਈ ਆਸੀ ਲੇਟ ਆਂਦੇ 11 12 ਵਜੇ ਦਿੱਲੀਏ ਸੇ ਕੁਝ ਕੋਈ ਇਨਸਾਨ ਅਲੱਗ ਤਰ੍ਹਾਂ ਦਾ ਫਿਰ ਫੈਮਿਲੀ ਇਹ ਕਹਿਣਾ ਸ਼ੁਰੂ ਕਰਦੇ ਵੀ ਚਾਰ ਲੋਕੀ ਕਹਿਣਗੇ ਹਨਾ ਕੁੜੀਆਂ ਵਾਸਤੇ ਸਪੈਸ਼ਲੀ ਉਹ ਚਾਰ ਲੋਕਾਂ ਦਾ ਜ਼ਿਆਦਾ ਧਿਆਨ ਰੱਖਦੇ ਆ ਰਾਦਰðਨ ਆਪਣੇ ਬੱਚਿਆਂ ਦਾ ਬੱਚਿਆਂ ਨੂੰ ਚੰਗੀ ਤਰ੍ਹਾਂ ਗਾਈਡ ਕਰਨ ਕਾਉਂਸਲਰ ਕੋਲ ਲੈ ਕੇ ਜਾਣ ਕਾਉਂਸਲਿੰਗ ਦਿਲਾਉਣ ਉਹਨਾਂ ਨੂੰ ਮੈਂਟਲ ਹੈਲਥ ਪ੍ਰੋਬਲਮ ਤੇ ਫਿਰ ਸਾਈਕੋ ਸਾਈਕੀਆਟ੍ਰਿਸਟ ਕੋਲ ਜਾਣਾ ਸੋ ਇਹ ਸਭ ਚੀਜ਼ਾਂ ਨਹੀਂ ਕਰਦੇ ਹਾਂ ਸੋ ਮੇਰੇ ਨਾਲ ਫਿਰ ਇਹ ਸਾਰੀ ਪ੍ਰੋਬਲਮ ਹਈਆ 2002 ਜਦੋਂ ਮੈਂ ਡਿਪਰੈਸ਼ਨ ਚ ਚਲੀ ਗਈ ਨਾ ਫਿਰ ਮੈਂ ਡਿਸਾਈਡ ਕੀਤਾ ਕਿ ਆਈ ਹੈਵ ਟੂ ਕਿਲ ਮਾਈ ਸੈਲਫ ਦੁਬਾਰਾ ਐਂਡ ਜਦੋਂ ਮੈਂ ਇੱਕ ਆਪਣੇ ਰਾਤ ਨੂੰ ਸੋਚਿਆ ਕਿ ਮੈਂ ਹੁਣ ਖਤਮ ਕਰਨਾ ਆਪਣੇ ਨੂੰ ਤੇ ਮੈਂ ਰੱਸੀ ਵਗੈਰਾ ਲੈ ਕੇ ਮਤਲਬ ਮੈਂ ਪਾਗਲ ਹੋ ਗਈ ਸੀ ਤਰ੍ਹਾਂ ਦੀ ਇਸ ਲੈਵਲ ਚਲੇਗੀ ਉਹ ਬਾਰ-ਬਾਰ ਮੇਰੇ ਨਾ ਖਿਆਲਾਂ ਚ 20 ਮੁੰਡੇ ਜਿਹੜੇ ਆ ਉਹਨਾਂ ਦੇ ਚਿਹਰੇ ਆ ਰਹੇ ਸੌਰੀ ਮਮਾ ਇੱਕ ਹੋਰ ਸਵਾਲ ਪੁੱਛਣਾ ਚਾਹਨਾ ਕਿ ਇਸ ਘਟਨਾ ਤੋਂ ਪਹਿਲਾਂ ਵੀ ਤੁਹਾਡੇ ਨਾਲ ਬਹੁਤ ਵਾਰੀ ਗਲਤ ਹੋਇਆ ਸੀਗਾ ਸਕੂਲ ਕਾਲਜ ਦੇ ਵਿੱਚ ਲਾਅ ਦੇ ਵਿੱਚ ਉਸ ਤੋਂ ਬਾਅਦ ਫਿਰ ਦੁਬਾਰਾ ਕਿਦਾਂ ਤੁਹਾਡੇ ਮਨ ਨੇ allow ਕੀਤਾ ਕਿ ਮੈਂ ਉਹ ਲਿਫਟ ਮੰਗੀ ਮੁੰਡੇ ਨੇ ਮਰੂਤੀ 'ਚ ਤੇ ਮੈਂ ਬੈਠਾ ਦੇਖੋ ਜਦੋਂ ਮੁੰਡਾ ਮਿਲਿਆ ਮੈਨੂੰ ਤੇ ਉਹਨੇ ਬਿਲਕੁਲ ਆਮ ਜਿਹਾ ਦੋਸਤ 15-20 ਮਿੰਟ ਨਾਲ ਮੇਰੇ ਗੱਲਾਂ ਕਰਦਾ ਰਿਹਾ ਸੋ ਕਹਿੰਦਾ ਮੈਂ ਚੰਡੀਗੜ੍ਹ ਜਿਸ ਨਾਲ ਕੋਈ ਮਿਲਦਾ ਹੈ ਇੱਕ ਦੋ ਦੋਸਤ ਹੋ ਜਾਂਦੇ ਹਨ ਹੈਨਾ ਦੋਸਤ ਪਰ ਉਸ ਤੋਂ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਕਿ ਇੰਨੇ ਦਰਿੰਦਗੀ ਦੁਨੀਆ ਤੁਹਾਨੂੰ ਕਿਹੜੀ ਅੱਖ ਨਾਲ ਦੇਖਦੀ ਹੈ ਤੇ ਮੈਨੂੰ ਤੇ ਹੁਣ ਤਾਂ ਦੇਖੋ ਹੁਣ ਅਸੀਂ ਫਿਰ ਸਾਰੀ ਦੁਨੀਆ ਨੂੰ ਉਸ ਗੱਦਰਿੰਗ ਦਰਿੰਦਗੀ ਨਾਲ ਦੇਖਣ ਲੱਗ ਜਾਈਏ ਕੋਈ ਵੀ ਆਏ ਮੈਂ ਮੈਨੂੰ ਕੋਈ ਵੀ ਮਿਲੇਗਾ ਅੱਜ ਬਾਹਰ ਮਿਲੇ ਕੋਈ ਮੈਂ ਕਹਿੰਦਾ ਇਹ ਤਾਂ ਕਿ ਪਤਾ ਨਹੀਂ ਕਿੱਥੇ ਮੈਨੂੰ ਲੈ ਕੇ ਜਾਏਗਾ ਹੈਨਾ ਫਿਰ ਤਾਂ ਅਸੀਂ ਮਾਵਾਪਨ ਨੂੰ ਵੀ ਭਰਾ ਭੈਣ ਨੂੰ ਵੀ ਅਸੀਂ ਸ਼ੱਕ ਨਾਲ ਦੇਖਾਂਗੇ ਹੈਨਾ ਕੋਈ ਵੀ ਆਏਗਾ ਉਸੇ ਸ਼ੱਕ ਨਾਲ ਤੇ ਫਿਰ ਤਾਂ ਜ਼ਿੰਦਗੀ ਨਹੀਂ ਚੱਲ ਸਕਦੀ ਨਾ ਬਿਲਕੁਲ ਅਗਰ ਅਸੀਂ ਕਹਾਂਗੇ ਕਿ ਨਹੀਂ ਸਾਰੇ ਖਰਾਬ ਹੈ ਹਮ ਬਟ ਸਾਰੇ ਖਰਾਬ ਨਹੀਂ ਹੁੰਦੇ ਅਗਰ 20% ਲੋਕ ਖਰਾਬ ਹੈ ਤੇ 80% ਅੱਛੇ ਵੀ ਹੈਗੇ ਜੀ ਹੈ ਨਾ ਸੋ 20% ਕਰਕੇ ਅਸੀਂ 80% ਲੋਕਾਂ ਨੂੰ ਇਗਨੋਰ ਨਹੀਂ ਕਰ ਸਕਦੇ ਕੋਣ ਅ ਅੱਛਾ ਹੈ ਕੋਣ ਬੁਰਾ ਇਹ ਤਾਂ ਵਕਤ ਹੀ ਬਤਾ ਦੱਸ ਦੈਗਾ ਨਾ ਜੀ ਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਬੰਦਾ ਇਦਾਂ ਦਾ ਹੋਏਗਾ ਐਂਡ ਤੁਸੀਂ ਸੋਚੋ ਕਿ ਉਸਨੇ ਇਦਾਂ ਦੀ ਹਰਕਤ ਕੀਤੀ ਆਈ ਲਰਨ ਲੈਸਨ ਬਟ ਹੋ ਸਕਦਾ ਹੈ ਕਿ ਮੇਰੇ ਵਾਸਤੇ ਅੱਗੇ ਆਉਣ ਵਾਸਤੇ ਜਿਹੜਾ ਸਮਾਂ ਸੀ ਉਹ ਕੁਝ ਡਿਸਾਈਡ ਕਰਨਾ ਸੋ ਮੈਂ ਸੁਸਾਈਡ ਕਰਨਾ ਡਿਸਾਈਡ ਕੀਤਾ ਕਿ ਮੈਂ ਖਤਮ ਹੋ ਜਾਣਾ ਖਤਮ ਕਰੋ ਦੁਨੀਆ ਚ ਜਦੋਂ ਮੈਂ ਭੱਜੀ ਵੀ ਰਾਤ ਨੂੰ ਕਰੀਬਨ 12 ਇੱਕ ਵਿੱਚ ਫੁੱਲ ਮੂਨ ਸੀਗੀ ਮੈਂ ਭੱਜ ਗਈ ਨੇੜੇ ਜੰਗਲ ਜਾਂ ਪੂਰਾ ਸੁਨਸਾਨ ਇਲਾਕੇ ਪੇੜ ਸੀਗੇ ਤੇ ਮੈਂ ਆਪਣੇ ਰੱਸੀ ਪਾਈ ਤੇ ਆਪਣੇ ਆਪ ਨੂੰ ਗਲੇ ਚ ਪਾਣ ਦੀ ਕੋਸ਼ਿਸ਼ ਕੀਤੀ ਲੇਕਿਨ ਮੇਰੇ ਦਿਮਾਗ 'ਚ ਇੱਕ ਆਇਆ ਬਾਰ ਬਾਰ ਉਹੀ ਮੁੰਡੇ ਘੁੰਮੀ ਗਏ ਕਿਉਂਕਿ ਉਹ ਪਤਾ ਨਹੀਂ ਕਿਉਂ ਮੈਂਟਲ ਹੈ ਮਤਲਬ ਮੈਂਟਲੀ ਮੈਂ ਬਹੁਤ ਜ਼ਿਆਦਾ ਅਪਸੈਟ ਹੋ ਗਈ ਸੀਗੀ ਕਿ ਉਹਨਾਂ ਨੇ ਮਤਲਬ ਮੇਰੇ ਨਾਲ ਕੀਤਾ ਕਿਉਂ ਹੈ ਜੀ ਹੈ ਨਾ ਮੈਂ ਉਹਦੇ 'ਚ ਵਿਸ਼ਵਾਸ ਕੀਤਾ ਜਿੱਦਾਂ ਤੁਸੀਂ ਕਹਿੰਦੇ ਨਾ ਵਿਸ਼ਵਾਸ ਵਿਸ਼ਵਾਸ ਨਾਮ ਦੀ ਵੀ ਕੋਈ ਗੱਲ ਹੁੰਦੀ ਵੀ ਕੋਈ ਇਨਸਾਨ ਕਹਿ ਰਿਹਾ ਕਿ ਚਲੋ ਠੀਕ ਹੈ ਦੋਸਤ ਬਣ ਗਏ ਠੀਕ ਹੈ ਤਾਂ ਦੋਸਤੀ ਨਾ ਕਰੋ ਕਿਸੇ ਨਾਲ ਬਿਲਕੁਲ ਨਾ ਅੱਜ ਦਾ ਦੁਨੀਆ ਹੈਗੀ ਹੈ ਤੁਸੀਂ ਆਪ ਵੀ ਕਿਸੇ ਨੂੰ ਦੋਸਤ ਬਣਾਓਗੇ ਤੇ ਸਾਨੂੰ ਨਹੀਂ ਪਤਾ ਕੌਣ ਕੀ ਹੋ ਜਾਏਗਾ ਕਿਡਨਾਪ ਕਰ ਦੇਗਾ ਅਸੀਂ ਬਹੁਤ ਸਾਰੇ ਇਸ ਦੀ ਕੰਟਰੀ ਜਿਹੜੀ ਬੜੀ ਖਤਰਨਾਕ ਕੰਟਰੀਜ਼ ਐ ਜਿੱਥੇ ਅਸੀਂ ਜਾਂਦੇ ਆ ਅਸੀਂ ਦੋਸਤ ਵੀ ਨਹੀਂ ਬਣਾ ਸਕਦੇ ਪਤਾ ਨਹੀਂ ਕਿਤੇ ਮੈਨੂੰ ਕਿਡਨਾਪ ਕਰ ਲੈਣ ਹੈ ਨਾ ਸੋ ਇੰਡੀਆ ਵਿੱਚ ਤਾਂ ਫਿਲਹਾਲ ਇਦਾਂ ਦਾ ਨਹੀਂ ਹੈਗਾ ਸੋ ਮੈਂ ਜਦੋਂ ਸੁਸਾਈਡ ਕਰਨ ਫਿਰ ਮੇਰੇ ਦਿਮਾਗ ਚ ਜਾਈਂ ਵੀ ਉਹ ਰੇਪ ਹੋਣਾ ਨੇ ਕੀਤਾ ਸੁਸਾਈਡ ਮੈਂ ਕਰ ਰਹੀ ਹਾਂ ਬਿਲਕੁਲ ਐਂਡ ਸਜ਼ਾ ਮੈਨੂੰ ਮਿਲ ਰਹੀ ਹੈ ਜਦੋਂ ਕੋਈ ਕੋਈ ਫਾਂਸੀ ਦੀ ਸਜ਼ਾ ਕਿਸ ਨੂੰ ਦਿੱਤੀ ਜਾਂਦੀ ਕੋਈ ਸਜ਼ਾ ਕੋਈ ਕਿਸੇ ਨੇ ਗੁਨਾਹ ਕੀਤਾ ਹੈ ਉਹ ਗੁਨਾਹ ਤਾਂ ਮੈਂ ਕਿਤਾ ਹੀ ਨਹੀਂ ਕੋਈ ਮੈਂ एकदम ਕਲਿੱਕ ਹੋਇਆ ਮੇਰੇ ਦਿਮਾਗ 'ਚ ਕਿ ਨਹੀਂ ਮੈਂ ਨਹੀਂ ਕਰਨਾ ਇਹ ਸਭ ਹੈ ਨਾ ਮੈਂ ਕਿਉਂ ਕਰ ਰਹੀ ਹੈ ਮੇਰੇ ਦਾ ਮੇਰਾ ਕੀ ਕਸੂਰ ਹੈ ਸੋ ਫਿਰ ਜਦੋਂ ਮੈਂ ਇਹ बार-बार ਸੋਚਦੀ ਉੱਥੇ ਬੈਠ ਕੇ ਸੋਚੇ ਮੈਂ ਕਿ ਨਹੀਂ ਮੇਰੇ ਜਿਸ ਦਾ ਪਤਾ ਨਹੀਂ ਹਜ਼ਾਰਾਂ ਲੋਕਾਂ ਲੋਕ ਜਿਹੜੇ ਹੋਣਗੇ ਉਹਨਾਂ ਦੇ ਨਾਲ ਪਤਾ ਨਹੀਂ ਕੀ ਕੀ ਹੋਏਗਾ सो so, मैं क्या नहीं मैं नहीं सुसाइड करना एंड uh, मैं समाज में बदलना जी है ना ये तो फिर चलता रहेगा अगर मैं खत्म कर लिया दूसरा कोई और आ जाएगा अब वापस रूम से आई एंड uh, थोड़ा uh, रिलैक्स किया अपने आप दूसरे दिन मैं uh, फिर सैक्टर सैवनटीन एक दिन घूम रही थी एंड अचानक मैं बस स्टैंड वाल आ गई बस स्टैंड सेक्टर सैवनटीन से ਸੋ ਉੱਥੇ ਆ ਕੇ ਜਦੋਂ ਮੈਂ ਇੱਕ ਸਵੇਰ ਸਵੇਰੇ ਦੀ ਗੱਲ ਹੈ ਇੱਕ ਲੜਕਾ ਲੇਟਿਆ ਆ ਸੀਗਾ ਉੱਥੇ ਜਿਹੜੇ ਜੀ ਹਾਂ ਇੱਕ ਬੈਠਣ ਨੂੰ ਨਾ ਹ ਬਣੇ ਪੱਥਰ ਵਾਲੇ ਉਹਦੇ ਉੱਪਰ ਲੇਟਿਆ ਸਵੇਰੇ 6 7 ਵਜੇ ਦੀ ਗੱਲ ਹੈ ਸੋ ਇੱਕ 슬ੀਪਿੰਗ ਬੈਗ ਹੁੰਦਾ ਉਹਦੇ ਵਿੱਚ ਸਿਰਫ ਸਿਰ ਸਿਰ ਬਾਹਰ ਆਇਆ ਸੀਗਾ ਤੇ ਮੈਂ ਬਣਾ ਚੱਕਰ ਮਾਰੇ ਥੋੜਾ ਡਿਪਰੈਸ਼ਨ ਦਾ ਸੀਗਾ ਹੀ ਉਹਨੂੰ ਰਿਲੈਕਸ ਕਰਨ ਵਾਸਤੇ ਮੈਂ ਚੱਕਰ ਮਾਰੀ ਜਾ ਰਹੀ ਸੀ ਉਹ ਮੇਰੀ ਵੱਲ ਦੇਖੀ ਜਾ ਰਿਹਾ ਜਦੋਂ ਮੈਂ ਮੈਂ ਫਿਰ ਮੁੜ ਕੇ ਦੇਖਿਆ ਮੇਰੀ ਵੱਲੀ ਦੇਖੀ ਜਾ ਰਿਹਾ ਫਿਰ ਕੋਈ ਘੜਬੜਤਾ ਨਹੀਂ ਬਿਲਕੁਲ ਤੇ ਉਹ ਫਿਰ ਉਸ ਤੋਂ ਬਾਅਦ ਬੈਠ ਗਿਆ ਉਹ ਤੋਂ ਵਿੱਚ ਨਿਕਲਿਆ ਬੈਠ ਗਿਆ ਐਂਡ ਮੁਸਕਰਾ ਕੇ ਉਹਨੇ ਜਿਹੜੀ ਟ੍ਰਾਂਸ ਦੀ ਹੁੰਦੀ ਨਾ ਮਤਲਬ ਲੁੱਕ ਲੁੱਕ ਹੁੰਦੀ ਉਹ ਮੈਂ ਪਹਿਚਾਣ ਲੇ ਮੈਂ ਕਿਹਾ ਆਪਣੀ ਕਮਰੇ ਕਿਤੇ ਅਸੀਂ ਆਪਣੇ ਅਸੀਂ ਨਾ ਅਸੀਂ ਫਾਰਸੀ ਬੋਲਦੇ ਆ ਫਾਰਸੀ ਮਤਲਬ ਇਰਾਨੀਅਨ ਫਾਰਸੀ ਨਹੀਂ ਕੋਡਵਰਡ ਕੋਡਵਰਡਸ ਨਹੀਂ ਜੀ ਕੋਤੀ ਕਹਿੰਦੇ ਆ ਹਾਂ ਉਹਨੇ ਕੋਤੀ ਹੂੰ ਸੋ ਕੋਤੀ ਮਤਲਬ ਕਿ ਯੂ ਨਾ ਯੂ ਆ ਟ੍ਰਾਂਸ ਵੂਮਨ ওকে ਜੀ ਮੈਕ ਹਾਰਮਨ ਫਿਰ ਮੈਂ ਸਮਝ ਗਰੀਦਨ ਇਸ ਇਹਨੂੰ ਤਾਂ ਲੈਂਗੁਏਜ ਆਉਂਦੀ ਕਿੰਦੀ ਬਹਿ ਜਾਉਂਦਾ ਠਿਪ ਜਾ ਮਤਲਬ ਬੈਠ ਜਾ ਸੋ ਉਸਨੇ ਫਿਰ ਮਤਲਬ ਅਸੀਂ ਗੱਲਾਂ ਬਾਤਾਂ ਕਰਦੇ ਰਹੇ ਆ ਫਿਰ ਰੋਜ਼ ਮਿਲਣਾ ਸ਼ੁਰੂ ਹੋਇਆ اچھا ਲੱਗਣਾ ਰਿਹਾ ਉਹ ਐਕਚੁਅਲੀ ਕੀ ਸੀ ਉਹਨੂੰ ਵੀ ਘਰੋਂ ਬਾਹਰ ਕੱਢਿਆ ਸੀਗਾ ਅਹ ਹੀ ਵਾਸ ਮੁਸਲਿਮ ਐਂਡ ਫੈਮਿਲੀ ਚ ਉਹਦਾ ਐਕਸੈਪਟੈਂਸ ਨਹੀਂ ਸੀਗੀ ਘਰ ਚ ਕਿਸੇ ਨੇ ਦੱਸ ਦਿਆ ਉਹਨੂੰ ਤੇ ਜਦੋਂ ਦੱਸ ਦਿਆ ਤੇ ਉਹਨਾਂ ਦੀ ਫੈਮਿਲੀ ਚ ਬਹੁਤ ਕੰਜ਼ਰਵੇਟਿਵ ਫੈਮਿਲੀਆਂ ਸਨ ਉਹਨੂੰ ਤੇ ਮਾਰਨ ਨੂੰ ਫਿਰਦੇ ਸੀਗੇ ਉਤੋਂ ਗਾਜੀਆਵਾਸ ਤੋਂ ਘਰੋਂ ਭੱਜ ਕੇ ਤੇ ਚੰਡੀਗੜਾ ਗਿਆ ਸੀ ਅਸੀਂ ਡੇਲੀ ਮਿਲਦੇ ਗਏ ਫਿਰ ਅਸੀਂ ਰੋਜ਼ ਮਿਲਣਾ ਸ਼ੁਰੂ ਗਏ ਖਾਣਾ ਵੀ ਨਾਲ ਇਕੱਠੇ ਇੱਕ ਦਿਨ ਮੈਨੂੰ ਦੱਸਿਆ ਮੈਂ ਕਿ ਯਾਰ ਸਮਾਜ ਨੂੰ ਕਿੱਦਾਂ ਬਦਲੀਏ ਹੈ ਨਾ ਸੁਸਾਇਟੀ ਨੂੰ ਇਹ ਤਾਂ ਚੱਲਦਾ ਰਹੇਗਾ ਕਿਵੇਂ ਚ ਕਰੀਏ ਅਸੀਂ ਸ਼ੁਰੂ ਹੈ ਨਾ ਕੋਈ ਪਤਾ ਹੀ ਨਹੀਂ ਸੀ ਕਿਵੇਂ ਸ਼ੁਰੂ ਕਰਨੇ ਕੋਈ ਕੋਈ ਆਈਡੀਆ ਨਹੀਂ ਸੀ ਸੋਸ਼ਲ ਵਰਕ ਦਾ ਸਾਨੂੰ ਪਤਾ ਨਹੀਂ ਸੀਗਾ ਐਂਡ ਉਹਨੇ ਕਿਹਾ ਕਿ ਮੈਂ ਨਾ ਐਨਜੀਓ 'ਚ ਕੰਮ ਕੀਤਾ ਹੈ ਦਿੱਲੀ 'ਚ ਨਾਜ ਫਾਊਂਡੇਸ਼ਨ 'ਚ ਇੱਕ ਹੋਰ ਵੀ ਐਨਜੀਓ ਸੀ ਡਾਟ ਕੁਝ ਐਨਜੀਓ ਦਾ ਨਾਮ ਦੱਸਿਆ ਉਹਨੇ ਤੇ ਕਹਿੰਦਾ ਮੈਨੂੰ ਐਕਸਪੀਰੀਅੰਸ ਹੈ ਅਸੀਂ ਐਨਜੀਓ ਬਣਾ ਸਕਦੇ ਹਾਂ ਅ ਬਟ ਉਸਦੇ ਵਾਸਤੇ ਪਹਿਲੇ ਸਾਨੂੰ ਕੰਮ ਕਰਨਾ ਪਏਗਾ ਹੈਨਾ ਸ਼ੁਰੂਆਤ ਇਹ ਰੈਪੋ ਬਿਲਡਿੰਗ ਹੈ ਸਮਾਜ ਵਿੱਚ ਅਸੀਂ ਆਪਣੇ ਸਮਾਜ ਨੂੰ ਇਕੱਠਾ ਕਰਨਾ ਪਏਗਾ ਰੈਪੋ ਬਿਲਡਿੰਗ ਹੁੰਦੀ ਹੈ ਇਕਦਮ ਤੇ ਅਸੀਂ ਇੰਜੀਨੀਅਰ ਰਜਿਸਟਰ ਕਰ ਸਕਦੇ ਹਾਂ ਸੋ ਅਸੀਂ ਫਿਰ ਸਮਾ ਆਪਣੇ ਸਮਾਜ ਦੇ ਲੋਕਾਂ ਨੂੰ ਜਿਹੜੇ ਵੀ ਅ ਕਰੋ ਕੱਢੇਗੇ ਅਸੀਂ ਜਾਂ ਅਸੀਂ ਮਿਲਦੇ ਸੀਗੇ ਹੌਟ ਸਪots ਹੁੰਦੇ ਸੀਗੇ ਜੀ ਉਸ ਸਮੇਂ ਹੁਣ ਤਾਂ ਫੋਨਸ ਹੈ ਨਾ ਸਾਰੇ ਜੀ ਜੀ ਉਸ ਸਮੇਂ ਹੌਟਸਪੌਟਸ ਹੁੰਦੇ ਇੱਕ ਸਟੇਡੀਅਮ ਸੀਗਾ 16 ਸੈਕਟਰ ਦਾ ਸਟੇਡੀਅਮਸ ਹੋ ਗਿਆ ਸੈਕਟਰ 17 ਜਿੱਥੇ ਜਗਾ ਜ ਕੁਝ ਕੁਝ ਜਗਾ ਸੀ ਜਿੱਥੇ ਸਾਡੀ ਅਸੀਂ ਮੂਰਤ ਵੀ ਕਹਿੰਦੇ ਆ ਮੂਰਤਾਂ ਇਕੱਠੇ ਹੁੰਦੀ ਸੀ ਸੋ ਅਸੀਂ ਗੱਲਾਂ ਕਰਦੇ ਸੀ ਉਹਨਾਂ ਨੂੰ ਫਿਰ ਹੌਲੀ ਹੌਲੀ ਅਸੀਂ ਸਮਝਾਉਣਾ ਸ਼ੁਰੂ ਕੀਤਾ ਵੀ ਇਹ ਸਾਨੂੰ ਨਾ ਇੱਕ ਇਕੱਠ ਹੋਣਾ ਪੈਗਾ ਤੇ ਪਹਿਲੇ ਸਭ ਤੋਂ ਪਹਿਲੇ ਸੈਲਫ ਅਵੇਅਰਨੈਸ ਹੋਣੀ ਜੀ ਅਸੀਂ ਹੈ ਕਿ ਜੀ ਹੈ ਨਾ ਸਾਈਕੋ ਆਇਡੈਂਟੀਟੀ ਦਾ ਹੈ ਨਹੀਂ ਕੋਈ ਪਛਾਣ ਨਹੀਂ ਕੋਈ ਸਾਡੇ ਆਧਾਰ ਕਾਰਡ ਮਰਦੇ ਆ ਲੇਕਿਨ ਆਪ ਆਸੀ ਆਇਡੈਂਟੀਫਾਈ ਕਰਦੇ ਨਹੀਂ ਆਧਾਰ ਕਾਰਡ ਦੋਸਤ ਨੇ ਬਣੇ ਨਹੀਂ ਸੀਗੇ ਬਟ ਜੋ ਵੀ ਵੋਟਰ ਕਾਰਡ ਉਸਨੇ ਕਰ ਉਹ ਪੱਜੇ ਸੀ ਤੁਹਾਡੇ ਕੋਲ ਕੋਈ ਵੀ ਡਾਕੂਮੈਂਟ ਨਹੀਂ ਸੀਗੇ ਬਟ ਫਿਰ ਵੀ ਮਾਪੇ ਨੇ ਜੋ ਆਇਡੈਂਟੀ ਦਿੱਤੀ ਸੀ ਹੈ ਉਸ ਤੋਂ ਛੁਟਕਾਰਾ ਕਿਵੇਂ ਪਾਈਏ ਤੇ ਪਹਿਲੇ ਸੈਲਫ ਰਿਅਲਾਈਜੇਸ਼ਨ ਹੋਣਾ ਮਿਲਣਾ ਜੁਲਣਾ ਸ਼ੁਰੂ ਕੀਤਾ ਬੈਠ ਕੇ ਅਸੀਂ ਗੱਲਾਂ ਬਾਤਾਂ ਕਰਨੀਆਂ ਕੁਝ ਖੁਸ਼ੀ ਦੇ ਕੁਝ ਗਮ ਦੀਆਂ ਕੁਝ ਰੋਣਾ ਤੋਣਾ ਕੁਝ ਹਸੀ ਕੋਈ ਰੋਂਦਾ ਸੀ ਤਾਂ ਅਸੀਂ ਉਹਨੂੰ ਹਸਾ ਦਿੰਦੇ ਸੀਗੇ ਹਨ ਇਹ ਸ਼ੁਰੂਆਤ ਹੋਈਆਂ ਐਂਡ ਹੌਲੀ ਹੌਲੀ ਰੈਪੋ ਬਿਲਡਿੰਗ ਸ਼ੁਰੂ ਹੋਈ ਦੋਸਰ ਚਾਰਚ ਦੇ ਦੁਆਰਾ ਮੇਰੇ ਨਾਲ ਮੈਂ ਇੱਕ ਨਾ ਛੋਟੀ ਜੀ ਦੁਕਾਨ 'ਚ ਕੰਮ ਕਰਨਾ ਸ਼ੁਰੂ ਕੀਤਾ ਅ ਜਿਹੜੀ ਬੈਂਬੋਜ਼ ਜਿਹੜੀ ਬਣਦੀਆਂ ਚੇਅਰਸ ਵਗੈਰਾ ਉਸ ਫੈਕਟਰੀ 'ਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਕਿ ਇਨਕਮ ਮੇਰੀ ਹੋ ਜਵੇ ਸੋ ਉੱਥੇ ਮੈਂ ਆਪਣੀ ਆਇਡੈਂਟੀਟੀ ਰਿਵੀਲ ਨਹੀਂ ਕੀਤੀ ਕਿ ਆ ਮੈਂ बिकॉज ਅਗਰ ਮੈਂ 트랜스젠ਡਰ ਕਹਿੰਦੇ ਮੈਨੂੰ ਜੌਬ ਨਹੀਂ ਮਿਲਨੀ ਸੀ ਸੋ ਮੈਂ ਐਜ਼ ਅ ਮੇਲ ਜੋਬ ਕਰਨਾ ਸ਼ੁਰੂ ਕੀਤਾ ਬਟ ਲੋਕ ਸਮਝ ਜਾਂਦੇ ਸੀ ਵੀ ਇਹ ਤਾਂ ਕੁੜੀਆਂ ਵਰਗਾ ਮੁੰਡਾ ਜੀ 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 ਐਂਡ ਉੱਥੇ ਨਾ ਇੱਕ ਲੜਕਾ ਆਇਆ ਚੇਅਰਸ ਦੇਖਣ ਵਾਸਤੇ ਟੇਬਲ ਔਰ ਚੇਅਰ ਉਸਨੇ ਖਰੀਦ ਤਾ ਲਈ ਫਿਰ ਉਹ ਦੇਲੀ ਆਣ ਲੱਗਿਆ ਮਿਲਣ ਵਾਸਤੇ ਹੈ ਨਾ ਦੋ ਉਹੀ ਫਿਰ ਵਿਸ਼ਵਾਸ ਵਾਲਾ ਦੁਬਾਰਾ ਜੀ ਜੀ ਦੋਸਤ ਬਣ ਗਿਆ ਮੇਰਾ ਕਮਲ ਸੀ ਆਉਦਾ ਨਾਮ ਤੇ ਦੋਸਤ ਬਣ ਗਿਆ ਓਲੀ ਓਲੀ ਫਿਰ ਡੇਲੀ ਉਹਨੇ ਫੋਨ ਲੈਂਡਲਾਈਨ ਫੋਨ ਸੀ ਉਹਨੇ ਫੋਨ ਕਰਦਾ ਸੀਗਾ ਸੋ ਡੇਢ ਤੋਂ ਮਹੀਨਾ ਇਦਾਂ ਨਿਕਲ ਗਿਆ ਸੋ ਅੱਛਾ ਦੋਸਤ ਬਣ ਗਿਆ ਕਿਤੇ ਉਹਨੇ ਮੈਂ ਕਿਹਾ ਕਿ ਮੈਂ ਨਾ ਘਰੇ ਹੈਗਾ ਇੱਕ ਦਿਨ ਸ਼ਾਮ ਨੂੰ ਮੈਂ ਛੁੱਟੀ ਕਰਨ ਕਿ ਕਿਤੇ ਕਹਾ ਪਰ ਹੋ ਮੈਂ ਕਿਹਾ ਮੈਂ ਤਾਂ ਸ਼ਾਪ 'ਚ ਹਾਂ ਕਿਤੇ ਆ ਜਾਓ ਮੈਂ ਘਰ 'ਤੇ ਖਾਣਾ ਪੀਣਾ ਬਣਾ ਰੱਖਿਆ ਖਾਤਮ ਮੈਂ ਕਾ ਠੀਕ ਹੈ ਆ ਜਾ। ਫਿਰ ਦਿਮਾਗ 'ਚ ਨਹੀਂ ਸੀਗਾ ਵੀ ਕੁਝ ਗੜਬੜ ਹੋ ਜਾਏਗੀ। ਮੈਂ ਚੱਲੇ ਗਏ ਸਾਈਕਲ ਲੈ ਕੇ ਉਥੇ। ਅੱਛਾ ਇੱਕ ਓਠੀ ਸੀ ਅਬੈਂਡੰਟ ਹਾਊਸ ਨਹੀਂ ਹੁੰਦੇ। ਜੀ ਜੀ ਜੀ। ਅ ਸੁਨਸਾਨ ਜਗ੍ਹਾ ਦੀ ਇੱਕ ਬਣਾ ਰਹੇ ਕੱਲਾ ਘਰ ਬਣਿਆ। ਕੱਲਾ ਘਰ ਬਣਿਆ। ਪੁਰਾਣੇ ਟਾਈਮ 2004 ਦੀ ਗੱਲ ਹੈ। ਦੋ ਕਮਰੇ ਬਣੇ ਸੀਗੇ ਬਸ। ਦੋਨੋਂ ਪਾਸੇ ਦਰਵਾਜ਼ੇ ਸੀਗੇ। ਤੇ ਮੈਂ ਅਗਲੇ ਦਰਵਾਜ਼ੇ ਤੋਂ ਅੰਦਰ ਗਈ ਤੇ ਉਹਨੇ ਆਪਾਂ ਬੈਂਕ ਦੀਆਂ ਗੱਲਾਂ-ਵੱਤਾਂ ਕਰਦੇ ਰਹੇ। ਅਚਾਨਕ ਬਾਹਰੋਂ ਕੋਈ ਆਇਆ ਮੈਨੂੰ ਨਹੀਂ ਪਤਾ ਪਰ ਉਹ ਦਰਵਾਜ਼ਾ ਨੂੰ ਤਾਲਾ ਲਗਾਉਣ ਦੀ ਇੱਕ ਆਵਾਜ਼ ਆਈ ਤਾਲਾ ਲਗਾ ਥੋੜੇ ਮੇਰੇ ਅੰਦਰ ਹੋਈ ਲੇਕਿਨ ਫਿਰ ਵੀ ਮੈਂ ਕਹਿੰਦਾ ਇਹ ਮੇਰਾ ਦੋਸਤ ਹੈ ਦੋ ਡੇਢ ਦੋ ਮਿੰਟ ਦਾ ਅਸੀਂ ਗੱਲਾਂ ਕਰਦੇ ਦਿਮਾਗ 'ਚ ਨਹੀਂ ਆਇਆ ਚਲ ਸੋ ਕਹਿੰਦੇ ਕੋਈ ਨਾ ਆਪਾਂ ਖਾਣਾ ਪੀਣਾ ਕਰਦੇ ਆ ਉਹ ਗਿਆ ਦੂਸਰੇ ਕਮਰੇ 'ਚ ਤੇ ਇੰਨੀ ਦੇਰ ਮੈਂ ਦਰਵਾਜ਼ਾ ਕਰਕੇ ਦੇਖਿਆ ਮੈਂ ਕਿ ਖੁੱਲ ਨਹੀਂ ਰਿਹਾ ਵਿਮਨ ਡਾਊਟ ਹੋ ਗਿਆ ਅੰਦਰੋਂ एकदम ਕਿ ਕੁਝ ਗੜਬੜ ਹੈ ਐਂ ਜਦੋਂ ਮੈਂ ਜਾਣ ਦੀ ਕੋਸ਼ਿਸ਼ ਕੀਤੀ ਦੂਸਰੇ ਕਮਰੇ ਚ ਤੇ ਉੱਥੇ 6-7 ਮੁੰਡੇ ਤਾਸ਼ ਖੇល ਰਹੇ ਐਂ ਉਹਨਾਂ ਦੇ ਅੱਗੇ ਮਤਲਬ ਖਾਣ ਪੀਣ ਦਾ ਸਮਾਨ ਰੱਖਿਆ ਹੈ ਬੋਤਲ ਰੱਖੀ ਚੱਲ ਰਿਹਾ ਆਪਣਾ ਕੰਮ ਮੈਂ ਮੈਂ ਕਿ ਕਮਲ ਮੈਂ ਜਾਣਾ ਮੈਂ ਹੌਲੀ ਹੌਲੀ ਨਿਕਲਣ ਦੀ ਕੋਸ਼ਿਸ਼ ਕੀਤੀ ਮੈਂ ਮੈਂ ਤਾਂ ਸੋਚ ਰਿਹਾ 10 10ਾਂ ਵੀ ਨਾ ਮੈਂ ਪਹਿਲੇ ਬਾਹਰ ਨਿਕਲ ਜਾਵਾਂ ਅਚਾਨਕ ਗੁੰਡਾ ਖੜਾ ਆਇਆ ਉਹਨੇ ਮੈਨੂੰ ੱੱਕਾ ਮਾਰ ਕੇ ਅੰਦਰ ਲਿਆ ਤੇ ਮੈਂ ਕਮਲ ਕੀ ਕਰ ਰਿਹਾ ਮੈਂ ਕਿ ਉਸ ਨੂੰ ਕਮਲ ਨੂੰ ਕਿਹਾ ਮੈਂ ਕਿ ਕਮਲ ਇਹ ਕੀ ਕਰ ਰਿਹਾ ਇਹਨਾਂ ਦਾ ਕੋਈ ਨਾ ਕੋਈ ਨਾ ਬੈਠ ਜਾ ਉਹ ਅੰਦਰ ਅਭੀ ਖਾਣਾ ਪੀਣਾ ਲੈ ਕੇ ਆਉਣਾ ਉਹਨੇ ਉਹ ਦਰਵਾਜ਼ਾ ਬੰਦ ਕਰ ਲਿਆ ਉਹ ਮੁੰਡੇ ਨੇ ਫਟਾਫਟ ਮੈਨੂੰ ਆ ਕੱਪੜਾ ਮੈਂ ਤਾਂ ਖੋਲਣ ਦੀ ਕੋਸ਼ਿਸ਼ ਕੀਤੀ ਜੀ ਜੀ ਤੇ ਮੈਨੂੰ ਮਾਰਿਆ ਮਾਰਨ ਮਤਲਬ ਮੈਂ ਨਹੀਂ ਖੋਲਣ ਦਿੱਤੇ ਉਹਨੇ ਮਾਰਿਆ ਕੁਸਨ ਸਾਰੇ ਜਿਮ ਬாய் ਟਾਈਪ ਦੇ ਸੀ ਮਾਰ ਮਾਰ ਕੇ ਉਹ ਸਾਰੇ ਆ ਗਏ ਸਾਰੇ ਨੇ ਕੁੱਟਿਆ ਇੱਕ ਤਾਂ ਬੰਦਾ ਬਾਂਸ ਦਾ ਡੰਡਾ ਲਿਆ ਮਾਰ ਮਾਰ ਕੇ ਬੁਰਾ ਹਾਲ ਕਰਤਾ ਉਹਨੇ ਫਿਰ ਮੇਰੇ ਹੱਥ ਬੰਨਤੇ ਬੰਨ ਕੇ ਫਿਰ 8 ਮੁੰਡਿਆਂ ਨੇ ਦੁਬਾਰਾ ਗੇਨ ਹੀ ਦੇ ਰੇਪਡ ਮੀ ਐਂਡ ਰੇਪ ਕਰਨ ਤੋਂ ਬਾਅਦ ਮੈਨੂੰ ਘਸੀਟ ਦੇ ਲੈ ਕੇ ਗਏ ਮੇਰੇ ਬਾਲਾਂ ਤੋਂ ਬਾਥਰੂਮ 'ਚ ਬਾਥਰੂਮ 'ਚ ਲੈ ਕੇ ਮਨੂੰ गाल कट दें तो कहते हैं ये लोग तो गंदे होते हैं नाले के कीड़े कहते हैं हम लोग देख रहे थे तेरे को कई महीने से है ना तो वहाँ जाके उसने सब लोगों ने मेरे ऊपर पेशाब कर दिया एक एक करके सब लोग मेरे ऊपर मैं ऐसे बैठी रही उन्होंने सब लोग मेरे ऊपर पेशाब करते रहे एंड फिर मैं सोचे यार मैं तो पूरे नरक जी मतलब वही मतलब अगेन की हो रहा दुनिया से? फिर आ, मतलब ये सारी चीज़ा तुम तो दसते दसते आप ਉਹ ਸਾਰੇ ਰਿਕਾਲ ਕਰਨਾ ਬੜਾ ਮਤਲਬ ਹੁਣ ਤਾਂ ਆਦਤ ਪੈ ਗਈ ਨਾ ਸਾਰੀ ਚੀਜ਼ਾਂ ਦਾ ਹੁਣ ਤਾਂ ਕੋਈ ਆਈ ਡੋਨਟ ਬਾਦਰ ਐਨੀਵਨ ਜਦੋਂ ਉਹ ਹੋ ਰਿਆ ਸੀ ਮੈਨੂੰ ਤਾਂ ਆਪਣੇ ਆਪ ਨੂੰ ਮੈਂ ਸਮਝ ਹੀ ਨਹੀਂ ਆਈ ਸੀ ਹੋ ਕੀ ਰਿਹਾ ਮੇਰੇ ਨਾਲ ਐਂਡ ਉਸ ਤੋਂ ਬਾਅਦ ਉਹਨੇ ਮੇਂ ਤੱਕਾ ਮਾਰੇ ਕਿ ਤੇ ਕੱਪੜੇ ਪਾ ਲੱਤਾ ਨਾਲ ਕੱਪੜਾ ਪਾ ਫਿਰ ਮੈਂ ਆਪਣੇ ਕੱਪੜੇ ਉੱਪਰੇ ਪਾਏ ਕਿ ਹਨਾ ਉਸੇ ਤਰ੍ਹਾਂ ਹੀ ਗਿੱਲੇ ਬਾਲਾਂ ਚ ਹੀ ਆਪ ਸੋਚੋ ਕਿ ਪਿਸ਼ਾਬ ਦੇ ਬਦਬੂ ਨਾਲ ਮੈਂ टिफिन मेरा बैग से मैं च फटाफट मैं सैकल लेके चली गई बट वह मेरी घटना सी ठीक है वो दैट वॉज पेनफुल बट मैं मैं डिस्टर्ब नहीं कर सकी मेरे माइंड क्योंकि मैं दो हज़ार दो सह चुकी सी मैं क्या नहीं मेरे नाल तो होनी ही होनी है एंड जब ये तद तक होनी जब तक मैं अपना रिकोगनाइज नहीं किया जब तक मैं अपनी पहचान दुनिया कहस आई एम ए ट्रांसजेंडर आई एम प्राउड ट्रांसजेंडर मैं एक ट्रांसजेंडर ਇਹ ਆ ਇਸ ਇਸ ਨੂੰ ਚੀਜ਼ ਨੂੰ ਕਹਿਣ ਵਾਸਤੇ ਤਾਂ ਕਾਫੀ ਸਮੇਂ ਲੱਗ ਗਿਆ ਮੈਨੂੰ ਕਿਉਂਕਿ ਹਿੰਮਤ ਨਹੀਂ ਪੈਂਦੀ ਸੀ ਜੇ ਕਹਿੰਦੀ ਆ ਤਾਂ ਫਿਰ ਦੁਨੀਆ 'ਚ ਉਹਨੋ ਹੋ ਜਿਆਦਾ ਮਤਲਬ ਜੌਬਸ ਵਗੈਰਾ ਇਹ ਸਾਰੀ ਨਹੀਂ ਮਿਲਨੀ ਆ ਫਿਰ ਮੈਂ ਜੌਬ ਕਰਦੀ ਨਹੀਂ 2000 ਚਾਰ ਤੋਂ ਬਾਅਦ ਵੀ ਮੈਂ ਕਾਫੀ ਸਾਰੀ ਜਗ੍ਹਾ ਜੌਬ ਕੀਤੀ ਸਕੂਲ 'ਚ ਵੀ ਜੌਬ ਕਰਤੀ ਹੈ ਆਈਡੈਂਟੀਟੀ ਛੁਪਾ ਕੇ 2009 ਤੱਕ ਕੀਤੀ 2009 'ਚ ਮੈਂ ਇੱਕ ਐਨਜੀਓ ਰਜਿਸਟਰਡ ਕੀਤੀ ਸਕਸ਼ਮ ਕਰਕੇ ਹਾਲਾਂਕਿ ਬਾਅਦ ਚ ਫਿਰ ਦੁਬਾਰਾ ਉਹ ਹਰਿਆਣਾ ਚ ਸੀ ਜਿਹੜੀ ਮੈਨੂੰ ਖਤਮ ਕਰਕੇ ਮੈਂ ਚੰਡੀਗੜ੍ਹ ਦੁਬਾਰਾ ਬਣਾਈ ਅ ਅਸੀਂ ਨੈਸ਼ਨਲ ਲੈਵਲ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਅਸ ਕਾਫੀ ਅਸੀਂ ਲੋਕਾਂ ਨਾਲ ਮਿਲਣਾ ਜੁਲਣਾ ਨੈਸ਼ਨਲ ਲੈਵਲ ਦੇ ਜਿਹੜੇ ਟਰਾਂਸ ਜਿੰਡੈਕਟਿਵਿਸਟ ਐਕਟਿਵਿਸਟ ਜਿਹੇ ਅਸੀਂ ਉਹਨਾਂ ਨਾਲ ਮਿਲਣਾ ਸ਼ੁਰੂ ਕਰ ਤਾ 2012 ਤੱਕ ਆਂਦੇ ਆਂਦੇ ਸੀ ਸਾਰੇ ਲੋਕ ਬੜੇ ਜਿਹੜੇ ਪੜ੍ਹੇ ਲਿਖੇ ਸੀਗੇ ਜਿਹੜੇ ਬਾਹਰ ਆਏ ਐਂਡ ਅਸੀਂ ਦਿੱਲੀ 'ਚ ਇਕੱਠਾ ਹੋਏ ਹਾਂ ਦਿੱਲੀ 'ਚ ਜਾ ਕੇ ਅਸੀਂ ਫਿਰ ਇਹ ਸਾਰੇ ਜਿਹੜੇ ਨਾਲਸਾ ਨਾਲ ਮਿਲ ਕੇ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਨਾਲ ਮਿਲ ਕੇ ਇੱਕ ਪੀਆਲ ਡਰਾਫਟ ਜਿਹੜੇ ਹੈ ਨਾ ਉਹ ਬਣਾਈ ਫਿਰ ਪੀਐਨ ਜਿਹੜੀ ਪੀਐਲਐਸਸੀ ਸੁਪਰੀਮ ਕੋਰਟ ਚ ਧਾਇਰ ਕੀਤੀ ਐਂਡ 2013 ਚ ਪੰਜਾਬ ਯੂਨੀਵਰਸਿਟੀ ਵਿੱਚ ਅਸੀਂ ਪ੍ਰਾਈਡ ਆਰਗੇਨਾਈਜ਼ ਕਰਨਾ ਸ਼ੁਰੂ ਕੀਤਾ 2012 ਚ ਹੀ ਅਸੀਂ ਡਿਸਾਈਡ ਕਰ ਲਿਆ ਸੀ ਕਿ ਵੀ ਪ੍ਰਾਈਡ ਕਰਨੀ ਹੈ ਹਾਲਾਂਕਿ ਇਟ ਵਾਸ ਵਨ ਮੈਨ ਸ਼ੋ ਨਾ ਕੱਲੇ ਮੈਂ ਹੀ ਉਸ ਟਾਈਮ ਡਿਸਾਈਡ ਕੀਤਾ ਲੇਕਿਨ ਫਿਰ ਮੈਂ ਨਾਲ-ਨਾਲ ਔਰ ਵੀ 트랜스젠ਡਰ ਜਿਹੜੇ ਹੈ ਐਲਜੀਬੀਟੀ ਕਮਿਊਨਿਟੀ ਬਾਹਰ ਨਹੀਂ ਆਉਣਾ ਚਾਹੁੰਦਾ ਸੀ ਚਾਹੁੰਦੇ ਸੀ ਕਿਉਂਕਿ ਡਰ ਸੀਗਾ ਕਿ ਕਿਤੇ ਸਾਨੂੰ ਮਾਰਨਗੇ ਪਿੱਟਣਗੇ ਲੋਕ ਹੈ ਨਾ ਜੀ ਉਸ ਸਮੇਂ ਬਹੁਤ ਜ਼ਿਆਦਾ ਖੋਫ ਸੀਗਾ ਸਾਰੇ ਕਿ ਕਿਨਰ ਸਮਾਜ ਦਾ ਵੀ 트랜스 ਵੂਮਨ ਬਾਹਰ ਹੀ ਨਹੀਂ ਆਉਣਾ ਚਾਹੁੰਦੇ ਸੀਗੇ ਸੋ ਮੈਂ ਡਿਸਾਈਡ ਕੀਤਾ ਵੀ ਕਰਨਾ ਹੀ ਹੈ ਪ੍ਰਾਈਡ ਆਰਗੇਨਾਈਜ਼ ਪ੍ਰਾਈਡ ਮਤਲਬ ਗਰਵ ਉਤਸਵ ਮਨਾਣਾ ਜੀ ਓਪਨ ਐਂਡ ਅਸੀਂ ਡਿਸਾਈਡ ਕੀਤਾ ਇਹ ਇਹ ਜਿਹੜਾ ਗਰਭ ਉਤਸਵ ਹੈ ਪੰਜਾਬ ਯੂਨੀਵਰਸਿਟੀ ਚ ਕਰਨਾ ਐਜੂਕੇਸ਼ਨਲ ادارے ਚ ਜਿੱਥੇ ਅ ਜਿਹੜੇ ਯੰਗਸ ਮਾਈਂਡਸ ਹੈ ਇਹਨਾਂ ਨੂੰ ਅਵੇਅਰ ਕਰਨਾ ਇਹਨਾਂ ਨੂੰ ਅਸੀਂ ਸੈਂਸਿਟਾਈਜ਼ ਕਰਨਾ ਦੱਸਣਾ ਕਿ 트랜스젠ਡਰ ਕਮਿਊਨਿਟੀ ਆਲਸੋ ਐਗਜ਼ਿਸਟ ਐਲਜੀਬੀਟੀ ਕਮਿਊਨਿਟੀ ਆਲਸੋ ਐਗਜ਼ਿਸਟ ਹੈ ਨਾ ਲੇਕਿਨ ਸ਼ੁਰੂ ਚੀਜ਼ ਬੜਾ ਦਿੱਕਤ ਆਈ 2013 ਜਿਹੜਾ ਪ੍ਰਾਈਡ ਹੋਈ ਫ फेब्रुवारी ਚ ਪੰਜਾਬ ਯੂਨੀਵਰਸਿਟੀ ਨੇ ਮਨਾ ਕਰ ਦਿੱਤਾ ਪੰਜਾਬ ਯੂਨੀਸਿਟ ਨੇ ਕਿਹਾ ਕਿ ਸੱਚ ਕਾਈਂਡ ਆਫ ਐਕਟੀਵਿਟੀ ਸ਼ੁੱਡ ਨਾਟ ਅਲਾਉਡ ਇਨ ਐਜੂਕੇਸ਼ਨਲ ਇੰਸਟੀਟਿਊਸ਼ਨਸ ਮੈਂ ਉਹਨਾਂ ਨੂੰ ਕਿਹਾ ਵੀ ਡੀਨ ਨੂੰ ਵੀ ਕਿ ਜਦੋਂ ਤੁਹਾਡੇ ਸਟੂਡੈਂਟਸ ਸਾਡੇ ਕੋਲ ਪੀ ਐਚ ਡੀ ਕਰਨ ਜਿਹੜਾ ਪੀ ਐਚ ਡੀ ਸਟੂਡੈਂਟਸ ਹੈ ਸਾਡੇ ਕੋਲ ਆਂਦੇ ਹਨ ਹੈ ਨਾ ਰਿਸਰਚ ਵਾਸਤੇ ਤਾਂ ਉਸ ਉਸ ਟਾਈਮ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਸੱਚ ਕਾਈਂਡ ਆਫ ਐਕਟੀਵਿਟੀ ਗਲਤ ਨਹੀਂ ਲੱਗਦਾ ਉਹ ਪੀ ਐਚ ਡੀ ਕਰ ਰਹੇ ਨੇ ਇੰਨੇ ਸਾਰੇ ਤੁਹਾਡੇ ਪੀ ਐਸ ਡੀਜ਼ ਹੋ ਰਹੀਆਂ ਸਾਡੇ ਉੱਪਰ तो उस समय तो कोई बुरा नहीं लगता बिल्कुल और जदों असी अपने ह्यूमन राइट्स अपने हकूक वास्ते आ, या कवेकनिंग वास्ते अहर आना चाहते हैं सपोर्ट या यू नो मास लैवल असी एडवोकेसी करना चाहते हैं तदों तुम तो लगता कि ये गलत है है ना मतलब तीस सानू चाहते सप्रैस करके रखें दब दबा के रखें नहीं बिल्कुल जो ठीक है आइडेंटिटी है ठीक है दबा के रखो बट नीचे जो भी है अंदर बंद कमरे जो मर्जी करो लेकिन बाहर ना कुछ करो mm -hmm. है ना सो so, असी फिर सोचा कि नहीं प्राइड तक करनी करनी है मैं भी बहुत चलाक सी मैं फिर बहुत सारे डिपार्टमेंट्स के स्टूडेंट को तो पहले ही जोड़ लिया सोशल वर्क हो गया ह्यूमन राइट्स हो गया वूमेन स्टडी है सोशोलॉजी है एंथ्रोपोलॉजी साइकोलॉजी सारे डिपार्टमेंट्स के स्टूडेंट्स मैं तो ऑलरेडी पहले ही जोड़े से ਜੇ ਉੱਥੋਂ ਦੀ ਨਾ ਹੋਈ ਮੈਂ ਸਟੂਡੈਂਟ ਨੂੰ ਕਿਹਾ ਕਿ ਤੁਸੀਂ ਕਰਨੀ ਹੈ ਮੈਂ ਪਿੱਛੇ ਹੂੰ ਜਦੋਂ ਸਿਕਿਉਰਟੀ ਵਾਲੇ ਆਏ ਤੇ ਉਹਨਾਂ ਨੇ ਬੰਦ ਕਰਵਾਉਣਾ ਚਾਹਿਆ ਸਟੂਡੈਂਟਸ ਨੇ ਕਿਹਾ ਇਹ ਤਾਂ ਅਸੀਂ ਕਰ ਰਹੇ ਹਾਂ ਵੀ ਆਰ ਸਟੂਡੈਂਟਸ ਹੈ ਨਾ ਸੋ ਕਹਿੰਦੇ ਤੁਸੀਂ ਇੱਥੋਂ ਜਾਓ ਅਸੀਂ ਕਿਹਾ ਅਸੀਂ ਜਾਣ ਵਾਸਤੇ ਇੱਥੋਂ ਆਏ ਹਾਂ ਸੋ ਅਸੀਂ ਨੱਚਿਆ ਗਾਇਆ ਕੁਦੇ ਉੱਥੇ ਪੂਰੇ ਗਿੱਧਾ ਵਦਦਾ ਟ੍ਰਾਂਸਜੈਂਟ ਦਾ ਗਿੱਧਾ ਹੋਇਆ 2013 ਚ ਪਹਿਲੀ ਜਿਹੜੀ ਪ੍ਰਾਈਡ ਹੋਈ ਚੰਡੀਗੜ੍ਹ ਵਿੱਚ ਐਂਡ ਸਾਰੇ মিডিਆ ਜਿਹੜੇ ਹਾਊਸਸ ਨੇ ਕਵਰ ਕੀਤਾ ਸਾਰੇ 2013 ਵਿੱਚ ਉਸ ਤੋਂ ਬਾਅਦ 2014 ਚ ਵੀ ਪ੍ਰਾਈਡ ਹੋ ਚੁੱਕੀ ਸੀ ਉਸ ਤੋਂ ਬਾਅਦ April ਵਿੱਚ ਸੁਪਰੀਮ ਕੋਰਟ ਦੀ ਜੱਜਮੈਂਟ ਆਈ 15 April 2014 ਵਿੱਚ ਜਦੋਂ ਜੱਜਮੈਂਟ ਆਈ ਥੋੜਾ ਜਿਹਾ ਸਾਰੇ ਦੁਨੀਆ 'ਚ ਪਤਾ ਲੱਗਾ ਕਿ 트랜ਸ ਜੈਂਡਰ ਜਿਹੜੇ ਹੈ ਕਮਿਊਨਿਟੀ ਨੂੰ ਸੁਪਰੀਮ ਕੋਰਟ ਨੇ ਰੈਕਗਨਾਈਜ਼ ਕਰ ਦਿੱਤਾ ਥਰਡ ਜੈਂਡਰ ਸੋ ਜਦੋਂ ਮੈਂ ਇਹ ਜਿਸ ਦਿਨ 15 April ਵਾਲੇ ਦਿਨ ਮੈਂ ਮੁੰਬਈ ਤੋਂ ਚੰਡੀਗੜ੍ਹ ਆ ਰਹੀ ਸੀ ਟ੍ਰੇਨ 'ਚ ਸੀਗੀ ਐਂਡ ਕੋਈ ਸੈਮੀਨਾਰ ਸੀਗਾ ਮੁੰਬਈ 'ਚ ਉਹ ਅਟੈਂਡ ਕਰਕੇ ਵਾਪਸ ਆ ਰਹੀ ਸੀ ਮੈਂ ਟ੍ਰੇਨ 'ਚ ਹੀ ਸੀਗੀ ਜਦੋਂ ਨਿਊਜ਼ ਮਿਲੀ ਮੈਨੂੰ ਐਨੀ ਖੁਸ਼ੀ ਹੋਈ ਨਮਸ਼ ਸ਼ਾਊਟ ਕੀਤਾ ਟ੍ਰੇਨ 'ਚ ਸਾਰੇ ਲੋਕ ਮੈਨੂੰ ਦੇਖਣ ਲੱਗੇ ਕਿ ਯੈਸ ਆਈ ਗਾਟ ਆਮ ਅ 트ਾਂਸ ਜੈਂਡਰ ਨੋ ਤੁਸੀਂ ਇਹ ਕਦੋਂ ਫੈਸਲਾ ਕੀਤਾ ਮੈਮ ਕਿ ਮੈਂ ਹੁਣ ਦੁਨੀਆ ਦੀ ਪਰਵਾਹ ਨਾ ਕਰਕੇ ਤੇ 트ਾਂਸ ਵੂਮਨ 'ਚ ਮੈਂ ਹੁਣ ਕਨਵਰਟ ਹੋਣਾ ਅਹ ਦੇਖੋ ਮੈਂ ਸਿਰਫ 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 ਲੀਗਲ ਜਿਹੜੀ ਹੈ ਨਾ ਉਹ ਐਨਟਾਈਟਲਮੈਂਟਸ ਦੀ ਵੇਟ ਕਰ ਰਹੀ ਸੀਗੀ 2014 ਚ ਜਦੋਂ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਫਿਰ ਮੈਂ ਕਹਿਣਾ ਕਿ ਯਸ ਆਈ ਐਮ ਅ ਟ੍ਰਾਂਸ ਜੈਂਡਰ ਉਹ ਜਿਹੜਾ ਪੁਲ ਹੈ ਉਹ ਮੇਰੇ ਵਾਸਤੇ ਬੜਾ ਇੰਪੋਰਟੈਂਸ ਕਿ ਯਸ ਨਾਓ ਵੀ ਆਰ ਰੈਕੋਗਨਾਈਜ਼ਡ ਜੀ ਲੀਗਲੀ ਹੈ ਨਾ ਐਂਡ ਜਦੋਂ ਸਾਰੇ ਅਧਾਰਿਆਂ ਨੂੰ ਸੁਪਰੀਮ ਕੋਰਟ ਨੇ ਸੈਂਟਰ ਗਵਰਨਮੈਂਟ ਤੇ ਸਟੇਟ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ 6 ਮਹੀਨੇ ਦੇ ਅੰਦਰ ਅੰਦਰ ਇਹਨਾਂ ਦੇ ਵਾਸਤੇ ਸਾਰੇ ਹੀ ਪ੍ਰੋਵੀਜ਼ਨ ਜਿੰਨੇ ਵੀ ਸਾਰੇ ਜਿੰਨੇ ਵੀ ਅਧਿਕਾਰ ਹੈ ਇਹਨਾਂ ਨੂੰ ਦੇਣੇ ਆ ਠੀਕ ਹੈ ਨਾ ਫਿਰ ਆਧਾਰ ਕਾਰਡ ਵੋਟਰ ਕਾਰਡ ਇਹ ਸਾਰੇ ਚੀਜ਼ਾਂ ਚੇਂਜ ਹੋਣੀਆਂ ਸ਼ੁਰੂ ਕੀਤੀਆਂ ਐਂਡ ਉਸ ਤੋਂ ਬਾਅਦ ਮੈਂ 2015 'ਚ ਮੈਂ ਆਪਣਾ ਆਧਾਰ ਕਾਰਡ ਵੋਟਰ ਕਾਰਡ ਆਪਣਾ ਬੈਂਕ ਅਕਾਊਂਟ ਪੈਨ ਕਾਰਡ ਇਰਨ ਕੀ ਬਾਅਦ ਚ ਮੈਂ ਪਾਸਪੋਰਟ ਵੀ ਚੇਂਜ ਕੀਤਾ ਆਪਣੇ ਉਹਦੇ ਤੇ 트랜ਜ਼ੀਐਂਟ ਹੀ ਲਿਖਿਆ ਹੁੰਦਾ ਮੈਮ 트랜ਜ਼ੀਐਂਟ ਹੈ ਸਾਰੇ ਜਗ੍ਹਾ 트랜ਜ਼ੀਐਂਟ ਹੈ ਫਿਰ ਇਹ ਸਾਰੀ ਚੀਜ਼ਾਂ ਐਂਡ ਲੀਗਲੀ ਮਤਲਬ ਹੁਣ ਮੈਨੂੰ ਕੋਈ ਉਹ ਮਤਲਬ ਵਿਸਥਾਰਾਂ ਦਾ ਨਹੀਂ ਸੀ ਕਿ ਆ ਵੀ ਹੁਣ ਕੋਈ ਆਬਜੈਕਸ਼ਨ ਕਰੇਗਾ ਬਿਕੋਜ਼ ਸਾਰੀ ਚੀਜ਼ਾਂ ਹੁਣ 트랜ਜ਼ੈਂਡਰ ਦੀ ਹੋ ਗਈਆਂ ਦੋਜ਼ ਆ 16 ਵਿੱਚ ਆਂਦੇ ਆਂਦੇ ਪੰਜਾਬ ਯੂਨੀਵਰਸਿਟੀ ਨੇ ਵੀ 15 ਜੇ 2015 ਚ ਆਪਣੇ ਸਾਰੇ ਐਡਮਿਸ਼ਨ ਫਾਰਮ ਚ ਥਰਡ ਜੈਂਡਰ ਜਿਹੜਾ ਹੈ ਉਹ ਐਡ ਕਰ ਲਿਆ ਸੀ। ਮੈਂ ਕਾਫੀ ਸਾਰੇ ਟਰਾਂਸ ਜੈਂਡਰ ਨੂੰ ਕਿਹਾ ਤੁਸੀਂ ਪੜ ਲਓ ਕਿਉਂਕਿ ਮੇਰੀ ਏਜ ਵੀ ਕਾਫੀ ਹੋ ਗਈ ਸੀ ਐਂਡ ਮੈਂ ਕਾਫੀ ਲੋਕਾਂ ਨੂੰ ਕਨਵਿੰਸ ਕੀਤਾ ਉਹਨਾਂ ਨੇ ਐਡਵੋਕੇਸੀ ਕੀਤੀ ਲੇਕਿਨ ਕੋਈ ਵੀ ਪੜਨ ਨੂੰ ਤਿਆਰ ਨਹੀਂ ਸੀ। ਡਰਦੇ ਸੀ ਕਿ ਅਸੀਂ ਜੇ ਯੂਨੀਵਰਸਿਟੀ 'ਚ ਗਏ ਤੇ ਲੋਕ ਮੈਨੂੰ ਸਾਨੂੰ ਗਲਤ ਕਹਿਣਗੇ ਬੁਲੀ ਕਰਨਗੇ ਹਰਾਸਮੈਂਟ ਕਿਉਂਕਿ ਪਹਿਲੇ ਵੀ ਉਹਨਾਂ ਦੇ ਸਾਰੇ ਐਕਸਪੀਰੀਐਂਸ ਬੁਰੇ ਸਿਗੇ ਸਕੂਲ ਕਾਲਜ ਵਿੱਚ ਵੀ ਬੁਰੇ ਐਕਸਪੀਰੀਐਂਸ ਸੀ ਤਾਂ ਹੀ ਉਹਨਾਂ ਨੇ ਛੱਡਿਆ ਕਹਿੰਦੇ ਜੇ ਹੁਣ ਇੱਥੇ ਦੁਬਾਰਾ ਸੀ ਐਡਮਿਸ਼ਨ ਲੈਂਦੇ ਤਾਂ ਲੋਕ ਸਾਨੂੰ ਦੁਬਾਰਾ ਅਗੇ ਬੁਲੀ ਹਰਾਸਮੈਂਟ ਕਰ ਮੈਂ ਕਿਹਾ ਨਹੀਂ ਹੁਣ ਤਾਂ ਸਾਡੀ ਆਇਡੈਂਟੀਟੀ ਰਿਕੋਗਨਾਈਜ਼ ਹੈ ਕਹਿੰਦੇ ਫਿਰ ਜਿਹੇ ਜੜੇ ਆ ਗਏ ਉੱਤੇ ਤੁਹਾਨੂੰ ਪਿੱਟਣਗੇ ਮੈਂ ਕਿਹਾ ਨਹੀਂ ਹੋ ਸਕਦਾ ਐਦਾਂ ਕੁਝ ਨਹੀਂ ਪਰ ਜੇ ਕੋਈ ਨਹੀਂ ਮੰਨਿਆ ਫਿਰ ਉਹੀ ਦਰਵਾਜ਼ਾ ਮੈਨੂੰ ਖੋਲਣਾ ਪਿਆ ਐਂਡ 22 ਸਾਲ ਬਾਅਦ ਜਦੋਂ ਮੈਂ ਇੱਕ ਦਿਨ ਸੋਚ ਰਹੀ ਸੀਗੀ ਕਿ ਕੋਈ ਐਡਮਿਸ਼ਨ ਨਹੀਂ ਲੈ ਰਹਾ ਤੇ ਅਚਾਨਕ ਮੇਰੇ ਦਿਮਾਗ ਤੇ ਆਇਆ ਕਿ 2 1993 ਚ 94 ਚ ਜਦੋਂ ਮੈਂ ਪੜ੍ਹਾਈ ਛੱਡੀ ਤੇ ਮੇਰੀ ਪੜ੍ਹਾਈ ਅਧੂਰੀ ਰਹਿ ਗਈ ਜੀ ਹੈਨਾ ਮੈਂ ਲਾਅ ਕਰਨਾ ਸੀਗਾ ਲੇਕਿਨ ਛੱਡ ਤੇ ਆ ਉਸ ਸਮੇਂ ਇਹ ਸੋਚਿਆ ਸੀਗਾ ਕਿ ਆਣਾ ਤਾਂ ਮੈਂ ਇਸੀ ਯੂਨੀਵਰਸਿਟੀ ਚ ਹੈ ਐਨ ਸ਼ਿਖੰਡੀ ਬਣ ਕੇ ਆਣਾ ਜੀ ਹੈਨਾ ਅਚਾਨਕੋ ਦਿਮਾਗ ਤੇ ਦੁਬਾਰਾ ਆਇਆ ਕਿ ਯੈਸ ਹੁਣ ਟਾਈਮ ਆ ਗਿਆ ਜੀ ਹੈਨਾ और मेरी आइडेंटिटी भी है नाओ एम शिखंडी है ना सो मैं जो एडमिशन ली सो हज़ार सोलह च तो ह्यूमन राइट्स एंड सेंटर फॉर ह्यूमन राइट्स एंड ड्यूटीज मैं एडमिशन लेती बिकॉज मैं चाहती सी कि मैं सारे ह्यूमन राइट्स जड़े हैं हुकूक की हैं वो मैं पता रह ह्यूमन रईट्स देखो आर्टिकल जो फंडामेंटल तो राइट्स हैं जो ते मेरे भी हैं सेम सेम है वो भी ज, जेंडर न्यूट्रल है फ्रीडम ऑफ एक्सप्रेशन है फ्रीडम ऑफ uh, जो uh, जीन का अधिकार है एंड संविधान के अगर सारे बराबर हैं कोई लिंग जात पात इस तो इस भेद तो परे हैं सारे और है। कोई जेंडर मैं यही uh, uh, लिखा गया कि भी ਇਸ ਮੇਲ ਫੀਮੇਲ ਵਾਸਤੇ ਸਾਰੇ ਜੈਂਡਰਸ ਮੈਮ ਜਿਵੇਂ 트랜스ਜੈਂਡਰਸ ਦੇ ਕੋਈ ਐਥਿਕਸ ਵੀ ਹੋਣੇ ਚਾਹੀਦੇ ਨੇ ਆ ਹੁੰਦੇ ਨੇ ਜਿੱਦਾਂ ਹੁਣ ਅਸੀਂ ਕਈ ਵਾਰੀ ਰਾਤ ਨੂੰ ਰੋਡਾਂ ਤੇ ਦੇਖਦੇ ਆਂ ਕੁਝ ਗਲਤ ਵੀ ਹੋ ਰਿਹਾ ਕੁਝ ਗਲਤ ਵੀ ਕਰ ਰਹੇ ਨੇ ਕੁਝ 트랜스ਜੈਂਡਰਸ ਗਲਤ ਮਤਲਬ ਜੋ 트랜스ਜੈਂਡਰ ਨਹੀਂ ਵੀ ਹੈ ਉਹ ਵੀ ਬਣ ਕੇ ਖੜੇ ਨੇ ਜਾਂ ਉਹ ਗੱਡੀਆਂ 'ਚ ਬੈ ਕੇ ਜਦੋਂ ਲੋਕਾਂ ਨਾਲ ਜਾਂਦੇ ਨੇ ਆ ਜੋ ਵੀ ਸ਼ਹਿਰ ਦਾ ਮਾਹੌਲ ਹੁੰਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ? ਦੇਖੋ ਪਤਾ ਕੀ ਹੈ ਇਹ ਹੌਲੀ ਹੌਲੀ ਚੇਂਜ ਹੋ ਰਿਹਾ ਹੈ ਹੈਨਾ ਹੁਣ ਇਹ ਸਾਰੇ ਇੱਕ ਤਰ੍ਹਾਂ ਰੈਵੋਲੂਸ਼ਨ ਹੈ ਜੀ ਐਂਡ ਮੈਂ ਪਹਿਲੇ ਵੀ ਕਿਹਾ ਕਿ ਇਹ ਨਾ ट्रांजिशन ਵਾਲਾ ਟਾਈਮ ਹੈ ਇੱਕ ਤਾਂ ट्रांजिशन ਬੋਡੀ ਦਾ ਵੀ ਹੁੰਦਾ ਇੱਕ ट्रांजिशन ਜਿਹੜਾ ਹੁੰਦਾ ਸਮੇਂ ਦਾ ਜੀ ਸੋਸਾਇਟੀ ਦਾ ਵੀ ਟਾਈਮ ਵੀ ਚੇਂਜ ਹੋ ਰਿਹਾ ਹੈ ਥੈਂਕ ਗੋਡ ਉਹ ਸੈਕਸ ਵਰਕ ਕੀ ਕਰ ਰਹੇ ਹਨ ਜੀ ਪਰਮਾਣੂ ਬੰਬ ਨਹੀਂ ਚਲਾ ਰਹੇ ਹਨ ਹੈਨਾ ਜੀ ਇਜ਼ਰਾਈਲ ਫਿਲਿਸਤੀਨ ਵਾਲਾ ਜਾਂ ਯੂਕਰੇਨ ਰਸ਼ੀਆ ਵਾਲਾ ਚਾਈਨਾ ਤਾਈਵਾਨ ਫਲਾਣਾ 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 ਥੈਂਕ ਗੋਡ ਮੇਥਾ ਪਰਮਾਤਮਾ ਤੂੰ ਹੀ ਕਹਦੀ ਪਰਮਾਤਮਾ ਤੂੰ ਮੈਨੂੰ ਖੁਸਰਾ ਬਣਾਇਆ ਹੈ ਥੈਂਕਸ ਤੇਰਾ ਮੈਨੂੰ ਮਰਡਰਰਸ ਨੇ ਕਿਸੇ ਦਾ ਮਰਡਰ ਨਹੀਂ ਕਰਵਾਇਆ ਕਿਸੇ ਤੋਂ ਮੇਰਾ ਰੇਪ ਨਹੀਂ ਅਸੀਂ ਰੇਪਿਸਟ ਨਹੀਂ ਹੈ ਅਸੀਂ ਕਿਸ ਕਿਸੇ ਦਾ ਬਲਤਕਾਰ ਨਹੀਂ ਕੀਤਾ ਅਸੀਂ ਕੋਈ 420 ਨਹੀਂ ਕੀਤਿਆਂ ਅਸੀਂ ਆਪਣਾ ਸਰੀਰ ਵੇਚ ਕੇ ਚਲੋ ਮੈਂ ਨਹੀਂ ਕਰਦੀ ਲੇਕਿਨ ਬਹੁਤ سارے ਲੋਕ ਕਹਿੰਦਾ ਜਿਹੜਾ ਆਪਣਾ ਸਰੀਰ ਵੇਚ ਕੇ ਉਹ ਠੀਕ ਹੈ ਦੇਖੋ ਇਹ ਮੈਂ ਫਿਰ ਕਹੂੰਗੀ ਅਜੇ ਟਾਈਮ ਚੇਂਜ ਹੋ ਰਿਹਾ ਹੈ ਹਾਂਜੀ ਠੀਕ ਹੈ ਨਾ ਬਹੁਤ سارے ਲੋਕ ਬਾਹਰ ਆ ਰਹੇ ਆਪਣੇ ਆਈਡੈਂਟੀਟੀ ਨਾਲ ਹਮ ਟ੍ਰਾਂਜੀਸ਼ਨ ਹੋ ਰਿਹਾ ਹੈ ਐਂਡ ਲੋਕਾਂ ਨੂੰ ਜਦੋਂ 12 ਦੇ ਜੌਬ ਨਹੀਂ ਮਿਲ ਰਹੀ ਹੂੰ ਨਾ ਲੋਕ ਜੌਬ ਨਹੀਂ ਦੇ ਰਹੇ ਜਾਂ ਤਾਂ ਆ ਆਈ ਐਮ ਮੈਂ ਪਹਿਲੇ ਕਿਹਾ ਵੀ ਆਈ ਐਮ ਇਨ ਰਾਈਟ ਜੈਂਡਰ ਤੁਸੀਂ ਮੈਂ ਬਿਲਕੁਲ ਠੀਕ ਆ ਮੈਨੂੰ ਸੁਸਾਇਟੀ ਨਾਲ ਕੋਈ ਪ੍ਰੋਬਲਮ ਨਹੀਂ ਸੁਸਾਇਟੀ ਨੂੰ ਸਾਨੂੰ ਸਾਡੇ ਨਾਲ ਪ੍ਰੋਬਲਮ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਸੁਸਾਇਟੀ ਵਿੱਚ ਉਹ ਸਾਰੇ ਇਦਾਂ ਦੇ ਪ੍ਰੋਬਲਮ ਹੋ ਰਹੀਆਂ ਐਂਡ ਸੈਕਸ ਵਰਕਰ ਤਾਂ ਸਿਰਫ 트ਾਂਸ ਜੈਂਡਰ ਨਹੀਂ ਹੈ ਬਿਲਕੁਲ ਨਾ दुनिया का मैं आज भी एक सवेरे देख रही थी आंदे आंदे गंगू बाई जी 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 है ना कि दुनिया का सबसे बड़ा धन, पहला धंधा जो है ना वो सेक्स वर्ग की है वेशवृति है जी. दुनिया का सबसे पहला बिजनेस यही है है ना वेश्यावृत्ति हमारे पास ट्रांसजेंडर के पास कौन आता है खुद ही ट्रांसजेंडर तो नहीं जाते ना बिल्कुल कौन आदमी आते हैं या तो आदमी आना छोड़ दें बिल्कुल है ना उनको तो बस पैसा चाहिए पैसा कमाना है और अपना शरीर बेचना सर्विस दे रहे हैं मैं ये नहीं करूँ कि कोई अच्छा है या बुरा मेरे को नहीं पता ही अच्छा है बुरा है ये तो वो इंसान जो दे रहा है वो ले रहा है जो सर्विस दे रहा है उनको पता है लेकिन मैं ये कहूँगी कि अभी समय बदल रहा है समय को थोड़ा ता... ओवरनाइट कुछ भी नहीं बदलता 2020 हजार बीस में आ, एक्ट बना है ट्रांसजेंडर पर्सन प्रोटेक्शन एक्ट बना है दो में जी है ना अभी कितने साल तीन साल हुए हैं अभी मैं खुद भी सरकार से इतनी सारी चीजों के लिए लड़ रही हूँ मेरे को खुद मेरे पास जॉब नहीं है मेरे पास फूड ट्रक है है ना जो कि आयुष्मान खुराना जी ने मेरे को डोनेट किया है बारह लाख का उन्होंने मेरे को डोनेट किया है। लेकिन वो अभी महीने से ऐसा ही खड़ा और वो खराब हो गया आप सोचो छह महीने जो बारिश आ आज के खराब क्यों नहीं आपको परमिशन मिल रही फिर मतलब <coughs> अभी भी एक्सेप्टेंस नहीं हो रही एक्सेप्टेंस ये नहीं कि वो कह रहे कि देखो हमारे पास कोई लॉ नहीं है लॉ ट्रांसजेंडर को काम नहीं कर सकता जब नहीं आ, नहीं दे रहे तो इस मतलब नहीं, आप सोचो कि आप एक तरफ से तो आप दे रहे हो कि नहीं ट्रांसजेंडर आप काम करो दूसरी तरफ तो कह रहे हैं कि ऐसा कोई लॉ ही नहीं है मतलब अगर वो ट्रक अगर एक मेल का होता या फीमेल का होता तब तो तक चल रहा होता वो चला ही लेते देखो मेल फीमेल तो आप कहीं ना कहीं जुगाड़ लेके हमारे कौन जानता हमारे कौन से सिफारिशें हैं हमारे कोई जानता नहीं हमारे कोई सिफारिश नहीं गवर्नर तो या कोई मेरे मंत्री तो मेरे को नहीं जानते हैं हम तो सिर्फ हाथ जोड़ के खड़े हो सकते हैं साहब हमारे फूड ट्रक है हम लोग पाँच लोग दस लोग चलाना चाहते हैं आप हमारे को रोजगार चाहिए और मैं आ, मैं जो हूँ फिफ्टी थ्री की अगर आप मेरे को जॉब नहीं दे सकते कम से कम मैं अपना काम तो शुरू कर सकते हैं मुझे खाना खाना है मेरे को पेट पालना अपना है मेरे और भी ज़रूरतें हैं सो सरकार ने अभी वो फाइल है वो चल रही है मना भी नहीं किया ना हाँ, इतना दबदबा तो ठीक है मेरा है कि उन्होंने मना भी नहीं किया Uh, लेकिन uh, मोहाली में मैंने शुरू करना चाहा था मोहाली वालों ने मना कर दिया था कि नहीं सॉरी uh, धनंजय हम लोग नहीं कर सकते क्योंकि यहाँ पॉलिसी नहीं है एंड चंडीगढ़ वाले भी नो उन लोगों ने भी कहा कि हमारे पास कोई पॉलिसी नहीं है फूड बैन की तो यू हैव टू वेट तो छः महीने हो गए वो फूड ट्रक वैसे ही बंद पड़ा है अभी स्टार्ट भी नहीं हो रहा हो है ना अभी उसको दोबारा रिपेयर करना और दूसरी बात मेरे पास अभी चलाने के लिए भी पैसा नहीं है ਮੈਮ 1999 ਤੋਂ ਲੈ ਕੇ ਹੁਣ ਤੱਕ ਸਮਾਜ 'ਚ ਤੁਸੀਂ ਕੀ ਚੇਂਜਸ ਦੇਖ ਰਹੇ ਹੋ 트랜ਸਜੈਂਡਰਸ ਨੂੰ ਲੈ ਕੇ ਲੋਕਾਂ ਤੋਂ ਲੈ ਕੇ 트랜ਸਜੈਂਡਰਸ ਤੋਂ ਲੈ ਕੇ ਸੋਸਾਇਟੀ ਦਾ ਓਵਰਆਲ ਕੀ ਦਿਖ ਰਹੇ ਹੋ ਚੇਂਜ ਦੇਖੋ ਸੋਸਾਇਟੀ ਦਾ ਜਿਹੜਾ ਮਾਈਂਡਸੈਟ ਹੈ ਹਜੇ ਵੀ ਉਦਾਂ ਦੀ ਹੀ ਹੈ ओके ਕੀ ਸੋਚਦੇ ਨੇ ਉਹ 트랜ਜੈਂਡਰਸ ਬਾਰੇ ਮਤਲਬ ਗਲਤ ਕਿਉਂ ਸੋਚਦੇ ਨੇ ਉਹ ਇਹ ਕਿਉਂ ਨਹੀਂ ਸੋਚਦੇ ਕਿ ਉਹ ਆਪਣੀ ਮਰਜ਼ੀ ਨਾਲ ਮੁੰਡਾ ਨਹੀਂ ਹੈ ਉਹ ਆਪਣੀ ਮਰਜ਼ੀ ਨਾਲ 트랜ਜੈਂਡਰ ਨਹੀਂ ਹੈ ਇਹ ਇਦਾਂ ਦੀ ਸੋਚ ਕਿਉਂ ਨਹੀਂ ਹੋ ਪਾਰੀ ਦੇਖੋ ਪਹਿਲੀ ਗੱਲ ਤਾਂ ਹੈ ਕਿ ਜਦੋਂ ਅਸੀਂ ਐਨ ਐਕਸੈਪਟੈਂਸ ਵਾਲੇ ਜਗਾਹ ਤੇ ਆ ਗਏ ਕਿ ਭਈ ਅਸੀਂ ਸਾਨੂੰ ਚਰਚਾ ਛੱਡਣੀ ਸ਼ੁਰੂ ਹੋ ਗਈ ਸਾਡੀ ਚਰਚਾ ਹੋ ਗਈ ਐਕਸੈਪਟੈਂਸ ਵੀ ਲੇਕਿਨ ਆਪਣੇ ਘਰ ਚ ਨਾ ਹੋਵੇ ਹੂੰ ਬਗਾਣੇ ਦੇ ਘਰ ਹੋ ਜਵੇ ਕੋਈ ਨਾ ਪ੍ਰਮਾਤਮਾ ਨੇ ਦਿੱਤਾ ਹੈ ਕੋਈ ਨਾ ਤੁਸੀਂ ਰੱਖ ਲੋਏ ਲekin ਆਪਣੇ ਘਰ ਚ ਨਾ ਹੋਵੇ ਤੁਲਸੀ ਦੀ ਗੱਲ ਆ ਗਈ ਤੁਲਸੀ ਮਾਤਾ ਬਾਹਰ ਕਰ ਦੇ ਭਗਤ ਸਿੰਘ ਸਾਰਿਆਂ ਦੇ ਘਰ ਪੈਦਾ ਹੁੰਦੇ ਪਰ ਲੇਕਿਨ ਆਪਣੇ ਘਰ ਚ ਇਹ ਹੁੰਦਾ ਕਿ ਦੇਖੋ ਸਾਨੂੰ ਲੋਕਾਂ ਨੂੰ ਇਹ ਲੱਗਦਾ ਕਿ ਸਾਡੇ ਘਰ ਚ ਪੈਦਾ ਹੋ ਗਿਆ ਤੇ ਸਾਡੇ ਬਾਕੀ ਬੱਚਿਆਂ ਦਾ ਵਿਆਹ ਹੀ ਰੁਕ ਜਣੇ ਹਮ ਸਮਾਜ ਸਾਨੂੰ ਕਿਹੜੀ ਅੱਖਾਂ ਦੇਖੇ ਮੇਰੇ ਭੈਣ ਭਰਾ ਦੇ ਵਿਆਹ ਰੁਕ ਗਏ ਸੀਗੇ ਮੇਰੇ ਹੋਰ ਰਿਸ਼ਤੇਦਾਰਾਂ ਦੇ ਵਿੱਚ ਬਹੁਤ ਚਰਚਾਵਾਂ ਸ਼ੁਰੂ ਹੋ ਗਈ ਕਿ ਇਹ ਜਾਂ ਜੋ ਵੀ ਆਂਦਾ ਸੀ ਰਿਸ਼ਤੇ ਲੈ ਕੇ ਉਸ ਉਹਦੇ ਕਿ ਏ ਵੀ ਖੁਸਰੇ ਨਾ ਆਉਣ ਹੈ ਨਾ ਇਹਨਾਂ ਦਾ ਮੈਡੀਕਲ ਚੈੱਕਅਪ ਦਾ ਸੋ ਇਹ ਜਿਹੜੀ ਹੈ ਨਾ ਬੜੀ ਬੇਇੱਜ਼ਤੀ ਵਾਲਾ ਮਾਵਾਬ ਨੂੰ ਲੱਗਦਾ ਕਿ ਇਹਦੇ ਕਰਕੇ ਸਾਡਾ ਪਰਿਵਾਰ ਖਰਾਬ ਹੋ ਗਿਆ ਹੈ ਨਾ ਇਸ ਨੂੰ ਬਾਹਰ ਕੱਢੋ ਮੈਮ ਜਿਆਦਾ ਟ੍ਰਾਂਸ ਜੈਂਡਰਸ ਮੇਕਅਪ ਆਰਟਿਸਟ ਕਿਉਂ ਹੁੰਦੇ ਨੇ ਆ ਬਿਕੋਜ਼ ਅਸੀਂ ਸਾਰੇ ਟ੍ਰਾਂਸ ਊਮਨ ਵਾਸਤੇ ਹੀ ਸੋਚਦੇ ਨਾ ਟ੍ਰਾਂਸ ਮੇਲ ਵੀ ਹੁੰਦੇ ਹਨ ਟ੍ਰਾਂਸ ਮੇਲ ਤਾਂ ਨਹੀਂ ਮੇਕਅਪ ਵਾਸਤੇ ਸੋਚਦੇ ਨਾ आ, ट्रांस फीमेल इस करके सोचते हैं क्योंकि बचपन तो ही आ, औरत का सपना लेके चल दें कि मैं औरत हैं। क्योंकि कुदरत ने फेस इदा नहीं बनाया तो वो अपने फेस न पूरा डेकोरेट करने वास्ते ना फीमेल का लुक लिया वास्ते वो पूरी कोशिश कर दें तो कौली कर, हौली करते करते सीख जाते हैं बिल्कुल सो so, एक औरत होना औरत ਸਾੜੀ ਪਾਣਾ ਸੂਟ ਪਾਣਾ ਤਰ੍ਹਾਂ ਤਰ੍ਹਾਂ ਦੀ ਡ्रेसेस ਡਿਜ਼ਾਈਨਸ ਫੈਸ਼ਨ ਡਿਜ਼ਾਈਨਿੰਗ ਚ ਹੋ ਗਏ ਮੇਕਅਪ ਆਰਟਿਸਟ ਹੋ ਗਏ ਹੇਅਰ ਸਟਾਈਲਿਸਟ ਹੋ ਗਏ ਇਹ ਸਾਰੇ ਫੀਲਡ ਚ ਬਿਕੋਜ਼ ਇਸ ਕਰਕੇ ਜਾਂਦਾ ਕਿਉਂਕਿ ਉਹਨੂੰ ਬਚਪਨ ਤੋਂ ਹੀ ਰੰਦਾ ਕਿ ਔਰਤ ਬਣਨਾ ਸੀ ਬਿਲਕੁਲ ਸੋ ਆਪਣੇ ਆਪ ਨੂੰ ਬਣਦੇ ਬਣਦੇ ਚਲੋ ਅਸੀਂ ਨਹੀਂ ਬਣ ਸਕੀ ਅਸੀਂ ਦੂਸਰੇ ਨੂੰ ਖੁਸ਼ ਕਰ ਦਿੰਦੇ ਵੀ ਇਹ ਦੇਖੋ ਇਸ ਕਰਕੇ ਕਿਉਂਕਿ ਬਹੁਤ سارے ਟ੍ਰਾਂਜੈਂਟ ਇਦਾਂ ਹੈ ਜਿਹੜੇ ਖੁਦ ਆਈਡੈਂਟੀਟੀ ਰਿਵੀਲ ਨਹੀਂ ਕਰ ਪਾਉਂਦੇ ਹਮ ਹੈਨਾ ਸੋ ਉਹ ਜਿੰਜੇਸ਼ਨ ਤੁਸੀਂ ਪ੍ਰਿਆੰਸ਼ੂ ਦੀ ਜੀ ਜੀ ਮੌਸੇ ਗੱਲ ਤੇ ਵੀ ਆਣਾ ਸੀਗਾ ਕਿ ਉਹ ਪ੍ਰਾਂਸ਼ੂ 16 ਸਾਲ ਦਾ 트랜ਸਜੈਂਡਰ ਸੁਸਾਈਡ ਕਰ ਗਿਆ ਐਗਜ਼ੈਕਟਲੀ ਸੋ ਉਹ ਜਦੋਂ ਆਪਣਾ ਡੈਕੋਰੇਟ ਕਰਦਾ ਸੀ ਆਪਣੇ ਆਪ ਨੂੰ ਮੇਕਅਪ ਕਰਦਾ ਸੀ ਲੋਕਾਂ ਨੂੰ ਨਹੀਂ ਪੱਚਦਾ ਸੀਗਾ ਹਾਲਾਂਕਿ ਉਹਦੀ ਬਾਡੀ ਉਸ ਦਾ ਰੂਲ ਹੈ ਨਾ ਉਹ ਜੋ ਮਰਜੀ ਕਰਨ ਲੇਕਿਨ ਲੋਕਾਂ ਨੂੰ ਨਹੀਂ ਪੱਚਦਾ ਅਗਰ ਨਹੀਂ ਤੁਹਾਨੂੰ ਪਸੰਦ ਹੈ ਤਾਂ ਇਗਨੋਰ ਕਰ ਦਿਓ ਸਕਰੋਲ ਕਰ ਦਿਓ ਆਪਣੇ ਅੱਗੇ ਵਧਾ ਲਓ ਠੀਕ ਹੈ ਲੇਕਿਨ ਜ਼ਰੂਰ ਲੋਕ ਆਪਣੇ ਕਮੈਂਟਸ ਜ਼ਰੂਰ ਕਰਨਗੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਇਹ ਗਲਤ ਹੈ ਹੈਨਾ ਸੋ ਇਹ ਜਿਹੜੀ ਚੀਜ਼ਾਂ ਹੈ ਨਾ ਤੁਸੀਂ ਕਹਿ ਰਹੇ ਕਿ ਵੀ ਮੇਕਅਪ ਆਰਟਿਸ ਇਹ ਸਾਡੀ ਆਈ ਡੋਨਟ ਨੋ ਕਿ ਪਰਮਾਤਮਾ ਨੇ ਕਿਉਂ ਮਿਊਜ਼ ਸੰਗੀਤ ਲਲਿਤ ਕਲਾਵਾਂ ਮੈਂ ਸਿਰਫ ਮੇਕਅਪ ਆਰਟਿਸਟ ਦੀ ਗੱਲ ਨਹੀਂ ਕਰਦੀ ਜਿਹੜੀ ਲਲਿਤ ਕਲਾਵਾਂ ਹੈ ਨਾ ਉਹਦੇ ਵਿੱਚ ਸੰਗੀਤ ਹੋ ਗਿਆ ਹੋਰ ਆਰਟ ਹੋ ਗਿਆ ਪੇਂਟਿੰਗ ਹੋ ਗਿਆ ਮੇਕਅਪ ਹੋ ਗਿਆ ਸਾਰੀ ਚੀਜ਼ਾਂ ਜਿਹੜੀਆਂ ਉਹ ਸਾਡੇ ਵਿੱਚ ਪਤਾ ਨਹੀਂ ਕਿਉਂ ਹੈਰਡਿਟਰੀ ਅੰਦਰੋਂ ਹੀ ਗੁਣ ਹੁੰਦੇ ਆ ਅਸੀਂ ਬਾਚੇ ਇਨਾਈ ਫੀਲਡ ਚ ਜ ਬਹੁਤ ਸਾਰੇ ਕਥਕ ਕਰਦੇ ਹਨ ਭਰਤਨਾਟਿਯਮ ਕਰਦੇ ਹਨ ਜਿਹੜੇ ਕਲਾਸਿਕਲ ਡਾਂਸਿੰਗ ਕਲਾਸਿਕਲ ਵੋਕਲ ਹੈ ਕਲਾਸਿਕਲ ਇਨਸਟਰੂਮੈਂਟ ਬਜਾਉਂਦੇ ਹਨ ਹੈ ਨਾ ਪੂਰੀ ਦੁਨੀਆ ਵਿੱਚ ਜਦੋਂ ਵੀ ਕੋਈ ਫੈਸ਼ਨ ਡਿਜ਼ਾਈਨ ਦੀ ਗੱਲ ਕਰਦੇ ਆ ਚਾਹੇ ਉਹ ਪੈਰਿਸ ਫੈਸ਼ਨ ਸ਼ੋ ਹੋ ਗਿਆ ਜਾਂ ਲਕਮੀ ਵੈਸ਼ਨ ਇਸ ਤਰ੍ਹਾਂ ਇਹਦੇ ਵਿੱਚ ਕਮਿਊਨਿਟੀ ਬੜੀ ਮਤਲਬ ਰੋਲ ਅਦਾ ਕਰਦੇ ਹਨ ਬਹੁਤ ਸਾਰੇ ਫਿਲਮ ਇੰਡਸਟਰੀ ਚ ਲੋਕ ਹੈ ਜਿਹੜੇ ਅਮ ਅੱਛੇ ਚੀ ਮੇਕਅਪ ਆਰਟਿਸਟ ਨੇ ਫੈਸ਼ਨ ਡਿਜ਼ਾਈਨਰ ਨੇ ਸੋ ਬੜਾ ਅੱਛਾ ਮਤਲਬ ਦੁਨੀਆ ਵਿੱਚ ਜਦੋਂ ਵੀ ਤੁਸੀਂ ਸੋਚੋ ਨੂਰਜਹਾਨ ਉਸ ਜਾਣ ਵਾਲੇ ਵੀ ਖੁਸਰੇ ਸੀਗੇ ਜੀ ਹੈ ਨਾ ਉਹਨੂੰ ਨੂੰ ਨੂਰਜਹਾਨ ਨੂੰ ਜਦੋਂ ਸਜਾਇਆ ਜਾਂਦਾ ਸੀਗਾ ਮੁਗਲ ਕਾਲ 'ਚ ਤੇ ਖੁਸਰੇ ਸਜਾਉਂਦੇ ਕਿਨਰ ਸਜਾਉਂਦੇ ਸੀ ਉਹਨੂੰ ਕਿਉਂਕਿ ਬਚਪਨ ਤੋਂ ਹੀ ਨਾ ਸਾਡੇ ਨਾਲ ਸਾਨੂੰ ਨਹੀਂ ਪਤਾ ਤੁਸੀਂ ਸੱਚ ਦੱਸੋ ਸੱਚ ਮੰਨੋ ਕਿ ਮੈਨੂੰ ਆਪ ਨੂੰ ਨਹੀਂ ਪਤਾ ਇਹ ਹੁੰਦਾ ਕਿਉਂ हमें नहीं पता हम कब औरत हो गए हैं हमें नहीं पता हमारे अंदर ये गुण क्यों हैं परमात्मा ने ऐसा क्यों हमें बनाया है ये तो वही ऊपर वाला जानता है अगर ऐसा होता अगर हमें पता हम कभी ना बनते गिला गिला शिकवा है कोई कोई रब ना थोड़ा। नो सानू मतलब जो डिस्क्रिमिनेशन होंगे ना भेदभाव सो उस टाइम लगता लेकिन हूँ मेनु कुछ नहीं लगता कि भेदभाव होंगे मैम देखो हूँ मेरे ना कुछ नहीं होंगे ठीक है ना ਪਰ ਮੈਂ ਜਦੋਂ ਤੁਹਾਨੂੰ ਪਹਿਲੀ ਵਾਰੀ ਮਿਲਿਆ ਸੀ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸਦਾ ਅਸੀਂ ਪਹਿਲੀ ਵਾਰੀ ਉਥੇ TEDx ਤੇ ਮਿਲੇ ਤੇ ਮੈਂ ਉਦੋਂ ਸਿਰਫ ਤੁਹਾਨੂੰ ਦੇਖੀ ਗਿਆ ਕਿਉਂਕਿ ਮੇਰੀ ਵੀ ਕਦੀ ਹਿੰਮਤ ਨਹੀਂ ਪਈ ਕਿ ਮੈਂ ਸਮਝਾਂ ਇਸ ਇਸ ਟੌਪਿਕ ਨੂੰ ਹਨਾ ਤੇ ਉਸ ਦਿਨ ਜਦੋਂ ਮੈਂ ਤੁਹਾਨੂੰ ਸਿਰਫ ਸੁਣਿਆ ਮੈਂ ਕਿਹਾ ਯਾਰ ਇੰਨੇ ਪਵਿੱਤਰ ਰੂਹਾਂ ਵੀ ਹੈਗੀਆਂ ਨੇ ਜਿੱਦਾਂ ਔਰਾ ਵਾਈਬ ਤੇ ਮੇਰੇ ਉਦੋਂ ਮਨ ਚ ਆਇਆ ਮੈਂ ਕਿਹਾ ਮੈਂ ਖੁੱਲ ਕੇ ਡਿਸਕਸ਼ਨ ਕਰੂੰਗਾ ਤੇ ਅੱਜ ਮੈਨੂੰ ਜਿਵੇਂ ਐਜ਼ ਅ ਟੀਚਰ ਨਹੀਂ ਸਮਝਾਉਂਦੇ ਸਾਨੂੰ ਕਲਾਸ 'ਚ ਕੋਈ ਕੋਈ ਟੀਚਰ ਹੁੰਦਾ ਜਿਹਨਾਂ ਦਾ ਸਬਜੈਕਟ ਚੰਗੀ ਤਰ੍ਹਾਂ ਸਮਝ ਆਂਦਾ ਇਹ ਨਹੀਂ ਕਿ ਮੈਡਮ ਬੋਲੀਆਂ ਜਾਂਦੇ ਮੈਨੂੰ ਕੋਈ ਸਮਝ ਆ ਰਿਹਾ ਜੇ ਤੁਹਾਡਾ ਇੱਕ ਇੱਕ ਸ਼ਬਦ ਬੋਲਿਆ ਬੜੀ ਤਸੱਲੀ ਨਾਲ ਸਮਝ ਆ ਰਿਹਾ ਦੇਖੋ ਜਿਹੜੇ ਟੀਚਰਸ ਗੁਰੂ ਹੁੰਦਾ ਗੁਰੂ ਮਤਲਬ ਗਿਆਨ ਤੋਂ ਭਾਰੀ ਹੈ ਨਾ ਸਾਡੇ ਜਿਹੜੇ ਇੱਕ ਹੁੰਦਾ ਕਿਤਾਬੀ ਗਿਆਨ ਇੱਕ ਹੁੰਦਾ ਜਿਹੜੇ ਸਾਰੇ ਜ਼ਿੰਦਗੀ ਤੁਸੀਂ ਹਣ ਹਣ ਕੇ ਜਗਾ ਜਗਾ ਠੋਕਰਾ ਖਾ ਕੇ ਸਿੱਖਿਆ ਹੁੰਦਾ ਹੈ ਵੀ ਤੁਸੀਂ ਕਹਿੰਦੇ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਜਦੋਂ ਮੁੰਡੇ ਨੇ ਗੱਲ ਕੀਤੀ ਹੁਣ ਸਾਨੂੰ ਇਨਾ ਐਕਸਪੀਰੀਅੰਸ ਹੋ ਗਿਆ ਕਿ ਅਸੀਂ ਪਿਛਵਾੜੇ ਦੇਖ ਕੇ ਜਾਂ ਚਲਤੇ ਬੰਦੇ ਬੋਲਣਗੇ ਕਿ ਕਿੰਨਾ ਪਾਣੀ ਵਿੱਚ ਹੈ ਕਿਉਂਕਿ ਇੱਕ ਤਾਂ ਪਹਿਲੀ ਵਾਰ ਹਮ ਆਪਣੀ ਆਇਡੈਂਟੀਟੀ ਮੇ ਹੈ ਨਾ ਆਈ ਡੋਨਟ ਬਾਦਰ ਐਨੀ ਵਨ ਜਦੋਂ ਕੋਈ ਬੋਲੀ ਹੈਰੈਸਮੈਂਟ ਹੁਣ ਕਿਉਂ ਨਹੀਂ ਹੁੰਦੀ ਹੁੰਦੀ ਹੈ ਲੇਕਿਨ ਮੈਂ ਉਹਨੂੰ ਦੇਖਦੀ ਨਹੀਂ ਕਿਉਂਕਿ ਮੈਨੂੰ ਫੀਲ ਹੁੰਦਾ ਕਿ ਆਮ ਸੈਲੀਬ੍ਰਿਟੀ ਹਮ ਹੈ ਨਾ ਪੀਪਲ ਲਾਫ ਐਟ ਮੀ ਮਨ ਮੇਰੇ ਉੱਪਰ ਹੱਸਦੇ ਮਜ਼ਾਕ ਕਰਦੇ ਹੋ ਸਕਦਾ ਬਹੁਤ ਸਾਰੀ ਗੱਲਾਂ ਕਰੇ ਕਿਦਾਂ ਛੱਕਾ ਹੈ ਜਿਹੜਾ ਜਾ ਰਿਹਾ ਮੈਂ ਉਸਨੂੰ ਪੋਜ਼ਿਟਿਵ ਵੇ ਨਾਲ ਮੇਰੇ ਤੇ ਜਿਦਾਂ ਪੱਥਰ ਗਿਰਦੇ ਮੈਂ ਉਹ ਪੱਥਰ ਨਾਲ ਆਪਣਾ ਘਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹੈ ਨਾ ਆਈ ਫੀਲ ਥੈਟ ਆਮ ਅ ਸੈਲੀਬ੍ਰਿਟੀ ਐਂਡ ਆ ਡੋਨਟ ਬਾਦਰ ਮੈਨੂੰ ਇਹ ਨਹੀਂ ਕਿ ਬਹੁਤ ਸਾਰੀ ਅ ਮਤਲਬ ਬਦਤਮਜ਼ੀਆਂ ਹੈ ਸਭ ਸਹਿਣੀ ਪੈਂਦੀਆਂ ਬਟ ਇੱਕ ਨਾ ਆਪਣੇ ਆਪ ਨੂੰ ਇਨਸਾਨ ਉਦਾਂ ਦਾ ਬਣਾ ਦਿੰਦਾ ਪੱਥਰ ਕਿ ਨਹੀਂ ਆ ਆਪ ਜੋ ਮਰਜ਼ੀ ਬੋਲਤੇ ਰਹੋ ਮੈਨੂੰ ਆਈ ਡੋਨਟ ਬਾਦਰ ਐਨੀਵਨ ਹੈ ਨਾ ਮੈਨੂੰ ਇੱਕ ਵਾਰੀ ਕੀ ਹੈ ਯੂਨੀਵਰਸਿਟੀ 'ਚ ਇੱਕ ਮੁੰਡਾ 2016 ਦੀ ਗੱਲ ਹੋਈ ਸ਼ਾਇਦ ਸ਼ੁਰੂ-ਸ਼ੁਰੂ ਦੀ ਗੱਲ ਇੱਕ ਮੁੰਡਾ ਹੈ ਮੇਰੇ ਕੋਲ ਉਨੇ ਇਸ਼ਾਰਾ ਕਰਕੇ ਮੈਨੂੰ ਮੈਂ ਸਟੂਡੈਂਟ ਸੈਂਟਰ ਤੇ ਖੜੀ ਸੀ ਖਾਣਾ ਲੈ ਰਹੀ ਸੀ ਮਾਮਾ ਮੀਆਂ ਕੋਲ ਤੇ ਇੱਕ ਮੁੰਡਾ ਦੂਰੋਂ ਇਸ਼ਾਰਾ ਕਰਕੇ ਮੈਂ ਕਿਹਾ ਸ਼ਾਇਦ ਮੈਨੂੰ ਜਾਣਦਾ ਹੈ ਮੈਂ ਉਹਦਾ ਬੜਾ ਚੰਗਾ ਹੱਟਾ ਕਟਾ ਲੰਬਾ 6 ਫੁੱਟ ਦਾ ਮੁੱਛਾ ਕੁੰਡੀਆਂ ਮੁੱਛਾ ਕਹਤੇ ਹੈ কুর্তা ਪਜਾ ਵਾਈਟ ਐਂ ਬਿਲਕੁਲ ਜਮਾਈ ਮਤਲਬ ਕਹਿੰਦਾ ਨੇ ਗੱਭਰੂ ਜਮਾਨ ਤੇ ਮੈਂ ਮੈਂ ਕਿਹਾ ਮੈਨੂੰ ਪਤਾ ਨਹੀਂ ਸ਼ਾਇਦ ਮੈਨੂੰ ਜਾਣਦਾ ਹੋਵੇਗਾ ਤੇ ਮੈ ਉਹਦੇ ਕੋਲ ਜਾਣ ਲੱਗੀ ਓਕੇ ਗਿਆ ਮੈਂ ਕਿ ਮੈਨੂੰ ਬੁਲਾ ਕੇ ਫਿਰ ਅੱਗੇ ਕਿ ਭੱਜੀ ਜਾ ਰਿਹਾ ਅੱਛਾ ਇੱਕ ਕਿਨਾਰੇ ਜਾ ਕੇ ਜਿੱਥੇ ਥੋੜਾ ਜਿਹਾ ਕੋਈ ਸੁਨਸਾਨ ਸੁਨਸਾਨ ਕਹਾਂਗੇ ਵੀ ਸਟੂਡੈਂਟ ਸੈਂਟਰ ਤਾਂ ਸਾਰੇ ਹੁੰਦੇ ਲੇਕਿਨ ਥੋੜੀ ਕਿਨਾਰੇ ਜਾ ਕੇ ਪੀੜ ਦੇ ਥੱਲੇ ਕਹਿੰਦਾ ਕਹਿੰਦਾ ਚੱਲਣਾ ਮੈਂ ਕਿਆ ਹੈ ਇਹ ਕਿ ਅਚਾਨਕ ਸਿੱਧਈ ਜੀ ਕੋਈ ਗੱਲ ਬਾਤ ਨਹੀਂ ਕੁਝ ਨਹੀਂ ਮੈਂ ਕਹਿੰਦਾ ਤੁਸੀਂ ਮੈਨੂੰ ਜਾਣਦੇ ਕਹਿੰਦਾ मैं देख कई बार चलना मेरा ना आ, मैं दो तीन सेकेंड एदचा मैं यार इन हिम्मत है ना इधर इतनी जरूरत मत है ना फिर मैं अंदर दिमाग लगाया मैं कर, बे, बेटा रुको मैं कर, हाँ चलूँगी ना अब पहले के धन में और आज के धन में फर्क है ना। मैं क्या ठीक है चलूंगी मैं कै कि चले क्या होस्टल चे मैं क्या मैं चलागी लेकिन ਮੇਰੀ ਖਰਤ ਹੈ ਮੈਂ ਕਿਹਾ ਮਾਮਾ ਮੀਆਂ ਕੋਲ ਜਾ ਕੇ ਜਿਹੜਾ ਹਾਸ ਸਟੂਡੈਂਟ ਸੈਂਟਰ ਮੈਂ ਤਾਂ ਚ ਜਾ ਕੇ ਜਿੱਤੇ ਸਾਰੇ ਲੋਕ ਬੈਠੇ ਉੱਥੇ ਜਾ ਕੇ ਮੈਨੂੰ ਕਿਹਾ ਚੱਲਣਾ ਮੈਨੂੰ ਮੈਂ ਕਿਹਾ ਹਾਂ ਮੈਂ ਤੇ ਨਾਲ ਚੱਲਾਂਗੀ ਕਹਿੰਦਾ ਨਹੀਂ ਨਹੀਂ ਮੈਂ ਕਿਹਾ ਜੇ ਤੂੰ ਨਹੀਂ ਬੋਲ ਸਕਦਾ ਮੈਂ ਜੁੱਤੀ ਮਾਰ ਕੇ ਤੇਰੇ ਜਿਹੜੇ ਨਾ ਇਹ ਤਾਂ ਭਜਾਉਂਗੀ ਜਿਹੜੇ ਦੁੱਦੂ ਦੇ ਡੋਲੂ ਹੁੰਦੇ ਨਾ ਉਹ ਤੇਰੇ ਦੋਨੇ ਮੁੱਛਾਂ ਤੇ ਟੰਗ ਦੂੰਗੀ ਭੱਜ ਜਾ ਤੂੰ ਦੀ ਹੈ ਨਾ ਸੋ ਜਿਹੜਾ ਹਿੰਮਤ ਹੈ ਨਾ ਇਨਸਾਨ ਕੋ ਨਾ ਬੋਲਨੇ ਕਿ ਨੋ ਇਸੇ ਤਰ੍ਹਾਂ ਇੱਕ ਵਾਰੀ ਹੋਰ ਵੀ ਬਹੁਤ ਸਾਰੀ ਕਟਨਾਵ ਹੁੰਦੀਆਂ ਸੀਗੇ ਲੇਕਿਨ ਮੈਂ ਉਹਨੂੰ ਬਹੁਤ ਅ ਚੰਗੇ ਤਰੀਕੇ ਨਾਲ ਹੈਂਡਲ ਕਰਦੀ ਸੀ ਐਂਡ ਬੜੀ ਐਗਰੈਸਿਵਲੀ ਜੀ ਹੈ ਨਾ ਮੈਂ ਕੁੜੀਆਂ ਸੀ ਗਿਆ ਸੋ ਤੁਸੀਂ ਸੋਚਦੇ ਹੋ ਮੁੰਡੇ ਹੀ ਸਾਰੇ ਕਰਦੇ ਕੁੜੀਆਂ ਵੀ ਕਰਦੀਆਂ ਇੱਕ ਪੰਜ ਸੱਤ ਕੁੜੀਆਂ ਖਾਣਾ ਲੈ ਰਹੀ ਸੀ ਮੈਂ ਵੀ ਖਾਣਾ ਲੈ ਜਿਆਦਾਤਰ ਅਸੀਂ ਕਲਾਸ ਖਤਮ ਹੁੰਦੇ ਸਿੱਧੇ ਖਾਣਾ ਖਾਣ ਇੱਕ 1:30 ਵਜੇ ਖਾਣਾ ਖਾਣ ਆਉਂਦੇ ਸੀ ਤੇ ਕੁੜੀਆਂ ਮੈਨੂੰ ਦੇਖ ਹੱਸੀ ਜਾਵੇਂ ਗੱਲਾਂ ਕਰੀ ਜਿਵੇਂ ਮਤਲਬ ਬਤਮੀਜ਼ੀ ਤਰ੍ਹਾਂ ਤੇ ਆ ਮੈਂ ਇਗਨੋਰ ਕਰੀ ਗਏ ਮੈਂ ਚਲ ਕੋਈ ਨਾ ਬੱਚੇ ਹੈ ਨਾ ਮੈਂ 50 ਸਾਲ ਦੇ ਵਿਚਵੀਨ 52 ਸਾਲ ਦੀ ਠੀਕ ਹੈ ਤੇ ਉਹ ਬੱਚੇ 20 ਸਾਲ ਦੇ 22 ਸਾਲ ਦੇ ਹੁਣ 23 ਸਾਲ ਦੇ ਨੂੰ ਮੈਂ ਕਹਾਂ ਚਲ ਕੋਈ ਨਾ ਬੱਚੇ ਹੈ ਬੱਚੇ ਹੈ ਭਲਾ ਹੋਵੇ ਭਲਾ ਹੋਵੇ ਮਨ ਵਿੱਚ ਇਹ ਭਲਾ ਹੋ ਤਮਾਰਾ ਲੇਕਿਨ ਉਹ ਹਟੇ ਨਾ ਕੀ 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 ਕਰੀ ਗਏ ਤੇ ਮੈਂ ਬੜੀ ਜ਼ੋਰ ਦੀ ਬੜੀ ਬੁਲੰਦ ਆਵਾਜ਼ ਵਿੱਚ ਆਮ ਆਈ ਐਮ ਫੈਬੂਲਸ ਸੋ ਜਦੋਂ ਮੈਂ ਇਹ ਕਿਹਾ ਸਾਰੇ ਮੇਰੇ ਪਾਸ ਮੇਰੇ ਵੱਲ ਦੇਖਣ ਲੱਗੇ ਹੈ ਨਾ ਔਰ ਮੈਂ ਤਾਲੀਆਂ ਮਜਨ ਜੂਰ ਜਾਲ ਮੈਂ ਕਿਹਾ ਵਿਚ ਆਮ ਫੈਬੂਲਸ ਜਿੱਦਾਂ ਇਹ ਜਿਹੜਾ ਹੈ ਨਾ ਮੈਂ ਆਪਣੇ ਹੀ ਜੜਪੰਚ ਆ ਗਏ ਸੋ ਉੱਥੋਂ ਦੀ ਭੱਜ ਗਈਆਂ ਤੇ ਮੁੰਡੇ ਕੁੜੀਆਂ ਸਾਰੇ ਮੇਰੇ ਕੋਲ ਕੀ ਹੋਇਆ ਅਦਨੰਝੇ ਕੀ ਹੋਇਆ ਮੈਂ ਕਿਹਾ ਇਦਾਂ ਦੀ ਗੱਲ ਕਹਿੰਦੇ ਬਿਲਕੁਲ ਸਹੀ ਕੀਤਾ ਇਦਾਂ ਦਾ ਲੋਕਾਂ ਇਦਾਂ ਹੀ ਟੈਕਲ ਹੁੰਦੇ ਇੱਕ ਵਾਰੀ ਹੋਰ ਮੈਂ ਤੀਸਰੀ ਗੱਲ ਮੈਂ ਸੁਣਾਣਾ ਚੰਦ ਇੱਕ ਅਸੀਂ ਫੈਸ਼ਨ ਸ਼ੋਅ ਕੀਤਾ ਚੰਡੀਗੜ੍ਹ 'ਚ ਪਹਿਲਾ 트랜ਸਜੈਂਡਰ ਫੈਸ਼ਨ ਸ਼ੋਅ ਹੋਇਆ ਸੀਗਾ 2016 ਚ ਜੀ ਐਂਡ ਮੈਂ ਮੇਰੀ ਇੱਕ ਫਰੈਂਡ ਸੀਗੀ ਉਹ ਦੇਰਾਦੁੰਨ ਤੋਂ ਆਈ ਸੀਗੀ ਫੈਸ਼ਨ ਸ਼ੋਅ ਵਿੱਚ ਅਟੈਂਡ ਕਰਨ ਵਾਸਤੇ ਪਾਰਟਿਸਿਪੇਟ ਕਰਨ। ਦਿਵਿਆ ਉਹਨੇ ਬਾਅਦ 'ਚ ਐਡਮਿਸ਼ਨ ਵੀ ਲਿੱਤੀ ਪੰਜਾਬ ਯੂਨੀਵਰਸਿਟੀ 'ਚ ਐਮਏ ਹਿੰਦੀ 'ਚ। ਉਹਨੂੰ ਮੈਂ ਛੱਡਣ ਜਾ ਰਹੀ ਸੀ ਰਾਤ ਨੂੰ 10:30 ਵਜੇ ਕਰੀਬ ਸੈਕਟਰ 43 ਬੱਸ ਸਟੈਂਡ 'ਚ ਆਈਐਸਬੀਟੀ 43। ਤੋਂ ਐਕਟਿਵਾ ਸੀ ਗੇਮਰ ਕੋਲ ਮੈਂ ਐਕਟਿਵਾ 'ਚ ਉਹਨੂੰ ਪਿੱਛੇ ਬਿਠਾਇਆ ਤੇ ਅਸੀਂ ਜਾ ਰਏ ਸੀ 24 25 ਦੇ ਅਸੀਂ ਆ ਨਿਕਲ ਰਹੇ ਸੀਗੇ ਤੇ ਇੱਕ ਜੀਪ ਨਾ ਓਪਨ ਜੀਪ ਸੀਗੇ ਸਾਡੇ ਪਿੱਛਾ ਕਰਦੀ ਰਹੀ ਪਿੱਛਾ ਕਰਨਾ ਸ਼ੁਰੂ ਕੀਤਾ ਉਹਦੇ ਵਿੱਚ ਚਾਰ ਕੇ ਮੁੰਡੇ ਬੈਠੇ ਸੀਗੇ ਐਂ ਸਾਰੇ ਮੁੰਡੇ ਜਿਹੜੇ ਸੀਗੇ ਉਹ ਬੀਰਾਂ ਦੇ ਬੋਟਲ ਉਹਨਾਂ ਨੇ ਫੜੀ ਹੋਈ ਸੀਗੀ ਸੇ ਸਾਨੂੰ ਇਸ਼ਾਰੇ ਕਰਦੇ ਮੈਂ ਮੈਂ ਧਿਆਨ ਨਹੀਂ ਮੈਂ ਆਪਣੇ ਐਕਟਿਵ ਤੇ ਚਲਾ ਰਹੀ ਦિવ્યા ਨੇ ਦੇਖ ਲਿਆ ਕਿ ਨਾ ਦੀਦੀ ਇਹ ਤਾਂ ਸਾਡੇ ਵੱਲ ਇਸ਼ਾਰਾ ਕਰ ਰਿਹਾ ਫੇ ਇੱਕ ਬੰਦਾ ਨੋਟ ਕਰ ਰਿਹਾ 100 ਦਾ ਨੋਟ ਕਰਕੇ ਇਦਾਂ ਦਿਖਾ ਰਿਹਾ ਸੋ ਮੈਂ मैं नोटिस किता है मैं तो बदतमीज ही कर रहे हैं क्या चल, ले, चल ले। मतलब मैं कर, तो मैं कह दिव्या चुप चुपचाप बैठी रहे है ना लेकिन वो लड़के इतना बदतमीज़ वो हमारी एक्टिवा के आस पास ऐसे गिर। मैं कह तो हम हम तो खुद गिर जाएंगे है ना ये इनका तो कुछ नहीं जाएगा नहीं। एक जगह मैंने रोक ली अच्छा थोड़ी गाड़ी आगे जाके उन्होंने रोक ली है ना पंद्रह बीस पच्चीस फुट आगे दिव्या को बोला मैं दिव्या हिजड़ा बन जा असी साड़ी लपेटी अपने कमर च लगाई मैं कह दिव्या चल हिजड़ा बन जा ताली बजाने में ताली जोर जोर से बजाने में कहा आ जा बेटा आ जा जल्दी आ जा है ना अब ताली बजाने शुरू किए तो आए आ, वो डरे भी नहीं मर्द के बच्चे <laughs> मैं ना आगे और उन्होंने पाछ छुए कहते हमने सोचा कि ये लोग रात को जो सड़क पे घूमते हैं ना वो लोग हैं मैं कहा अच्छा मैं कहा वो भी होते तो तो क्या आप लोग ऐसे करते हैं है ना वैसे तो आप लोग बोलते हैं ये लोग घूमते हैं तो तुम ही तो उनको चारा डाल रहे हो सही बात है ना चारा तो तुम डाल रहे हो वो तो मच्छिया हैं वो तो घूमेंगी तालाब में बिल्कुल है ना वो तो परिया है बड़ी मुश्किल से तो उनको अपनी वो पहचान मिली वो तो परिया घूमेंगी है ना और उस आइडेंटिटी में देखो तुम लेवाला डाल रहे हो तो आएंगी खाने को है ना सो मैंने कहा बेटा हम भी यूनिवर्सिटी के स्टूडेंट हैं है ना कहते

ਜੁੱਤੀ ਨਾਲ ਲੈਂਦਾ ਦੰਦ ਚ ਦਵਾ ਕੇ ਵੀ ਦੰਦ ਦੇ ਹੈ ਨਾ ਹਰ ਇੱਕ ਨੇ ਆਪਣੇ ਦੁਆ ਕਰਕੇ ਵੀ ਦੰਦ ਦੇ ਕਿ ਪ੍ਰਮਾਤਮਾ ਮੇਰੇ ਜਿਹੜੇ ਜਜਮਾਨ ਹੈ ਬੱਚਾ ਹੈ ਜੋ ਵੀ ਹੈ ਉਹਨਾਂ ਦੀ ਜਿਹੜੀ ਮਰਜ਼ਾ ਪੂਰੀ ਕਰਵੇ ਜੋ ਵੀ ਉਹਨਾਂ ਦੀ ਖੁਆਇਸ਼ਾਂ ਪੂਰੀ ਕਰਨ ਹੈ ਨਾ ਦੁੱਖ ਤਕਲੀਫ ਦੂਰ ਕਰੇ ਸਾਰੇ ਜੋ ਵੀ ਉਹਨਕੇ ਉਹਨਕੇ ਬੌਚਰ ਮਾਤਾ ਜੀ ਸਾਡੀ ਕਿੰਨਰ ਦੇਵੀ ਹੈਗੀ ਜਿਨ੍ਹਾਂ ਦਾ ਮੰਦਿਰ ਗੁਜਰਾਤ ਮਹਿਸਾਨਾ ਡਿਸਟ੍ਰਿਕਟ ਵਿੱਚ ਹੈਗਾ ਬਹੁਤ ਵੱਡਾ ਬੌਚਰ ਮਾਤਾ ਜੀ ਉਹ ਮੁਰਗੀ ਦੀ ਸਵਾਰੀ ਕਰਦੀਆਂ ਉਹ ਉਹਨਾਂ ਦੀ ਉਹਨਾਂ ਦੀ ਪੂਜਾ ਕਰਦੇ ਉੱਥੇ ਵੀ ਉਹਨਾਂ ਦੇ ਕੋਲ ਜਿਹੜੇ ਲੋਕਲ ਲੋਗ ਹੈ ਉਹਨਾਂ ਦੀ ਵੀ ਕੋਲ ਦੇਵੀ ਹੋਈ ਹੈ ਸੋ ਕਿਨਰ ਮਾਤਾ ਹੈ ਦਰਵਾਜ਼ੇ ਸੀਗੇ ਅੰਦਰ ਸਿਕਿਉਰਟੀ ਸੀਗੇ ਉਹਨਾਂ ਦਾ ਖਾਣ ਪਾਣ ਦਾ ਧਿਆਨ ਸਿਰਫ ਉਹ 트랜ਸ ਜੈਂਡਰ ਲੋਕ ਰੱਖਦੇ ਸੀ ਉਹ ਕਿਉਂ ਬਿਕੋਜ਼ ਫੀਮੇਲ ਕਿਤੇ ਨਾ ਕਿਤੇ ਨਾ ਉਹਨਾਂ ਨੂੰ ਮੇਲ ਦਾ ਮੈਸੇਜ ਉਹਨਾਂ ਨੂੰ ਪਹੁੰਚਾ ਦਿੰਦੇ ਸੀ ਐਂਡ ਮੇਲ ਨੂੰ ਰੱਖਦੇ ਤਾਂ ਉਹਨਾਂ ਦਾ ਇੰਟੀਮੇਟ ਹੋਣ ਦਾ ਡਰ ਆਂਦਾ ਸੀਗੇ ਸੋ ਇੱਕ ਇੱਕ ਇਟਲੀ ਦਾ ਵਪਾਰੀ ਸੀਗਾ ਇਤਿਹਾਸਕਾਰ ਮਨੂਚੀ ਉਹਨੇ ਵੀ ਲਿਖਿਆ ਦਰਬਾਰ ਮੋਗਲ ਕਾਲ ਦੇ ਦੌਰਾਨ ਕਿ ਜਦੋਂ ਉਹ ਅੰਦਰ ਜਾਣਾ ਚਾਹੁੰਦਾ ਸੀ ਪਰ ਉਹ ਡਾਕਟਰ ਬਣ ਕੇ ਗਿਆ ਹੂੰ ਤੇ ਪੂਰਾ ਉਹਨੂੰ ਬੁਰਖਾ ਔਰ ਕੱਪਹਨਾ ਹਟੇ ਅੰਦਰ ਤੱਕ ਪੂਰਾ ਉਹਨੂੰ ਕਵਰ ਕਰਕੇ ਉਹਨੂੰ ਫੜਖੜ ਕੇ ਲੈ ਕੇ ਗਏ ਸੋ ਰਾਣੀਆਂ ਨੇ ਕੀ ਕੀਤਾ ਕਿ ਉਹਦਾ ਹੱਥ ਫੜ ਕਿਉਂਕਿ ਦੇ ਵਰ ਫਰਸਟ੍ਰੇਟਡ ਨਾ ਉਹਨਾਂ ਨੂੰ because uh, everybody needs بالکل بالکل ਜਿਹੜੀ ਬਾਇਓਲੋਜੀਕਲ ਨੀਡਸ ਹੁੰਦੇ ਉਹ ਤਾਂ ਹਰੇਕ ਨੂੰ ਹੁੰਦਾ ਸੋ ਉਹਦਾ ਹੱਥ ਫੜਕੇ ਨਾ ਖਿੱਚ ਕੇ ਉਹਦਾ ਮਸਲ ਮਸਲ ਨਾਲ ਸ਼ੁਰੂ ਕਰਦੇ ਹੈ ਨਾ ਸੋ ਇਹ ਜਿਹੜੀ ਸੀਗੇ ਮੇਲ ਨੂੰ ਨਹੀਂ ਜਾਣ ਦਿੰਦੇ ਸੀ ਜੀ ਤਾਂ ਕਿ बिकॉज ਜਿਹੜਾ ਕਿੰਗ ਸੀਗਾ ਰਾਜਾ ਸੀਗਾ ਉਹ ਬੜੇ ਦੇ ਵਰ ਬਰੀ ਪੋਜੈਸਿਵ ਬੜੇ ਪੋਜੈਸਿਵ ਹੁੰਦੇ ਕਿ ਮੇਰੀ ਰਾਣੀ ਹੈ ਹੋਰ ਕਿ ਮੈਂ ਭਾਵੇਂ ਇਹਨੂੰ ਟੱਚ ਨਾ ਕਰਾਂ ਲੇਕਿਨ ਇਹ ਕਿਸੇ ਦੇ ਨਾਲ ਮਤਲਬ ਇਨਡल्ज ਨਾ ਹੋਵੇ ਜੀ ਇੰਟੀਮੇਟ ਨਾ ਹੋਵੇ ਜੀ ਸੋ ਜਿਹੜੀ ਆ ਟਰਾਂਸ ਜੈਂਡਰ ਵਾਲੀ ਹੈ ਕਹਾਣੀ ਇਸ ਕਰਕੇ ਵੀ ਟਰਾਂਸ ਜੈਂਡਰ ਦਾ ਜਿਹੜਾ ਸੈਕਸ਼ੂਅਲ ਰੁਝਾਨ ਹੁੰਦਾ ਹੈ ਹੈ ਨਾ ਅਸੀਂ ਜ਼ਿਆਦਾਤਰ ਲੋਕ ਤੁਸੀਂ ਵੀ ਗੱਲ ਕਰ ਰਹੇ ਸੀ ਵੀ ਸੈਕਸ਼ੂਅਲ ਨੀਡ ਵਾਸਤੇ ਕਿਉਂ ਬਾਹਰ ਖੜਨ ਬਟ ਜਿਹੜੇ ਟਰਾਂਸੈਕਸ਼ੂਅਲ ਲੋਕ ਹੁੰਦੇ ਉਹਨਾਂ ਦੀ ਸੈਕਸ਼ੂਅਲ ਨੀਡ ਖਤਮ ਹੋ ਜਾਂਦੀ ਹੈ ਅ ਮੁੰਸ਼ੀ ਪ੍ਰੇਮ ਚੰਦ ਨੇ ਆਪਣੇ ਇੱਕ ਕਿਤਾਬ ਗੋਦਾਨ ਵਿੱਚ ਲਿਖਿਆ ਕਿ ਜਦੋਂ ਵੀ ਇਨਸਾਨ ਮਰਦ ਔਰ ਔਰਤ ਕੇ ਜੋ ਭੇਦ ਸੇ ਉੱਪਰ ਉੱਠ ਜਾਂਦਾ ਹੈ ਨਾ ਉਹ ਮਹਾਤਮਾ ਹੋ ਜਾਂਦਾ ਹੈ सो so, जब हमारा सर्जरी वगैरह हो जाती है सारे कुछ हो जाते तो सेक्सुअल अर्ज जो खत्म हो जाती है सर्जरी करवानी जरूरी होती है कुछ नहीं भी करवाते कुछ करवाते हैं मेरे को तो लगता था कि जैसे मैं अपना बता सकती हूँ कि मुझे लगता है कि आई एम वुमेन मेरे को मैं फीमेल हूँ और मैं अब शीशे में अपने आप को नहीं देख सकती थी मुझे लगता था कि नहीं ये शरीर मेरा नहीं है और ब्रेन जब तक एक्सेप्ट ना करे बॉडी को तब तक वो बॉडी बॉडी नहीं है जी लेकिन जब आप ਮੈਂ ਮੈਨੇ ਜਦ ਸਰਜਰੀ ਕਰਵਾਇਆ ਤੋ ਮੁਝੇ ਲਗਾ ਕਿ ਨਾਓ ਆਈ ਐਮ ਕੰਪਲੀਟ ਜੀ ਫੀਲ ਹੁੰਦਾ ਕਿ ਯਸ ਮੈਂ ਤਾਂ ਔਰਤ ਹਾਂ ਹੈਨਾ ਬੜਾ ਸਕੂਨ ਬੜਾ ਅੱਛਾ ਮਹਿਸੂਸ ਹੁੰਦਾ ਜਬ ਮੈਂ ਸ਼ਰਟ ਵਾਲਾ ਇੱਕ ਐਗਜ਼ਾਮਪਲ ਦਸਾਂ ਕਿ ਵੀ ਉਹ ਤੁਸੀਂ ਮੈਨੂੰ ਸ਼ਰਟ ਗਿਫਟ ਕੀਤੀ ਹੈ ਲੇਕਿਨ ਮੈਨੂੰ ਫਿਟ ਨਹੀਂ ਆਈ ਮੈਂ ਐਚ ਨਹੀਂ ਕੀਤੀ ਯਾ ਮੈਨੂੰ ਲੱਗਿਆ ਨਹੀਂ ਠੀਕ ਨਹੀਂ ਲੇਕਿਨ ਜਦੋਂ ਹੋ ਸਕਦਾ ਮੈਂ ਫਿਟਿੰਗ ਕਰਵਾ ਲਈ ਬਿਲਕੁਲ ਹੈ ਨਾ ਦਰਜੀ ਕੋਲ ਗਈ ਦਰਜੀ ਇਹਨੂੰ ਫਿੱਟ ਕਰ ਦੇ ਸੋ ਡਾਕਟਰ ਵੀ ਦਰਜੀ ਇੱਕ ਤਰ੍ਹਾਂ ਦੇ ਮੇਰਾ ਸਰੀਰ ਠੀਕ ਨਹੀਂ ਹੈ ਇਹਨੂੰ ਠੀਕ ਕਰ ਦੋ ਹੈ ਨਾ ਮੈਂ ਇਹਦੇ ਇਸ ਸਰੀਰ ਵਿੱਚ ਨਹੀਂ ਰਹਿ ਸਕੀ ਉਹ ਕੌਣ ਕਹ ਰਹੀ ਆਤਮਾ ਜੀ ਹੈ ਨਾ ਸਾਡੀ ਜਿਹੜੀ ਫਿਲਾਸਫੀ ਨਾ ਇੰਡੀਅਨ ਫਿਲਾਸਫੀ ਬੜੀ ਸੁੰਦਰ ਹੈ ਹੈ ਨਾ ਵਿਰਾਟ ਹੈ ਵੈਸਟਰਨ ਫਿਲਾਸਫੀ ਨਾਲ ਇੰਡੀਅਨ ਫਿਲਾਸਫੀ ਵੀ ਬੜੀ ਵਿਰਾਟ ਹੈ ਜੈਂਡਰ న్యూਟਰਲ ਐਂਡ ਆਤਮਾ ਦੀ ਤੁਸੀਂ क्योंकि मैं इतनी सारी गल्ला नहीं कर द्वैत अद्वैत निराकार साकार द्वैत अद्वैत भी एक चमड़ी नाल रिलेटेड है एक आत्मा नाल आदि गुरु शंकराचार्य ये अद्वैतवादी से कहें जगताम मिथ्या जगत मिथ्या है जगत झूठा है लेकिन जो द्वैत वाले कि नहीं जगत मिथ्या नहीं जगत नश्वर है क्योंकि कुछ लोग इस चमड़े को मानते हैं कुछ आत्मा को मानते हैं है। हमारी इंडियन फिलोसफी आत्मा पे है आत्मा बेस्ड है चमड़ी पे नहीं है सही गलत तो इसलिए भगवत गीता में भगवान ने कहा केवल अहम पुरुष केवल मैं पुरुष हूँ परमात्मा और आत्मा जो है वो प्रकृति है आत्मा को जो हम बोलते हैं ना कि मेरी आत्मा भूखी है प्यासी है ये तो नहीं बोल मेरा आत्मा भूखा है प्यासा है ਹਮ ਉਸਕੋ ਇਸਤਰੀ ਮੰਨਤੇ ਹੈ ਉਹ ਜਿਹੜੀ ਜਨਾਨੀ ਹੈ ਅੰਦਰ ਬੈਠੀ ਹੈ ਔਰਤ ਹੈ ਉਹ ਭਾਵੇਂ ਤੁਸੀਂ ਹੋ ਇਹ ਹੁਣ ਮੈਂ ਹਾਂ ਕੋਈ ਵੀ ਹੋਵੇ ਅਸੀਂ ਸਾਰੀ ਜਨਾਨੀ ਹੀ ਹੈ ਹੈਨਾ ਭਾਵੇਂ ਅਦਰ ਅਸੀਂ ਜਿੰਨੇ ਮਰਜੀ ਦਾੜੀ ਮੁੱਛਾ ਰੱਖ ਲਈਏ ਮੁੱਛਾ ਖੁੰਡੀ ਕਰ ਲਈਏ ਪਰ ਅਸੀਂ ਜਾਣਾ ਤਾਂ ਸਰੀਰ ਨਾਲ ਨਹੀਂ ਜਾਣਾ ਸੀ ਜਾਣਾ ਤਾਂ ਆਤਮਾ ਨਾਲ ਹੀ ਹੈ ਨਾ ਹੈਨਾ ਬਾਬਾ ਨਾਨਕ ਨੇ ਵੀ ਅਸੀਂ ਜਿੰਨੇ ਵੀ ਗੁਰਬਾਣੀ ਉਹ ਸਾਰੀ ਹੀ ਆਤਮਾ ਦੇ ਉੱਪਰ ਬੇਸ ਹੈ ਜੀਵਾਤਮਾ ਯਾ ਗੁਰਬਾਣੀ ਅਸੀਂ ਪੜਦੇ ਆਂ ਤਾਂ ਸਰੀਰ ਨਾਲ ਨਹੀਂ ਪੜਦੇ ਆਂ ਮਤਮਾ ਆਤਮਾ ਨਾਲ ਪੜਦੇ ਜੋ ਜੋ ਸਿੱਖ ਜਾਂ ਜੋ ਵੀ ਇਨਸਾਨ ਆਪਣੇ ਧਰਮ ਨਾਲ ਜੋ ਵੀ ਜਦੋਂ ਆਤਮਾ ਨਾਲ ਜੀਵ ਆਤਮਾ ਨਾਲ ਜੀ ਆਪਣੇ ਪੁਸਤਕ ਨੂੰ ਪੜਦਾ ਹੈ ਨਾ ਉਹ ਪਰਮਾਤਮਾ ਨਾਲ ਮਿਲ ਜਾਂਦਾ ਉਹ ਲੀਨ ਹੋ ਜਾਂਦਾ ਲੇਕਿਨ ਅਸੀਂ ਸੋਚਦੇ ਮੇਰਾ ਸਰੀਰ ਸੋ ਇਹ ਜਿਹੜੀ ਫਿਲਾਸਫੀ ਹੈ ਨਾ ਇਹ ਜਦੋਂ ਅਸੀਂ ਸਰੀਰ ਨਾਲ ਆਂਦੇ ਫਿਰ ਭੇਦ ਸ਼ੁਰੂ ਹੋ ਜਾਂਦੇ ਇਹ ਮੇਲ ਹੈ ਫੀਮੇਲ ਹੈ ਇਹ ট্রান্সਵਮਨ ਹੈ ট্রান্স ਮਿਲੇਗੀ ਹੈ ਲੈਸਬੀਅਨ ਜਦੋਂ ਆਤਮਾ ਹੁੰਦੀ ਉਸ ਦਾ ਕੋਈ ਲਿੰਗ ਨਹੀਂ ਸਾਰੇ ਇੱਕੋ ਨੇ ਇੱਕੋ ਹੀ ਸਾਰੇ ਸੋ ਇਹ ਚੀਜ਼ ਹੈ ਨਾ ਇਹ ਇੰਡੀਅਨ ਫਲਸਫੀ ਇੰਡੀਆ ਇਜ਼ ਦਾ ਓਨਲੀ ਕੰਟਰੀ ਜਿਹੜੀ ਜਿੱਥੇ ਸਾਰੇ ਸੈਕਸੁਅਲਿਟੀ ਜੈਂਡਰ ਇਹ ਸਾਰੇ ਐਕਸੈਪਟੇਬਲ ਹੈ ਹਮ ਤਾਂ ਕੋਈ ਗੈਰ ਕਾਨੂੰਨੀ ਨਹੀਂ ਸੀਗਾ ਹੈਨਾ ਲੇਕਿਨ ਜਦੋਂ ਵੈਸਟਰਨ ਫਲਸਫੀ ਇੰਡੀਆ ਚ ਆਈ ਇਨ ਵੈਸਟਰਨ ਫਲਸਫੀ ਕਰਕੇ ਅਸੀਂ ਸਾਰੇ ਗੈਰ ਕਾਨੂੰਨੀ ਹੋ ਗਏ ਹੌਲੀ ਹੌਲੀ 200 ਸਾਲ ਵਿੱਚ ਜਿਹੜਾ ਅੱਜ ਮਾਈਂਡ ਸੈਟ ਤੁਸੀਂ ਕਹ ਰਹੇ ਬਦਲ ਕਿਉਂ ਨਹੀਂ ਰਹੇ ਇਹ ਜਿਹੜਾ ਮਾਈਂਡਸ ਪਹਿਲੇ ਇਦਾਂ ਨਹੀਂ ਸੀਗਾ ਇਹ ਬਾਬਰ ਪਹਿਲਾ ਸਾਡੇ ਕੰਟਰੀ ਜਦੋਂ ਭਾਰਤ ਹਿੰਦੁਸਤਾਨ ਵਿੱਚ ਮੁਗਲ ਬਾਦਸ਼ਾਹ ਕੌਣ ਸੀ ਬਾਬਰ ਹੈਨਾ ਪਹਿਲਾ ਮੁਗਲ ਬਾਦਸ਼ਾਹ ਵਾਸ ਨਾਟ ਹੈਟਰੋਸੈਕਸ਼ੁਅਲ ਹੀ ਵਾਸ ਨਾਟ ਸਟ੍ਰੇਟ ਹੀ ਵਾਸ ਹੋਮੋਸੈਕਸ਼ੁਅਲ ਹਮ ਬਾਬਰ ਨੂੰ ਇੱਕ ਮੁੰਡੇ ਨਾਲ ਪਿਆਰ ਸੀਗਾ ਉਹਦਾ ਨਾਮ ਬਾਬਰੀ ਸੀਗਾ ਇਸ ਕਰਕੇ ਉਹਦਾ ਨਾਮ ਬਾਬਰ ਕੇ ਠੀਕ ਹੈ ਨਾ ਬਾਬਰੀ ਨਾਲ ਇੰਨਾ ਪਿਆਰ ਸੀ ਉਹਨੂੰ ਕਿ ਉਹਦੇ ਉਹ ਇੱਕ ਮਿੰਟ ਵੀ ਅਲੱਗ ਨਹੀਂ ਕਰਨਾ ਚਾਹੁੰਦਾ ਸੀ ਹੈ ਨਾ ਸੋ ਬਹੁਤ ਸਾਰੇ ਰਾਜੇ ਮਹਾਰਾਜ ਜਿਹੜੇ ਮੁਗਲ ਦਰਬਾਰਾ ਦੇ ਸਾਰੇ ਇਹ ਸਾਰੇ ਚੀਜ਼ਾਂ ਸੀਗੀਆਂ ਇੱਕ ਦੂਸਰੇ ਨਾਲ ਪ੍ਰੇਮ ਕਰਦੇ ਸੀ ਲੇਕਿਨ ਇਸ ਬਾਅਦ ਇਹ 200 ਸਾਲ ਪਹਿਲੇ ਨਾ 1857 ਤੋਂ ਬਾਅਦ ਇਹ ਸਾਰੀ ਚੀਜ਼ ਬੜੀ ਕੰਜ਼ਰਵੇਟਿਵ ਹੋਣਾ ਸ਼ੁਰੂ ਹੋ ਗਈ ਹੌਲੀ 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 ਸਾਡੇ ਐਜੂਕੇਸ਼ਨ ਪਾਲਿਸੀ ਜਿਹੜੀ 1860 ਵਿੱਚ ਜਦੋਂ ਲਾਰਡ ਮੈਕਾ ਲ ਨੇ ਸਾਡੀ ਐਜੂਕੇਸ਼ਨ ਪਾਲਿਸੀ ਬਦਲਦੀ ਹੈਨਾ ਜਿਹੜਾ ਤ੍ਰਿਤੀਆ ਲਿੰਗ ਉਹਨੂੰ ਖਤਮ ਕਰਕੇ ਦੋਹੀ ਲਿੰਗ ਦਾ ਤੇ ਉਹ ਤਾਂ ਆਧਾਰਿਤ ਬਣਾਤੇ ਸਾਰੀ ਐਜੂਕੇਸ਼ਨ ਮੈਡੀਕਲ ਪੜਾਈ ਹੁਣ ਚੇਂਜ ਹੋ ਰਹੀ ਹੌਲੀ ਹੌਲੀ ਐਮਬੀਬੀਐਸ ਲੇਕਿਨ ਪਹਿਲੇ ਜਿਹੜੇ 1860 ਦੀ ਜਿਹੜੇ ਬਣੀ ਸੀ ਉਹਦੇ ਵਿੱਚ ਥਰਡ ਜੈਂਡਰ ਨੂੰ ਨਹੀਂ ਪੜਾਇਆ ਜਾਂਦਾ ਇਲਲੀਗਲ ਮੰਨਿਆ ਜਾਂਦਾ ਜਦੋਂ ਗੋਰੇ ਆਏ ਸੀ ਹਾਂ ਉਸੇ ਡਿਸਆਰਡਰ ਕਿਹਾ ਗਿਆ ਸੀ ਬਟ ਇਟ ਇਜ਼ ਨਾਟ ਡਿਸਆਰਡਰ ਸਾਰੀ ਦੁਨੀਆ ਅੱਜ ਮੰਨਦੀ ਕਿ ਜਿਹੜਾ ਟਰਾਂਸ ਪਰਸਨ ਜਿਹੜਾ ਸੈਕਸ਼ੁਅਲਿਟੀ ਜਾਂ ਜੈਂਡਰ ਹੈ ਇਟਸ ਨਾਟ ਡਿਸਆਰਡਰ ਇਟਸ ਵੈਰੀ ਮੱਚ ਨੈਚੁਰਲ ਕੋਈ ਇਨਸਾਨ ਆਪਣੇ ਆਪ ਨਹੀਂ ਬੰਦਾ ਸੋ ਇਹ ਸਾਰੀ ਚੀਜ਼ਾਂ ਨਾ ਅਸੀਂ ਮੈਂ ਜਿਹੜੀ ਪੜ੍ਹਦੀ ਰਹੀ ਹਾਂ ਔਰ ਸਿਰਫ ਜਦੋਂ ਮੇਰੇ ਤੋਂ ਪੜਾਈ ਖੋਹ ਲਿੱਤੀ ਗਈ ਹੈ ਮੈਂ ਖੋਣਾ ਹੀ ਕਹੂੰਗੀ ਕਿ ਮੇਰੇ ਤੋਂ ਖੋਹ ਲਿੱਤੀ ਗਈ ਪਰ ਮੈਂ ਸੈਲਫ ਸਟੱਡੀ ਜ਼ਰੂਰ ਕਰਦੀ ਰਹੀ ਸੈਲਫ ਆਪਣੇ ਆਪ ਮੈਂ ਹਰ ਇੱਕ ਕਿਤਾਬ ਨੂੰ ਪੜ੍ਹਨ ਲੱਗ ਪੜੰਦੀ ਕੋਸ਼ਿਸ਼ ਮੈਮ ਟ੍ਰਾਂਸਜੈਂਟਰ ਦਾ ਸੈਂਟੀਫਿਕਲੀ ਕੀ ਰੀਜ਼ਨ ਜਿਵੇਂ ਮੈਂ ਵੀ ਸਾਇੰਸ ਚ ਪੜਿਆ ਸੀ ਕਿ ਐਕਸ ਜਦੋਂ ਐਕਸ ਨਾਲ ਮਿਲਦੇ ਨੇ ਸਪਰਮਸ ਮਿਲਦੇ ਨੇ ਉਹ ਬੇਟਾ ਹੁੰਦਾ ਹੈ ਐਕਸ ਵਾਈ ਨਾਲ ਮਿਲਦੇ ਬੇਟਾ ਇੰਟਰਸੈਕਸ ਤਾਂ ਹੁੰਦਾ ਦੇਖੋ ਜਦੋਂ ਸਾਡੇ ਸਾਡੇ ਕਰੋਮੋਸੋਮਸ ਹਨ ਐਕਸ ਵਾਈ ਕਰੋਮੋਸੋਮਸ ਹਨ ਇਹ ਸੈਂਟੀਫਿਕ ਸੇ ਟਰਮਸ ਹੈਗੀਆਂ ਕਿ ਆਮ ਲੋਕਾਂ ਵਾਸਤੇ ਨਹੀਂ ਸਮਝ ਆਏਗੀ ਕਿਉਂ ਨਾ 46 ਦਾ ਪੇਅਰ ਹੈ ਜਦੋਂ ਹੋ ਜਾਂਦਾ ਹੈ अह uh, सो so, उस तो बाद जदों एक uh, एक फालतू क्रोमोसोम्स होता है इंटरसेक्स पैदा होता जी एंड uh, साडे कोल uh, या इंटरसेक्स पर्सन कोल एक क्रोमोसोम फालतू है जी वी हैव एक्स्ट्रा क्रोमोसोम सर को काट नहीं है ज्यादा जैसे दिन होता है रात होती है तो संध्या भी होती है और संध्या के बिना दिन और रात नहीं होते है है ना हमारे पास दो है एक्स्ट्राज है हुँ. जैसे आपने कहा कि दो क्यों ਮੇਰੇ ਅੰਦਰ ਦੋਨੋਂ ਫੀਲਿੰਗਸ ਹੈ ਮੈਂ ਫੀਲ ਕਰ ਸਕਦੇ ਦੋਨੋਂ ਨੂੰ ਸੋ ਸਾਡੇ ਕੋਲ ਐਕਸਟਰਾ ਹੈ ਸਾਡੇ ਕੋਲ ਘਟ ਨਹੀਂ ਹੈ ਟ੍ਰਾਂਸਜੈਂਡਰ ਅੱਗੇ ਬੱਚਾ ਪ੍ਰੋਡਿਊਸ ਕਰ ਸਕਦੇ ਨੇ ਦੇਖੋ ਜਦ ਤੱਕ ਸਰਜਰੀ ਨਹੀਂ ਹੁੰਦੀ ਹੈ ਆ ਇਹ ਡਿਪੈਂਡ ਕਰਦਾ ਉਹਦੇ ਮੈਡੀਕਲ ਕੰਡੀਸ਼ਨ ਨਾਲ ਹੈ ਨਾ ਉਹ ਬੱਚਾ ਪੈਦਾ ਕਰਨ ਕਿਉਂਕਿ ਸਾਰਾ ਗੇਮ ਇੱਥੇ ਦੀ ਹੈ ਹੂੰ ਦਿਸ ਇਜ਼ ਸਾਡਾ ਇਹ ਹੈਗਾ ਆਪਣਾ ਮੈਮਰੀ ਹੈ ਜੀ ਇਸ ਸਾਰਾ ਜਿਹੜਾ ਕੰਪਿਊਟਰ ਦਾ ਨਾ ਸੌਫਟਵੇਅਰ ਹੋ ਗਿਆ ਹਾਰਡਵੇਅਰ ਜੀ ਸੌਫਟਵੇਅਰ ਜਦੋਂ ਕਮਾਂਡ ਹੀ ਨਹੀਂ ਕਰੇਗਾ ਤਾਂ ਹੀ ਹੋਏਗਾ ਹੈਨਾ ਕੁਝ ਵੀ ਪ੍ਰੋਡਿਊਸ ਕਰਨਾ ਹੈ ਸਪਮ ਪ੍ਰੋਡਿਊਸ ਕਰਨਾ ਹੈ ਅਗਰ ਉਹ ਮੈਸੇਜ ਹੀ ਨਹੀਂ ਜਾ ਰਹੇ ਤਾਂ ਨਹੀਂ ਹੋਏਗਾ ਹਾਂ ਅਗਰ ਉਹਦੇ ਸਰੀਰ ਦੇ ਅੰਗ ਹੈਗੇ ਮੇਲ ਦੇ ਔਰ ਬ੍ਰੇਨ ਮੈਸੇਜ ਕਰ ਰਿਹਾ ਲੇਕਿਨ ਫੀਮੇਲ ਨੂੰ ਦੇਖ ਕੇ ਨਹੀਂ ਹੂੰ ਸੋ ਹੋ ਸਕਦਾ ਹੈ ਕਿ ਹਾਂ ਆਪਣਾ ਜਿਹੜਾ ਸਪਰਮਸ ਹੈ ਉਹ ਡੋਨੇਟ ਕਰ ਸਕਦਾ ਹੈ ਟੈਸਟੂ ਬੇਬੀ ਯਸ ਐਂਡ ਉਹਨੂੰ ਪ੍ਰੀਜ਼ਰਵ ਕਰ ਸਕਦੇ ਹਨ ਤਾਂ ਕਿ ਉਹ ਆਪਣੇ ਟੈਸਟੂ ਬੇਬੀ ਆਪਣਾ ਬੇਬੀ ਵੀ ਕਰ ਸਕਦਾ ਹੈ ਅਗਰ ਉਹਦਾ ਫੋਰਸਫੁਲੀ ਮੈਰਿਜ ਵੀ ਹੋ ਜਾਏ ਤਾਂ ਵੀ ਉਹਦਾ ਰੁਝਾਨਤਾ ਫੀਮੇਲ ਵੱਲ ਨਹੀਂ ਹੋਏਗਾ ਬਿਲਕੁਲ ਹੁੰਦਾ ਸਮਾਜ ਵਿੱਚ ਮੈਂ ਇਦਾਂ ਜ਼ਬਰਦਸਤੀ ਬਹੁਤ ਸਾਰੇ ਫਿਰ ਉਹ ਕੇਸਿਸ ਤੁਹਾਡੇ ਮੂਰੇ ਆਉਂਦੇ ਨੇ ਤੁਸੀਂ ਕਿਵੇਂ ਉਹਨਾਂ ਨੂੰ ਕਾਉਂਸਲਿੰਗ ਕਰਦੇ ਹੋ ਆਰ ਡਿਵੋਰਸ ਹੁੰਦੇ ਮਾਸ ਮੋਸਟਲੀ ਤੇ ਜਿਹੜੇ ਬੱਚਾ ਮੈਂ ਹੁਣੇ ਸੁਸਾਇਡ ਕਰ ਗਿਆ 16 ਸਾਲ ਦਾ ਪ੍ਰਿਆਨਸ਼ੂ ਇਦਾਂ ਤੇ ਬਹੁਤ ਸਾਰੇ ਬੱਚੇ ਨੇ ਜਿਹੜੇ ਅੱਜ ਮੈਂਟਲੀ ਸ਼ਿਕਾਰ ਹੋ ਰਹੇ ਨੇ ਇਸ ਚੀਜ਼ ਦਾ ਉਹਨਾਂ ਨੂੰ ਤੁਸੀਂ ਕਿਵੇਂ ਮੋਟੀਵੇਟ ਕਰਨਾ ਚਾਹੁੰਦੇ ਹੋ ਕਿ ਉਹ ਇਸ ਸਮਾਜ ਦੇ ਵਿੱਚ ਕਿਵੇਂ ਇੰਨਾ ਕ੍ਰਿਟਿਸਿਜ਼ਮਸ ਹੈ ਕਿ ਇੰਨੀ ਹੇਟਸ ਹੈ ਕਿ ਕਿਵੇਂ ਜੀਣੋ ਦੇਖੋ ਬੱਚੇ ਨਾ ਛੋਟੇ ਛੋਟੇ ਬੱਚੇ ਅੱਜਕੱਲ ਕਾਫੀ ਸਾਰੇ ਇਹਦੇ ਸੋਸ਼ਲ ਮੀਡੀਆ ਜਦੋਂ ਸੋਸ਼ਲ ਮੀਡੀਆ ਦਾ ਪਹਿਲਾ ਦੌਰ ਨਹੀਂ ਸੀਗਾ ਉਸ ਟਾਈਮ ਤਾਂ ਇੰਨਾ ਇੰਨੇ ਜ਼ਿਆਦਾ ਮੈਨੂੰ ਕਿਉਂਕਿ ਮੈਂ ਤਾਂ ਸਰਵੇ ਨਹੀਂ ਕੀਤਾ ਕਿ ਕਿੰਨਾ ਹੁੰਦਾ ਸੀ ਕਿੰਨਾ ਨਹੀਂ ਹੁਣ ਪਤਾ ਲੱਗ ਰਿਹਾ ਹੌਲੀ ਹੌਲੀ ਕਿ ਵੀ ਉਹ ਸੋਸ਼ਲ ਮੀਡੀਆ ਜਿੱਦੋਂ ਸਾਰੀ ਖਬਰਾਂ ਆਉਂਦੀਆਂ ਐਂਡ ਸੁਸਾਈਡ ਸੁਸਾਈਡਲ ਰੇਟ ਜਿਹੜਾ ਬਹੁਤ ਜ਼ਿਆਦਾ ਹਾਈ ਹੈ ਟਰਾਂਸ ਲੋਕਾਂ ਚ ਕਿਉਂਕਿ ਹੁਣ ਸਾਰੀ ਖਬਰਾਂ ਆਉਂਦੀਆਂ ਐਂਡ ਬਹੁਤ ਸਾਰੀ ਖਬਰਾਂ ਸਾਨੂੰ ਪਤਾ ਹੀ ਨਹੀਂ ਚੱਲਦੀਆਂ ਪਿੰਡਾਂ ਚ ਜਿਹੜੇ ਸੋਸ਼ਲ ਮੀਡੀਆ ਚ ਨਹੀਂ ਹੈ ਹੈਨਾ ਐਂਡ ਸੋਸ਼ਲ ਮੀਡੀਆ 'ਚ ਹੋ ਕੇ ਵੀ ਨਹੀਂ ਜਿਹੜੇ ਬਹੁਤ ਹਾਈਲਾਈਟਡ ਹੈ ਉਹ ਲੋਕਾਂ ਨੂੰ ਪਤਾ ਲੱਗ ਜਾਂਦਾ ਲੇਕਿਨ ਜਿਹੜੇ ਬਹੁਤ ਜ਼ਿਆਦਾ ਐਨੇ ਹਾਈਲਾਈਟਡ ਨਹੀਂ ਇਹਨੇ ਉਹਨਾਂ ਦਾ ਖਬਰਾ ਨਹੀਂ ਆਉਂਦੀਆਂ ਐਨ ਉਹਨਾਂ ਦੇ ਬੱਚਾ ਨੂੰ ਮੈਂ ਕਿਉਂਕਿ ਬਹੁਤ ਜ਼ਿਆਦਾ ਇੱਕ ਹੈ ਨਾ ਉਹ ਤਾਬਲੀ ਪੰਤੀ ਹੁੰਦੀ ਹੈ ਹੈ ਨਾ ਐਂ ਵੈਸ ਤਾਂ ਦੁਨੀਆ ਨੂੰ ਕਹਿਣਾ ਚਾਹੀਦਾ ਮੈਨੂੰ ਕਿ ਦੁਨੀਆ ਸੁਧਰ ਜਾਵੇ ਪਰ ਹੁਣ ਦੁਨੀਆ ਤਾਂ ਮੈਂ ਕਿਵੇਂ ਕਹਾਂ ਦੁਨੀਆ ਸੁਧਰੇਗੀ ਉਹ ਤਾਂ ਤੁਹਾਡੇ ਜਿਹੜੇ ਤੁਸੀਂ ਕਰ ਰਹੇ ਹੋ ਕੰਮ ਇਦਾਂ ਇਸੇ ਤਰ੍ਹਾਂ ਜੇ ਅਗਰ ਹੌਲੀ-ਹੌਲੀ ਅਗਰ ਸੁਧਰ ਜਾਵੇ ਤਾਂ ਠੀਕ ਹੈ ਲੇਕਿਨ ਮੈਂ ਆਪਣੇ ਬੱਚਿਆਂ ਨੂੰ ਕਹੂੰਗੀ ਕਿ ਉਹ ਥੋੜਾ ਇਨਾ ਥੋੜਾ ਵੇਟ ਕਰਨ ਥੋੜੇ ਆਪਣੇ ਆਪ ਨੂੰ ਐਕਸਪਲੋਰ ਕਰਨ ਐਨ ਆਇਡੈਂਟੀਟੀ ਜਿਹੜੀ ਹੈ ਉਸ ਨੂੰ ਐਕਸਪਲੋਰ ਕਰਕੇ ਐਨ ਸੋਸ਼ਲ ਮੀਡੀਆ ਜਿਹੜਾ ਅਗਰ ਠੀਕ ਹੈ ਅਗਰ ਉਹ ਐਕਸਪਲੋਰ ਕਰ ਵੀ ਦਿੱਤਾ ਜਾਂ ਸੋਸ਼ਲ ਮੀਡੀਆ 'ਚ ਆਪਣਾ ਪ੍ਰਚਾਰ ਆਪਣਾ ਕਰ ਰਹੇ ਹੈ ਪ੍ਰਦਰਸ਼ਨ ਕਰ ਰਹੇ ਹੈ ਆਪਣੇ ਆਪ ਨੂੰ ਐਕਸਪ੍ਰੈਸ ਕਰ ਰਹੇ ਹੈ ਸੋ ਉਹ ਕਮੈਂਟਸ ਦੇ ਉੱਪਰ ਧਿਆਨ ਨਾ ਦੇਣ ਕਿਉਂਕਿ ਕਮੈਂਟਸ ਜਦੋਂ ਅਸੀਂ ਪੜਦੇ ਨਾ ਵੀ ਕਿੰਨੇ ਲਾਈਕ ਆ ਗਏ ਕਿੰਨੇ ਕਮੈਂਟਸ ਆਏ ਮੇਰੇ ਵਾਸਤੇ ਕਿੰਨੇ ਮੇਰੇ ਵਾਸਤੇ ਬੁਰੇ ਕਿੰਨੇ ਮੇਰੀ ਫੇਵਰਚ ਕਿੰਨੇ ਜਦੋਂ ਅਸੀਂ ਪੜਦੇ ਆਂ ਅਗਰ ਮੈਜੋਰਟੀ ਬੁਰੇ ਬੁਰੇ ਲੋਕਾਂ ਦੀਆਂ ਤੇ ਫਿਰ ਬਹੁਤ ਥਾਰ ਦਿੱਕਤ ਹੁੰਦੀ ਹੈ ਇਸ ਕਰਕੇ ਮੈਂ ਐਡਵਾਈਸ ਹੈ ਮੇਰੀ ਰਿਕੁਐਸਟ ਹੈ ਕਿ ਕਮੈਂਟਸ ਨਾ ਪੜਨ ਹੈਨਾ ਕਮੈਂਟਸ ਮੈਨੂੰ ਪਤਾ ਹੈ ਕਿ ਜ਼ਿਆਦਾਤਰ ਨੈਗੇਟਿਵ ਰਹਿੰਦੇ ਆਂ ਹੈਨਾ ਔਰ ਇਹ ਨੈਗੇਟਿਵ ਕਰਕੇ ਸਾਡੇ ਜਿਹੜੀ ਬ੍ਰੇਨ ਵਿੱਚ ਨੈਗੇਟਿਵਿਟੀ ਆਉਂਦੀ ਹੈ ਐਂਡ ਡਿਪਰੈਸ਼ਨ ਦੇ ਚੱਲ ਜਾਂਦਾ ਬੱਚਾ ਸੋ ਡੋਨਟ ਬਾਦਰ ਅਗਰ ਨਹੀਂ ਬਾਦਰ ਕਰ ਸਕਦੇ ਡੋਨਟ ਰੀਡ ਦੋਜ਼ ਮੈਸੇजेस ਹੈ ਨਾ ਅਗਰ ਇੱਕ ਦੋ ਪੜੇ ਤਾਂ ਠੀਕ ਹੈ ਉਹਨੂੰ ਉਹਨਾਂ ਹੀ ਰੱਖੋ ਕਿ ਹਾਂ ਹੋ ਸਕਦਾ ਇਸ ਤਰ੍ਹਾਂ ਦੇ ਹੋਰ ਵੀ ਮੈਸੇਜ ਆਣਗੇ ਮੈਮ ਜਿਹੜੀ 트랜ਸਜੈਂਡਰ ਕਮਿਊਨਿਟੀ ਹੈ ਤਾਂ ਉਹਨਾਂ ਨੂੰ ਲੱਗਦਾ ਕਿ ਇੱਕ ਫੋਨ ਕਾਲ ਐਨਜੀਓ ਟਾਈਪ ਹੋਣੀ ਚਾਹੀਦੀ ਕਿ ਜਿਹੜੇ ਬੱਚੇ ਗੱਲ ਕਰਨਾ ਚਾਹੁੰਦੇ ਨੇ ਜਿਵੇਂ ਹੁਣ ਬਹੁਤ ਸਾਰੇ ਸਵਾਲ ਨੇ ਜਿਹੜੇ ਲੋਕ ਪੁੱਛਣਾ ਚਾਹੁੰਦੇ ਨੇ ਤੁਹਾਡੇ ਕੋਲੋਂ ਤੇ ਜਿਹੜੇ ਤੁਹਾਡੇ ਵਰਗੇ ਲੋਕ ਕਾਉਂਸਲਰਸ ਨੇ ਜਿਹੜੇ ਬੱਚਿਆਂ ਨੂੰ ਬੜੇ ਵਧੀਆ ਤਰੀਕੇ ਨਾਲ ਉਹਨਾਂ ਦੇ ਪਾਠ ਸਮਝਾ ਸਕਦੇ ਨੇ ਇਦਾਂ ਦੇ ਕੋਈ ਕਨਸਰਟਸ ਜਾਂ ਕੋਈ ਇਦਾਂ ਦੀ ਚੀਜ਼ ਹੋਣੀ ਚਾਹੀਦੀ ਸਾਡੇ ਸਮਾਜ 'ਚ ਬਿਲਕੁਲ ਹੋਣੀ ਚਾਹੀਦੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿ ਜਿਹੜੀ ਕਾਉਂਸਲਿੰਗ ਹੈ ਨਾ ਇਹ ਹੈਲਪਲਾਈਨ ਜਿਸ ਤਰ੍ਹਾਂ ਸਪੋਜ਼ ਸਪੋਰਟ ਗਰੁੱਪਸ ਹੈ ਜਿਵੇਂ ਅਮਰੀਕਾ 'ਚ ਯੂਨਾਈਟਿਡ ਸਟੇਟਸ 'ਚ ਜਾਂ ਯੂਰੋਪੀਅਨ ਕੰਟਰੀਸ 'ਚ ਜਿਹੇ ਸਪੋਰਟ ਗਰੁੱਪਸ ਬਣੇ ਹਨ ਸੋ ਉਹਨਾਂ ਦੇ ਵੀਕਲੀ ਮੀਟਿੰਗਸ ਹੁੰਦੀਆਂ ਐਂਡ ਵੀਕਲੀ ਮੀਟਿੰਗਸ ਨਾਲ ਬੱਚੇ ਜਿਹੜੇ ਆਪਣੇ ਸੋਸ਼ਲ ਮੀਡੀਆ ਜੁੜੇ ਹੈ ਉਹ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜਦੇ ਆ ਫਿਰ ਸੈਟਰਡੇ ਜਾਂ ਸੰਡੇ ਜਦੋਂ ਮੀਟਿੰਗ ਹੁੰਦੀ ਹੈ ਉੱਥੇ ਜਾਂਦੇ ਆ ਆਪਣੇ ਆਪ ਨੂੰ ਐਕਸਪਲੋਰ ਕਰਦੇ ਆ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਕਾਉਂਸਲਿੰਗ ਹੁੰਦੀ ਹੈ ਅਗਰ ਕੋਈ ਡਿਪਰੈਸ਼ਨ ਚ ਹੈ ਜਾਂ ਸਪੋਰਟ ਗਰੁੱਪ ਚਾਹੀਦਾ ਉਹ ਸਪੋਰਟ ਕਰਦੇ ਇਸੇ ਤਰ੍ਹਾਂ ਚੰਡੀਗੜ੍ਹ 'ਚ ਵੀ ਹੈਗਾ ਇੱਕ ਸਪੋਰਟ ਗਰੁੱਪ ਸੋ ਅਸੀਂ ਕਰਦੇ ਆ ਸਾਰੇ ਮਿਲ ਕੇ ਅ ਇਸੇ ਤਰ੍ਹਾਂ ਸਾਰੇ ਇੰਡੀਆ 'ਚ ਹੋਣਾ ਚਾਹੀਦਾ ਇੰਡੀਆ 'ਚ ਕੁਝ ਕੁ ਜਗ੍ਹਾ ਮੈਟਰੋ ਸਿਟੀਆਂ ਚ ਹੈਗੀਆਂ ਲੇਕਿਨ ਜਿਹੜੀ ਰੂਰਲ ਏਰੀਆਜ਼ ਹੈ ਉਹਦੇ ਵਿੱਚ ਨਹੀਂ ਹੈ ਕਿਉਂਕਿ ਉਹ ਉਹਨਾਂ ਨੂੰ ਖੁਦ ਨਹੀਂ ਪਤਾ ਮੈਟਰੋ ਸਿਟੀਆਂ ਚ ਇਹ ਕਿ ਗਰੁੱਪਸ ਬਣੇ ਜਿਵੇਂ ਦਿੱਲੀ ਹੈ ਮੁੰਬਈ ਹੈਗਾ ਚੇਨਈ ਹੋਰ ਵਿਕਲਪਤਾ ਹੈਗਾ ਚੰਡੀਗੜ੍ਹ ਹੈਗਾ ਦਿੱਲੀ ਇਹਨਾਂ ਸਭ ਜਗ੍ਹਾ 'ਚ ਤਾਂ ਸਪੋਰਟ ਗਰੁੱਪ ਹੈਗੇ ਲੇਕਿਨ ਗਵਰਨਮੈਂਟ ਦੀ ਵੀ ਡਿਊਟੀਆਂ ਬਣਦੀ ਕਿ ਗਵਰਨਮੈਂਟ ਆਪਣੇ ਟ੍ਰਾਂਜ਼ੀਐਂਟ ਵੈਲਫੇਅਰ ਬੋਰਡ ਬਣਾ ਰੱਖੇ ਜਿਨ੍ਹਾਂ ਨੇ ਉਹ ਉਹਨਾਂ ਦੇ ਵਿੱਚ ਇਹ ਹੈਲਪਲਾਈਨ ਹੋਣੀ ਚਾਹੀਦੀ ਐਂਡ ਉੱਥੇ ਸਪੋਰਟ ਗਰੁੱਪ ਐਂਡ ਡ੍ਰੌਪ ਇਨ ਸੈਂਟਰ ਹੋਣਾ ਚਾਹੀਦਾ ਜਿੱਥੇ ਆ ਕੇ ਬੱਚੇ ਬੈਠਣ ਹਰੇਕ ਡਿਸਟ੍ਰਿਕਟ ਵਾਈਜ਼ ਵੀ ਸਟੇਟ ਵਾਈਜ਼ ਵੀ ਇਹ ਹੀ ਅਸੀਂ ਕਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਟ੍ਰਾਂਸ ਜੈਂਡਰ ਵੈਲਫੇਅਰ ਬੋਰਡ ਦਾ ਮਕਸਦ ਹੀ ਇਹ ਹੈ ਕਿ ਸਾਰਿਆਂ ਨੂੰ ਹਕੂਕ ਜਿਹੜੇ ਉਹਨਾਂ ਦੇ ਅਧਿਕਾਰ ਦਿੱਤੇ ਜਾਣ ਉਹਨਾਂ ਨੂੰ ਸਾਰੀ ਫੈਸਿਲਿਟੀਆਂ ਦਿੱਤੀਆਂ ਜਾਣ ਉਹਨਾਂ ਦੀ ਸਾਰੀ ਉਹਨਾਂ ਦੀ ਆਵਾਜ਼ ਸੁਣੀ ਜਾਵੇ ਤੇ ਡ੍ਰੌਪ ਇਨ ਸੈਂਟਰ ਵੀ ਬਣਾਏ ਜਾਣ ਜਿੱਥੇ ਉਹ ਮਿਲ ਕੇ ਡਿਸਟ੍ਰਿਕਟ ਲੈਵਲ 'ਤੇ ਵੀ ਤਾਂ ਕਿ ਸੁਪੋਜ਼ ਲੁਧਿਆਣਾ 'ਚ ਅਗਰ ਇੱਕ ਡ੍ਰੌਪ ਇਨ ਸੈਂਟਰ ਬਣ ਜAVE ਜਿੱਥੇ ਆ ਕੇ ਸਾਰੇ ਟ੍ਰਾਂਜ਼ੀਟ ਆਪਣੇ ਮੈਗਜ਼ੀਨਸ ਪੜਨ ਨਿਊਜ਼ਪੇਪਰ ਪੜਨ ਟੀਵੀ ਦੇਖਣ ਆਪਣੇ ਹੋਰ ਜੋ ਵੀ ਉੱਥੇ ਅਗਰ ਤੁਸੀਂ ਕਹਿੰਦੇ ਫੈਸ਼ਨ ਡਿਜ਼ਾਈਨਿੰਗ ਦਾ ਜਾਂ ਬਿਊਟੀ ਪਾਰਲਰ ਦਾ ਕੋਰਸ ਵੀ ਉੱਥੇ ਘੰਟੇ ਦਾ 2 ਘੰਟੇ ਦਾ ਕਰਵਾ ਗਵਰਨਮੈਂਟ ਦਾ ਕਿਉਂਕਿ ਕੋਈ ਪ੍ਰਾਈਵੇਟ ਆਰਗੇਨਾਈਜੇਸ਼ਨ ਤਾਂ ਕਰ ਨਹੀਂ ਸਕਦੀ ਕਿ ਫੰਡਸ ਨਹੀਂ ਹੁੰਦੇ ਹਨ ਹੈਨਾ ਅਗਰ ਇਟਸ ਟ੍ਰਾਂਸਜੈਂਟਰ ਕੋਈ ਬਿਜ਼ਨਸ ਕਰਕੇ ਕੋਈ ਐਸਾ ਕਿਉਂਕਿ ਜਿਹੜੀ ਫੀਲਿੰਗ ਇਸ ਟਾਈਮ ਮੈਮ ਤੁਸੀਂ ਜਿਹੜੀ ਫੀਲਿੰਗ ਚ ਤੁਸੀਂ ਗੁਜ਼ਰ ਰਹੇ ਹੋ ਜਾਂ ਜਿਹੜੇ ਹਾਲਾਤਾਂ ਦੇ ਤੁਸੀਂ ਨਿਕਲ ਰਹੇ ਹੋ ਮੈਂ ਕੋਸ਼ਿਸ਼ ਕਰਕੇ ਵੀ ਉਹ ਫੀਲ ਨਹੀਂ ਕਰ ਸਕਦਾ ਭਾਵੇਂ ਮੈਂ ਲੱਖ ਕਹਿ ਲਾਂ ਕਿ ਮੈਂ ਸਮਝ ਸਕਦਾ ਮੈਂ ਨਹੀਂ ਸਮਝ ਸਕਦਾ ਜਿਹੜੇ ਹਾਲਾਤਾਂ ਚ ਜਿਹੜਾ ਬੰਦਾ ਗੁਜ਼ਰਦਾ ਉਹੀ ਸਮਝ ਸਕਦਾ ਤਾਂ ਤੁਹਾਨੂੰ ਲੱਗਦਾ ਕਿ ਟ੍ਰਾਂਸਜੈਂਟਰ ਕਮਿਊਨਿਟੀ ਚੋ ਕੁਝ ਜਿਵੇਂ ਵੱਡੇ ਵੱਡੇ ਮੇਕਅਪ ਆਰਟਿਸਟ ਨੇ ਵੱਡੀ ਵੱਡੀ ਸੈਲੀਬ੍ਰਿਟੀਜ਼ ਦੇ ਮੇਕਅਪ ਆਰਟਿਸਟ ਨੇ ਉਹ ਸੈਲੀਬ੍ਰਿਟੀਜ਼ ਉਹਨਾਂ ਕੋਲ ਹੀ ਮੇਕਅਪ ਕਰਾ ਕੇ ਰਾਜ਼ੀ ਨੇ ਕਿਸੇ ਹੋਰ ਕੋ ਨਹੀਂ ਕਰਾ ਸਕਦੇ ਤਾਂ ਉਹਨਾਂ ਨੂੰ ਇਹ ਆਵਾਜ਼ ਚੱਕਣੀ ਚਾਹੀਦੀ ਹੈ ਕਿ ਅਗਰ ਸਪੋਜ਼ ਮੇਰੇ ਕਿਸੇ ਸਿੰਗਰ ਨਾਲ ਲਿੰਕ ਨੇ ਤੇ ਜੇ ਮੈਨੂੰ ਅਜ ਆਪਣੇ ਹੱਕ ਦੀ ਆਵਾਜ਼ ਚੱਕਣੇ ਤੋਂ ਮੇਰਾ ਸਾਥ ਤਾਂ ਦੇਗਾ ਤਾਂ ਇਦਾਂ ਦੀ ਕੋਈ ਕਮਿਊਨਿਟੀ ਪ੍ਰਾਈਵੇਟ ਸੈਕਟਰ ਤੇ ਬਣਾਣੀ ਚਾਹੀਦੀ ਹੈ ਇੰਡੀਆ ਲੈਵਲ ਤੇ ਦੇਖੋ ਇਦਾਂ ਦੀ ਕਮਿਊਨਿਟੀ ਜਿਹੜੀ ਹੈਗੀ ਜਿਸ ਦਾ ਹੈਗੀਆਂ ਕਮਿਊਨिटीज ਇਦਾਂ ਨਹੀਂ ਕਿ ਨਹੀਂ ਹੈਗੀਆਂ ਬਹੁਤ ਸਾਰੇ ਲੋਕ ਕੰਮ ਕਰ ਰਹੇ ਹੈ ਆਪਣੇ ਇੰਡਸਟਰੀਜ਼ੇ ਕੰਮ ਕਰ ਰਹੇ ਹੈ ਫਿਲਮ ਫਿਲਮਾਂ ਚ ਵੀ ਕੰਮ ਕਰ ਰਹੇ ਹੈ ਮੇਕਅਪ ਆਰਟਿਸਟ ਕੋਈ 뮤జిਸ਼ੀయన్స్ ਹੈ ਅ ਬਟ ਜਿਹੜੀ ਕਮਿਊਨਿਟੀ ਅੱਗੇ ਮੈਂ ਥੋੜਾ ਜਿਹਾ ਇਹ ਵੀ ਹੈ ਕਿ ਆਪਣੀ ਕਮਿਊਨਿਟੀ ਜਿਹੜੀ ਹੈਗੀ ਆ ਦੂਸਰੇ ਨੂੰ ਆ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਸ਼ਾਇਦ ਉਹ ਨਹੀਂ ਕਰ ਪਾਉਂਦੇ ਆ ਤੁਹਾਡੀ ਕਮਿਊਨਿਟੀ 'ਚ ਵੀ ਉਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਸਾਡੇ 'ਚ ਹੁੰਦਾ ਹੈ ਕਿ ਸਾਨੂੰ ਅੱਗੇ ਨਹੀਂ ਜਾਣ ਦਿੰਦੇ ਉਹਦੇ 'ਚ ਇਹਦੇ 'ਚ ਵੀ ਉਹ ਲੱਗਦਾ ਦੇਖੋ ਜੇ ਜਿਸ ਤਰ੍ਹਾਂ ਸਪੋਜ਼ ਮੈਂ ਇੱਥੇ ਕੰਮ ਕਰ ਰਹੀ ਆ ਮੈਂ ਇੱਥੇ ਕੰਮ ਕਰਕੇ ਬੜੀ ਮੁਸ਼ਕਿਲ ਨਾਲ ਤੁਹਾਨੂੰ ਸੈਂਸਿਟਾਈਜ਼ ਕੀਤਾ ਠੀਕ ਹੈ ਆਪਣੀ ਜੌਬ ਸਿਕਿਉਰ ਕੀਤੀ ਦੀ ਕਿਤੇ ਮੈਂ ਦੋ ਚਾਰ ਲੋਕਾਂ ਨੂੰ ਹੋਰ ਲਿਆਈ ਤੁਸੀਂ ਉੱਥੇ ਕੁਝ ਗਲਤ ਹੋ ਗਿਆ ਕੁਝ ਕੁਝ ਚੀਜ਼ ਹੋ ਗਈ ਤਾਂ ਉਹਨੇ ਕਿ ਮੇਰੀ ਜੌਬ ਵੀ ਗਈ ਫਿਰ ਹੈਨਾ ਸੋ ਇਹ ਚੀਜ਼ਾਂ ਹੁੰਦੀਆਂ ਕਿਉਂਕਿ ਦੇਖੋ ਹਰੇਕ ਸਮਾਜ ਵਿੱਚ ਇਹ ਸਿਰਫ 트랜ਸ ਜੈਂਡਰ ਕਮਿਊਨਿਟੀ ਨਹੀਂ ਹੈ ਮੇਲ ਫੀਮੇਲ ਹਰ ਕੋਈ ਬੰਦਾ ਸੋਚਦਾ ਕਿ ਮੇਰੀ ਨੌਕਰੀ ਨਾ ਚਲੇ ਜਾਵੇ ਹਾਂ ਬਿਲਕੁਲ ਕਿਸੇ ਚੱਕਰ ਚ ਕੋਈ ਚੱਕਰ ਚ ਇਸ ਕਰਕੇ ਆਹ ਔਰ ਦੂਸਰੀ ਗੱਲ ਉਹ ਫਿਰ ਜਿਹੜੀ ਸੀ ਕਮਿਊਨਿਟੀ ਕਮਿਊਨਿਟੀ ਦੀ ਗੱਲ ਕਰ ਰਹੇ ਨਾ ਉਹ ਇਹ ਇਨਸਾਨ ਇੰਡੀਵਿਜੂਅਲ ਨਹੀਂ ਰਹਿੰਦਾ ਫਿਰ ਵੀ ਇਕੱਲਾ ਧਨੰਜੇ ਨੇ ਇੱਕ ਅੰਕ ਤਾਂ ਗਲਤ ਜ਼ਿੰਮੇਵਾਰੀ ਹੈ ਨਾ ਉਹ ਕਹਿੰਦੇ ਸਾਰੀ ਕਮਿਊਨਿਟੀ ਇਦਾਂ ਦੀ ਹੈ ਹਾਂ ਬਿਲਕੁਲ ਹੈ ਨਾ ਸੋ ਜਿਸ ਤਰ੍ਹਾਂ ਅਸੀਂ ਕਹਿੰਦੇ ਵੀ 트랜스젠ਡਰ ਕਮਿਊਨਿਟੀ ਇਸ ਐਕਸ ਵਰਕਰ ਕਰ ਰਹੀ ਵਿਸਟਾਰੇ 트랜스젠ਡਰ ਤਾਂ ਨਹੀਂ ਕਰਦੇ ਸੈਕਸੁਅਲ ਬਿਲਕੁਲ ਕੋਈ ਇੱਕ ਇਨਸਾਨ ਜਾਂ ਦੋ ਹੁ ਇਨਸਾਨ 4 ਜਾਂ 10 ਲੋਗ 20 ਹੋਣਗੇ ਪਰ ਕਮਿਊਨਿਟੀ ਬਹੁਤ ਲਾਰਜ ਲਾਰਜ ਹੈਗੀ ਹੈ ਹੈਨਾ ਐਂਡ ਕੋਈ ਚੋਰੀ ਚਪਾਟੀ ਕਰਦਾ ਅਖਬਾਰਾਂ ਜੇ ਤੁਸੀਂ ਦੇਖਿਆਗਾ ਕਿ ਕਿੰਨਰ ਸਮਾਜ ਦਾ ਇੱਕ ਕਿੰਨਰ ਸਮਾਨ ਇਹ ਕਰਤਾ ਫਲਾਣਾ ਕਰਤਾ ਕਿੰਨਰ ਸਮਾਜ ਨੇ ਤਾਂ ਨਹੀਂ ਕੀਤਾ ਉਸ ਪਰਸਨ ਨੇ ਕੀਤਾ ਉਹਨੇ ਕੋਈ ਚੋਰੀ ਚਪਾਟੀ ਕੀਤੀ ਕੁਝ ਵੀ ਹੈ ਸੋ ਇਹ ਸਾਰੀ ਚੀਜ਼ਾਂ ਨਾ ਬਿਲਕੁਲ ਅ ਨਈ ਹੋਣੀ ਚਾਹੀਦੀ ਐਂਡ ਸੈਂਸਿਟੀਵਿਟੀ ਹੋਣੀ ਚਾਹੀਦੀ ਐਂਡ ਜੋ ਜੌਬਸ ਹੈਗੀਆਂ ਉਹ ਜਦੋਂ ਮਿਲਨੀ ਸ਼ੁਰੂ ਹੋਏਗੀ ਜਾਂ ਪਹਿਲੇ ਤਾਂ ਟ੍ਰੇਨਿੰਗ ਦੇ ਮੈਂ ਗੱਲ ਕਰ ਰਹੀ ਕਿ ਜਿਹੜੇ ਸ਼ੈਲਟਰ ਹੋਮ ਦੀ ਹਮ ਇਟ ਇਜ਼ ਰਿਸਪੌਂਸਿਬਿਲਟੀ ਆਫ ਸਟੇਟ ਜੀ ਹਰੇਕ ਡਿਸਟ੍ਰਿਕਟ ਚ ਜਾਂ ਸਟੇਟ ਤੇ ਐਟ ਲੀਸਟ ਇੱਕ ਸਟੇਟ ਵਿੱਚ ਸ਼ੈਲਟਰ ਹੋਮ ਹੋਣਾ ਚਾਹੀਦਾ ਗਵਰਨਮੈਂਟ ਦਾ ਜਿੱਥੇ ਵੀ ਸਾਰੀ ਫੈਸਿਲਿਟੀਆਂ ਪ੍ਰੋਵਾਈਡ ਕਰੇ ਇੱਕ ਪੂਰਾ ਸ਼ੈਲਟਰ ਹੋਮ ਜਿੱਦੇ ਵਿੱਚ ਉਹਨਾਂ ਰਹਿਣ ਖਾਣ ਦਾ ਵੀ ਹੋਵੇ ਤੇ ਟ੍ਰੇਨਿੰਗ ਦਾ ਵੀ ਹੋਣਾ ਜਿਸ ਦਾ orphans ਦਾ ਹੁੰਦਾ ਹੈ ਜਿੱਦੇ ਵਿੱਚ ਬੱਚਿਆਂ ਨੂੰ ਸਾਰੀ ਜ਼ਿੰਦਗੀ ਤੇ ਨਹੀਂ ਰੱਖਦੇ ਉੱਥੇ ਇੱਕ ਸਰਟਨ ਏਜ ਹੁੰਦੀ ਜਦੋਂ ਉਹਨਾਂ ਨੂੰ ਨੌਕਰੀ ਲਗਾ ਕੇ ਵੀ ਭੇਜ ਦਿੰਦੇ ਜਾਓ ਤੁਸੀਂ ਆਪਣਾ ਆਪਣਾ ਗੁਜ਼ਰਬਸਰ ਖੁਦ ਕਰੋ ਇਸੇ ਤਰ੍ਹਾਂ 트랜ਸਜੈਂਡਰ ਨੂੰ ਜਦੋਂ ਉਹ 18 20 ਸਾਲ 25 ਸਾਲ ਜਿਹੜੀ ਵੀ ਏਜ ਆਣ ਉਹਨਾਂ ਨੂੰ ਰੱਖੇ ਜਾਵੇ ਤੇ ਉਹਨਾਂ ਨੂੰ ਟ੍ਰੇਨਿੰਗ ਦੇ ਪੜ੍ਹਾਈ ਲਿਖਾਈ ਜੇ ਛੁੱਟ ਗਈ ਉਹਨਾਂ ਨੂੰ ਪੜ੍ਹਾਈ ਲਿਖਾਈ ਕਰਵਾਣ एक तक एक, आके जिस समय कोई ट्रेनिंग पूरी हो गई मेकअप आरट आर्टिस्ट इज सपोज उस तो उसमें नौकरी, नौकरी लगा उन, भी रिसपोंसीबिल हो नौकरी लगाए तो उन्होंने कहो भी हूँ तुम अपना गुजारा खुद करना है इस तरह की रिस्पोंसीबिली एंड सैकेंडलीस जिस तरह हूँ पंजाब पुलिस ने ट्रांसजेंडर प्रोडक्शन सैल दिन घोषणा की है एंड जॉब्स का भी क्या कि ਬਟ ਮੇਰਾ ਕਹਿਣ ਦਾ ਮਤਲਬ ਮੇਰਾ ਹਮੇਸ਼ਾ ਇਹ ਰਿਹਾ ਹੈ ਕਿ ਵੀ ਜੌਬ ਤਾਂ ਤੁਸੀਂ ਦੇ ਦੋਗੇ ਲੇਕਿਨ ਜੇ ਅਗਰ ਮੈਂ ਪੰਜਾਬ ਪੁਲਿਸ ਚ ਆ ਗਈ ਔਰ ਬਾਕੀ ਲੋਕਾਂ ਨੇ ਮੇਰੇ ਨਾਲ ਹਰਾਸਮੈਂਟ ਕੀਤੀ ਬੋਲੀ ਕੀਤੀ ਉਹਦਾ ਕੀ ਸੋ ਮੈਂ ਹਮੇਸ਼ਾ ਇਹ ਕਹਿੰਦੀ ਕਿ ਐਸਓਪੀ ਬਣਾਉਣਾ ਜ਼ਰੂਰੀ ਹੈ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੋਣਾ ਐਸਓਪੀ ਬਣ ਕੇ ਉਹ ਜਿਹੜਾ ਰੂਲਸ ਹੋਣਗੇ ਉਹ ਸਾਰਿਆਂ ਨੂੰ ਫਾਲੋ ਕਰਨਾ ਹੋਏਗਾ ਸਾਰਿਆਂ ਨੂੰ ਸੈਂਸਿਟਾਈਜ਼ ਕਰਨਾ ਜ਼ਰੂਰੀ ਹੈ ਐਕਚੁਅਲੀ ਮੈਂ ਪੰਜਾਬ ਪੁਲਿਸ ਦੀ ਮਾਸਟਰ ਮਾਸਟਰ ਟ੍ਰੇਨਰ ਵੀ ਹੈਗੀਆਂ ਸਮੇਂ ਹਮੇਸ਼ਾ ਇੱਥੇ ਆਂਦੀ ਹੁੰਦੀਆਂ ਆਪਣੇ ਫਿਲੌਰ ਚ ਮਹਾਰਾਜਾ ਲੰਗੀ ਜੀ ਪੁਲਿਸ ਅਕੈਡਮੀ ਚ ਸੋ ਹਮੇਸ਼ਾ 2-2 3-3 ਮਹੀਨੇ ਵਾਦ ਇਨਾਂ ਟ੍ਰੇਨਿੰਗ ਹੁੰਦੀ ਰਹਿੰਦੀ ਹੈ ਹਮੇਸ਼ਾ ਮੈਂ ਇਹਨਾਂ ਨੂੰ ਇਹੀ ਸਮਝਾਉਂਦੀ ਕਿ ਤੁਹਾਡੇ ਥਾਣਿਆਂ ਦੇ ਆ ਉਹ ਜਿੱਤੇ ਵੀ ਤੁਸੀਂ ਕੰਮ ਕਰ ਰਹੇ ਹੋ ਅਗਰ ਕੋਈ ਇਸ ਤਰ੍ਹਾਂ ਦਾ ਮੈਟਰ ਆਂਦਾ ਹੈ ਤਾਂ ਕਿਸ ਤਰ੍ਹਾਂ ਤੁਸੀਂ ਉਹਨੂੰ ਹੈਂਡਲ ਕਰਨਾ ਹੈ ਸਭ ਤੋਂ ਪਹਿਲੇ ਤੁਸੀਂ ਖੁਦ ਸੈਂਸਿਟਾਈਜ਼ ਹੋਣਾ ਹੈ ਹੈਨਾ ਐਂਡ ਸਾਰੇ ਤੁਸੀਂ ਸੋਚਦੇ ਕਿ ਗਲਤ ਹੁੰਦੇ ਐਦਾਂ ਨਹੀਂ ਹੈ ਸਾਰੇ ਐਂਡ ਐਸਓਪੀ ਬਣਾਉਣਾ ਜ਼ਰੂਰੀ ਹੈ ਜਬ ਤੱਕ ਐਸਓਪੀ ਨਹੀਂ ਬਣੇਗੇ ਤਦ ਤੱਕ ਕੋਈ ਜੌਬ ਨਹੀਂ ਹੈ ਇੱਕ ਐਗਜ਼ਾਮਪਲ ਤੁਹਾਨੂੰ ਦਵਾਂਗੇ ਕਿ ਆਪਣਾ ਕੇਰਲਾ ਵਿੱਚ 35 ਟ੍ਰਾਂਸਨਡਰ ਨੂੰ ਜੌਬ ਦਿੱਤੀ ਗਈ ਮੈਟਰੋ 'ਚ ਤੇ ਮੈਟਰੋ ਜਿੱਦੋਂ ਉਹਨਾਂ ਨੂੰ ਜੌਬ ਦਿੱਤੀ ਗਈ ਤੇ ਮੋਸਟਲੀ ਲੋਕਾਂ ਨੇ ਛੱਡ ਦਿੱਤੀ ਕੁਝ ਦਿਨਾਂ ਬਾਅਦ ਕਿਉਂ ਬਿਕੋਜ਼ ਉਹਨਾਂ ਨੂੰ ਕਿਸੇ ਨੇ ਕਮਰਾ ਕਿਰਾਏ ਨਹੀਂ ਦਿੱਤਾ ਠੀਕ ਹੈ ਕਰ ਜਿਹੜਾ ਕਮਰਾ ਸੀ ਉਹਨਾਂ ਰਹਿਣਾ ਵੀ ਤਾਂ ਸੀਗਾ ਨਾ ਕਿਤੇ ਨਾ ਕਿਤੇ ਰਹਿਉਗੇ ਉਹਨਾਂ ਨੂੰ ਉਹਨਾਂ ਨੂੰ ਕਮਰਾ ਕਿਰਾਏ ਤੇ ਨਹੀਂ ਦਿੱਤਾ ਗਿਆ ਐਂਡ ਬੁਲੀ ਹਰਾਸਮੈਂਟ ਹੋਈ ਸੋ ਉਹਨਾਂ ਨੇ ਜੌਬ ਛੱਡ ਦਿੱਤੀ ਸੋ ਮੇਰਾ ਹਮੇਸ਼ਾ ਇਹ ਰਹਾ ਹੈ ਕਿ ਪਹਿਲੇ ਸੈਂਸਿਟਾਈਜ਼ ਕਰਨਾ ਜ਼ਰੂਰੀ ਹੈ ਹੈਨਾ ਮੈਂ ਤੁਹਾਡੇ ਕੋਲ ਇੱਥੇ ਆਈ ਤੇ ਤੁਸੀਂ ਪਹਿਲੇ ਸਾਰਿਆਂ ਨੂੰ ਸੈਂਸਿਟਾਈਜ਼ ਕੀਤਾ ਹੋਣਾ ਵੀ ਹਾਂ ਸਾਡੇ ਕੋਲ ਕੋਈ 트랜ਸ ਜੈਂਡਰ ਆ ਰਿਹਾ ਹੈ ਹੈਨਾ ਉਹਨਾਂ ਦੇ ਨਾਲ ਕੋਈ ਬਦਤਮੀਜ਼ੀ ਆ ਕਿਸੇ ਤਰ੍ਹਾਂ ਦੀ ਕੋਈ ਗਲਤ ਅਭਿਆਨਵਾਜੀਆ ਕਿਸੇ ਕੋਈ ਅਪਸ਼ਬਦ ਨਾ ਬੋਲੇ ਜਾਵੇ ਹੈਨਾ ਜਿਵੇਂ ਇੱਥੇ ਆ ਕੇ ਆਈ ਐ ਤੇ ਲੋਕ ਮਤਲਬ ਮੇਰੇ ਪਿੱਛੇ ਹਾਸਲ ਹਸਨਾ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ ਤੇ ਮੈਨੂੰ ਪਤਾ ਤਾਂ ਲੱਗ ਹੀ ਜਾਏਗਾ ਕਿ ਵੀ ਮੇਰੇ ਮਜ਼ਾਕ ਬਣਾ ਰਹੇ ਨੇ ਉਹਦੇ ਨਾਲ ਕਿ ਮੈਂ ਅਗਲੀ ਵਾਰੀ ਆਉਂਗੀ ਨਹੀਂ ਹੈਨਾ ਸੋ ਇਸ ਤਰ੍ਹਾਂ ਦੀ ਚੀਜ਼ਾਂ ਜੌਬ ਪਲੇਸ ਤੇ ਨਹੀਂ ਹੋਣਾ ਐਂਡ ਸੈਕੰਡਲੀ ਜੌਬ ਪਲੇਸ ਇਸ ਸੈਕਸ਼ੁਅਲ ਹਰਾਸਮੈਂਟ ਕਮੇਟੀ ਬਣੀ ਜਿਹੜੀ ਉਹਦੇ ਵਿੱਚ ਟ੍ਰਾਂਸ ਜੈਂਡਰ ਨੂੰ ਇਨਕਲੂਡ ਕੀਤਾ ਜਾਵੇ ਕਿਉਂਕਿ ਫੀਮੇਲ ਵਾਸਤੇ ਬਣੀ ਹੈ ਜੀ ਹਨਾ ਉਹਦੇ ਵਿੱਚ 트랜스젠ਡਰ ਵਾਸਤੇ ਵੀ ਪੂਰਾ ਰੂਲਸ ਐਂਡ ਰੈਗੂਲੇਸ਼ਨ ਹੋਣਾ ਚਾਹੀਦਾ ਅਗਰ ਕੋਈ 트랜스젠ਡਰ ਕੋਈ ਸੈਕਸ਼ੂਅਲ ਅਬਿਊਜ਼ ਕਰਦਾ ਹੈ ਹਰਾਸਮੈਂਟ ਕਰਦਾ ਹੈ ਗਲਤ ਸ਼ਬਦ ਬੋਲਦਾ ਹੈ ਟੀਜ਼ ਕਰਦਾ ਹੈ ਉਹਦੀ ਸਜ਼ਾ ਵੀ ਸੇਮ ਉਸੇ ਤਰ੍ਹਾਂ ਹੋਣੀ ਚਾਹੀਦੀ ਜਿਦਾ ਫੀਮੇਲ ਸੈਕਿੰਡ 트랜스젠ਡਰ ਪਰਸਨ ਪ੍ਰੋਟੈਕਸ਼ਨ ਜਿਹੜਾ ਬਿਲ ਪਾਸ ਹੋ ਉਹ ਵੀ ਸਾਨੂੰ ਇਹਨਾਂ ਪ੍ਰੋਟੈਕਸ਼ਨ ਨਹੀਂ ਦੇ ਪਾਰਿਆ ਕਿਉਂਕਿ ਉਹਦੇ ਵਿੱਚ ਜਿਹੜੀ ਸਜ਼ਾ ਹੈ ਸਾਡੇ ਨਾਲ ਕੋਈ ਸੈਕਸ਼ੂਅਲ ਹਰਾਸਮੈਂਟ ਜਾਂ ਕੋਈ ਵੀ ਕਿਸੇ ਨਜ਼ਰ ਅੰਦਰ ਵੀ ਬਦਤਮੀਜ਼ੀ ਉਹ ਉਹਦੀ ਸਜ਼ਾ ਜਿਹੜੀ ਹੈਗੀ that is non cognizable theek hai na oh thane chhi chhud ke chale jayega a women de naal nahi hai onu saza hovegi agar koi women nu koi galat ap shabd kehnda aya kisi tarah bhi ohde naal problem hai te onna nu thane to nahi chhaddya janda hai hai na lekin transgender ko insaan manne hi nahi gaya ਉਹ ਤਾਂ ਆਮ ਲੋਕ ਹੈ ਠੀਕ ਹੈ ਨਾਲ ਨਾਲ ਹੋ ਰਿਹਾ ਤਾਂ ਠੀਕ ਹੈ ਯਾਰ ਚਲ ਕੋਈ ਨਾ ਮੈਂ ਮਰਨ ਤੋਂ ਬਾਅਦ ਜਦੋਂ ਕੋਈ 트랜ਸ ਜੈਂਡਰਡ ਡੈਥ ਹੁੰਦੀ ਹੈ ਉਹ ਜੁੱਤੀ ਕਿਉਂ ਮਾਰੀ ਜਾਂਦੀ ਹੈ ਉਹਨਾਂ ਦੇ ਇਹ ਮੈਂ ਤਾਂ ਸਾਰੀ ਮਨ ਗਣਤ ਦਾ ਇਹਦਾ ਨਹੀਂ ਹੁੰਦਾ ਨਾ ਨਹੀਂ ਇਦਾਂ ਨਹੀਂ ਹੁੰਦਾ ਪੁਰਾਣੇ ਟਾਈਮ 'ਚ ਕੁਝ ਨਾ ਕੁਝ ਇਦਾਂ ਘਟਨਾਵਾਂ ਹੁੰਦੀ ਸੀ ਮੈਂ ਤੁਹਾਨੂੰ ਕਹੇ ਸੀ 1871 ਵਿੱਚ ਐਂਟੀ ਟਾਇਵਲ ਐਕਟ ਬਣਾਇਆ ਸੀ ਜਿੱਦੇ ਅੰਗਰੇਜ਼ ਲੋਕ 트랜ਸ ਜੈਂਡਰ ਫਰਦਰ ਸੀਗੇ ਮਾਰਦੇ ਸੀ ਪੀਟਦੇ ਸੀ ਫਾਂਸੀ ਵੀ ਹੋ ਜਾਂਦੀ ਸੀ ਤੇ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਮਾਰਿਆ ਜਾਂਦਾ ਪੀਟਿਆ ਜਾਂਦਾ ਸੀ ਜੁੱਤੀਆਂ ਨਾਲ ਵੀ ਮਾਰਦੇ ਸੀਗੇ ਅੰਗਰੇਜ਼ ਲੋਗ ਹੈਨਾ ਉਹਨਾਂ ਦੇ ਪਿੱਛੇ ਕੀ ਸੋਚ ਸੀ ਉਹਨਾਂ ਦੀ ਉਹ ਉਹ ਕਹਿੰਦੇ ਸੀ ਇਹ ਜਾਣ ਬੁੱਝ ਕੇ ਬਣੇ ਆ ਇਹ ਨਕਲੀ ਲੋਗ ਹੈ ਇਹ ਤਾਂ ਅੱਛੇ ਖਾਸੇ ਆਦਮੀ ਹੈ ਹੈਨਾ ਔਰ ਥਰਡ ਜੈਂਡਰ ਦਾ ਕੋਈ ਕਨਸੈਪਟ ਨਹੀਂ ਸੀ ਉਹਨਾਂ ਦੇ ਬਟ ਉਹਨਾਂ ਨੂੰ ਇਹ ਪਤਾ ਨਹੀਂ ਸੀ ਇੰਡੀਅਨ ਜਿਹੜੇ ਫਿਲਾਸਫੀ ਇੰਡੀਅਨ ਜਿਹੜੇ ਸੰਸਕ੍ਰਿਤੀ ਹੈ ਜਿਹੜੇ ਭਾਰਤੀ ਸੰਸਕ੍ਰਿਤੀ ਇਹਦੇ ਵਿੱਚ ਕਿੰਨਰ ਦਾ ਬੜਾ ਮਹੱਤਵ ਹੈ ਹਮਮ ਜਦੋਂ ਵੀ ਕੋਈ ਕਿਸੇ ਕਹਾਣੀ ਬਿਨਾ ਕਿੰਨਰ ਤੋਂ ਪੂਰੀ ਨਹੀਂ ਹੁੰਦੀ ਸੀ ਤੁਹਾਨੂੰ ਪਤਾ ਕਿ ਭਗਵਾਨ ਬਦਰੀ ਵਿਸ਼ਾਲ ਨਾ ਬਦਰੀਨਾਥ ਵਿੱਚ ਜਦੋਂ ਭਗਵਾਨ ਵਿਸ਼ਨੂੰ ਦੀ ਪੂਜਾ ਹੁੰਦੀ ਨਾਲ ਹੀ ਲక్ష్ਮੀ ਦਾ ਵੀ ਮੰਦਿਰ ਹੈਗਾ ਮਾਤਾ ਲక్ష్ਮੀ ਦਾ ਵੀ ਸੋ ਮਾਤਾ ਲక్ష్ਮੀ ਦਾ ਜਦੋਂ ਸਵੇਰੇ ਅਭਿਸ਼ੇਕ ਹੁੰਦਾ ਹੈ ਤੇ ਜਿਹੜੇ ਪੰਡੇ ਹੈ ਉਹ ਔਰਤ ਬਣ ਕੇ ਜਾਂਦੇ ਹੂੰ ਕਿਉਂਕਿ ਮਾਤਾ ਲక్ష్ਮੀ ਦੇ ਸਾਹਮਣੇ ਤਾਂ ਕੋਈ ਪੁਰਸ਼ ਕਪੜੇ ਨਹੀਂ ਚੇਂਜ ਕਰ ਸਕਦਾ ਨਾ ਉਹਨਾਂ ਦੇ ਕੋਈ ਉਹਨਾਂ ਦੇ ਵਸਤਰ ਚੇਂਜ ਕਰੇਗਾ ਸੋ ਦੈਟ ਇਜ਼ ਰੌਂਗ ਐਂਡ ਫੀਮੇਲ ਨਹੀਂ ਜਾ ਸਕਦੇ ਸੋ ਪੁਰਸ਼ ਜਿਹੜੇ ਹੈ ਉਹ ਫੀਮੇਲ ਬਣ ਕੇ ਜਾਂਦੇ ਹਨ ਉਹਨਾਂ ਦੇ ਵਾਲ ਤਾਂ ਲੰਬੇ ਹੁੰਦੇ ਹੀ ਹਨ ਬਸ ਉਹ ਸਾੜੀ ਪਾ ਲੈਂਦੇ ਹਨ ਐਂਡ ਉਹ ਉਹਨਾਂ ਨੂੰ સ્ਨਾਣ ਕਰਵਾਉਂਦੇ ਕੱਪੜੇ ਚੇਂਜ ਕਰਦੇ ਇਹ ਸਾਰੀ ਜਿਹੜੀ ਫਿਲਾਸਫੀ ਹੈ ਨਾ ਬੜੀ ਬਹੁਤ ਹੀ ਇੰਟਰਸਟਿੰਗ ਹੈ बिकॉज़ ਮੈਂ ਤਾਂ ਇੰਨਾ ਟਾਈਮ ਨਹੀਂ ਕਿ ਵੈਦਿਕ ਪਰੰਪਰਾਵਾਂ ਨੂੰ ਸੰਸਕ੍ਰਿਤ ਨੂੰ ਭਾਰਤੀ ਸੰਸਕ੍ਰਿਤ ਨੂੰ ਇੱਥੇ ਕੋਈ ਐਕਸਪਲੇਨ ਕੀਤਾ ਜਾਵੇ ਸੋ ਆਈ ਪ੍ਰਾਊਡ ਟੂ ਬੀ ਇੰਡੀਅਨ Uh, मैं फॉरेन कंट्रीज विजिट की यूरोपियन कंट्रीज में काफ़ी बार गई हैं मैं लगता है कि यूरोपियन कंट्रीज से ज्यादा डिस्क्रिमिनेशन है इंडिया से काटा है hmm. मेरे पासपोर्ट टी लिखा है ठीक है ना ट्रांसजेंडर जो तो मैं यूरोप गई तो वो बार बार मैंने यही टी की है ट्रांसजेंडर वास्ते नहीं।, no. नहीं है ਉਹ ਕਹਿੰਦੇ ਤੁਸੀਂ ਇਦਾਂ ਕਿਉਂ ਮੰਨ ਠੀਕ ਹੈ ਗੇ ਠੀਕ ਹੈ ਤੁਸੀਂ ਬੰਦਾ ਬੰਦੇ ਨੂੰ ਪਸੰਦ ਕਰਦੇ ਕੁੜੀ ਕੁੜੀ ਨੂੰ ਪਸੰਦ ਕਰ ਠੀਕ ਹੈ ਬਟ ਇਹ ਪਹਿਲੇ ਤਾਂ ਪੈਦਾ ਬੰਦੇ ਫਿਰ ਔਰਤ ਬਣ ਗਏ ਫਿਰ ਬੰਦੇ ਨੂੰ ਪਸੰਦ ਕੀਤਾ ਇਹ ਕਿਹ ਚੱਕਰ ਹੈ ਸਿੱਧਾ ਬੰਦੇ ਬੰਦੇ ਨੂੰ ਕਿਉਂ ਪਸੰਦ ਕਰਦੇ ਉਹਨਾਂ ਨੂੰ ਨਹੀਂ ਪਤਾ ਕਿ ਇਹ ਟੈਕਨੀਕਲ ਬੜੀ ਪੀਚੀਦਗੀਆਂ ਹੈ ਅਰ ਬਹੁਤ سارے ਲੋਗ ਗੇ ਔਰ ਟਰਾਂਸ ਵੂਮਨ ਨੂੰ ਇੱਕੋ ਹੀ ਸਮਝਦੇ ਆ ਗੇ ਜਦੋਂ ਪੈਦਾ ਹੁੰਦਾ ਔਰ ਟਰਾਂਸ ਵੂਮਨ ਪੈਦਾ ਇੱਕੋ ਤਰ੍ਹਾਂ ਦੇ ਸਰੀਰ ਇੱਕ ਤਰ੍ਹਾਂ ਦੇ ਸਰੀਰ ਹੁੰਦੇ ਆ ਮੇਲ ਬਾਡੀ ਗੇਨ ਨੂੰ ਤੁਸੀਂ ਪੁੱਛੋਗੇ ਕਿ ਤੁਸ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਤੁਹਾਡੀ ਬਾਡੀ ਤੁਸੀਂ ਸਹੀ ਸ਼ਰੀਰ ਚ ਪੈਦਾ ਹੋਏ ਹੋ ਕਹਿੰਗੇ ਯਸ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਆਮ ਪਰਫੈਕਟ ਇਨ ਮਾਈ ਬਾਡੀ ਬਸ ਮੈਨੂੰ ਮੁੰਡਾ ਪਸੰਦ ਹੈ ਹਮ ਸੇਮ ਟਰਾਂਸ ਵੂਮਨ ਵੀ ਉਸੇ ਤਰ੍ਹਾਂ ਦੀ ਬਾਡੀ ਲੇਕਿਨ ਉਹਨੂੰ ਕਹੋਗੇ ਤੁਸੀਂ ਆਪਣੀ ਬਾਡੀ ਚ ਫਿਟ ਹੋ ਨਹੀਂ ਆਮ ਮੈਂ ਆ ਬੌਰਨ ਇਨ ਰੋਂਗ ਬਾਡੀ ਹਮ ਨਹੀਂ ਫਰਕ ਬਿਲਕੁਲ ਮੈਨੂੰ ਚੇਂਜ ਕਰਵਾਣਾ ਹੈ ਐਂਡ ਉਹ ਅਟਰੈਕਸ਼ਨ ਤਾਂ ਬਾਅਦ ਦੀ ਗੱਲਾਂ ਹਨ ਉਹ ਤਾਂ ਜਦੋਂ ਹੋਊਗੀ ਠੀਕ ਹੈ ਲੇਕਿਨ ਸਭ ਤੋਂ ਪਹਿਲਾਂ ਆਪਣੀ ਬੋਡੀ ਨੂੰ ਚੇਂਜ ਕਰਨਾ ਯੈਸ ਆਮ ਨਾਟ ਇਨ ਆਮ ਆਮ ਨਾਟ ਫਿਟ ਇਨ ਥਿਸ ਬੋਡੀ ਉਹ ਹਮੇਸ਼ਾ ਰਹਿੰਦਾ ਜਾਂ ਟੀਜ਼ ਦੇਣਾ ਬਾਰ ਬਾਰ ਦਰਦ ਕਰਦਾ ਹੈ ਬ੍ਰੇਨ ਦਾ ਦਰਦ ਬੜਾ ਖਾਪ ਹੁੰਦਾ ਹਮ ਹੈਨਾ ਬੋਡੀ ਦਾ ਦਰਦ ਹੈ ਨਾ ਉਹਨੂੰ ਪਤਾ ਵੀ ਇੱਥੋਂ ਠੀਕ ਕਰ ਦੇਣਾ ਇਸ ਲੇਕਿਨ ਬ੍ਰੇਨ ਜਦ ਪਤਾ ਹੀ ਨਹੀਂ ਕਿੱਥੇ ਠੀਕ ਕਰਨਾ ਹੈ ਮੈਡੀਸਿਨ ਖਾਈ ਜੋ ਖਾਈ ਜੋ ਖਾਈ ਜੋ ਕਿੰਨਾ ਕ ਠੀਕ ਪਾਗਲ ਹੋ ਜਾਏਗਾ ਬੰਦਾ ਹੈ ਮੈਂ ਤੁਸੀਂ ਇੰਨੇ ਪੋਲੀਟੀਸ਼ੀਅਨਸ ਨੂੰ ਮਿਲਿਓ ਆਪਣੀ ਲਾਈਫ 'ਚ ਇੰਨੇ ਸੈਲੀਬ੍ਰਿਟੀਜ਼ ਨੂੰ ਮਿਲਿਓ ਅਸਲੀ ਚਿਹਰਾ ਤੇ ਇੱਕ ਵਾਰੀ ਮਿਲਣ ਵਾਲੇ ਚਿਹਰੇ 'ਚ ਕਿੰਨਾ ਫਰਕ ਹੈ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਇਸ ਇਸ ਸੈਲੀਬ੍ਰਿਟੀ ਦੁਨੀਆ ਦੇ ਨਾਲ ਕਿ ਲੋਕ ਜਦੋਂ ਮਿਲਦੇ ਨੇ ਇੱਕ ਵਾਰ ਲਈ ਕੀ ਕੁਝ ਬੋਲ ਜਾਂਦੇ ਨੇ ਅਸਲੀ ਚ ਕਿੰਨੇ ਕ ਪਰਸੈਂਟ ਤੁਹਾਡਾ ਖੜਦੇ ਨੇ ਦੇਖੋ ਅਸੀਂ ਤਾਂ ਘਾਟ ਘਾਟ ਦਾ ਪਾਣੀ ਪੀਤਾ ਤੇ ਸਾਰੀ ਦੁਨੀਆ ਉਹ ਵੀ ਆਮ ਇਨਸਾਨ ਤੋਂ ਆਉਂਦੇ ਹੈ ਪੋਲੀਟੀਸ਼ੀਅਨ ਹੋ ਗਏ ਭਾਵੇਂ ਸੈਲੀਬ੍ਰਿਟੀ ਹੈ सेलिब्रिटी या पॉलिटिशियंस ठीक है आ, हो गए फेमस हो गए लेकिन इंसान आए तो उसी जगह तो ही है ना पढ़ाई तो अब ब्रिंगिंग तो उसी समाज से हुई है जी है ना सोच वही लेके आए हुन उन्हें डर हुंदा है assi सेलिब्रिटी है ਸਾਡੇ ਤੋਂ ਇੱਕ ਸਾਡੇ ਮੂੰਹ 'ਚ ਕੋਈ ਵੀ ਥੋੜਾ ਜਿਹਾ ਗਲਤ ਇਨਾਂ ਦੇ ਬਾਜ਼ ਨਿਕਲ ਗਿਆ ਤੇ ਸਾਰੇ ਪਬਲਿਕ 'ਚ ਜਾਣਾ ਹਮ ਬੇਸ਼ੱਕ ਆਫ ਆਫ ਦਾ ਰਿਕਾਰਡ on the record they are always good mm -hmm. off the record ਕਹਿੰਦਾ ਯਾਰ ਇਹ ਤਾਂ ਅਹੀਂ ਬਸ ਮੈਨੂੰ ਕੋਈ ਕਹਿੰਦਾ ਯਾਰ ਉਹਨਾਂ ਨੂੰ ਪੁੱਛ ਲੈਂਦੇ ਨੇ ਜਿਹਨਾਂ ਨੂੰ ਸਾਨੂੰ ਪਤਾ ਵੀ ਕਈ ਵਾਰੀ ਪਤਾ ਲੱਗਿਆ ਹੈ ਕਿ ਵੀ ਤੁਸੀਂ ਉਹਨਾਂ ਦੇ ਨਾਲ ਬਹੁਤ ਕੀ ਗੱਲ ਹੈ ਤੁਸੀਂ ਵੀ ਉਦਾਂ ਦੇ ਹੋ ਗਏ ਹੋ ਇਹਨਾਂ ਬਸ politicans ਇੱਕ ਸਹੀ ਹਿਊਮਨ ਰਾਈਟਸ ਹਿਊਮਨ ਰਾਈਟਸ ਦਾ ਐਡਵੋਕੇਟ ਜੀ ਹੈ ਨਾ ਸੋ ਕਹਿੰਦਾ ਕਮਰੇ 'ਚ ਬੈਠੇ ਸੀ ਮੈਂ ਵੀ ਸੁਣ ਲਈ ਮੈਨੂੰ ਦੂਸਰੇ ਕਮਰੇ 'ਚ ਮੈਨੂੰ ਬਿਠਾਇਆ ਸੀ ਨਾ ਇਕੁਅਲੀ ਨਹੀਂ ਬਿਠਾਇਆ ਸੀ ਬਹੁਤ ਪੁਰਾਣੀ ਗੱਲ ਹੈ 10 12 ਸਾਲ ਦੀ ਸੋ ਕਹਿੰਦਾ ਯਾਰ ਅਸੀਂ ਹਿਊਮਨ ਰਾਈਟ ਐਕਟਿਵਿਸਟ ਹੈ ਤਾਂ ਬੋਲਣਾ ਪੈ ਰਿਹਾ ਨਾ ਅਨ ਕੈਮਰਿਜ ਨਿਊਜ਼ ਚੈਨਲ ਵਿੱਚ ਸਾਫ਼ ਕਹਿੰਦਾ ਹੈ ਕਹਿੰਦੇ ਅਸੀਂ ਹਮ ਲੋਕ ਤੋਂ ਹਿਊਮਨ ਰਾਈਟਸ ਦੇ ਲਗਾਮ ਕੇ ਤੋਂ ਇਸ ਲਈ ਬੋਲਣਾ ਹੈ ਅਮੀ ਮਜਬੂਰੀ ਸਮਝ ਲਈ ਮਤਲਬ ਇੱਕ ਕਹਿੰਦੇ ਕਿ ਮਜਬੂਰੀ 'ਚ ਬੋਲਣਾ ਪੈ ਰਿਹਾ ਆਦਰਵਾਇਜ਼

वो तो औरत से भी औरत को भी पीछा छोड़ बिल्कुल है ना सो so, वो कंपटीशन बढ़ जाता है एक औरत का और ट्रान, वुमन का, एक मर्द है कोई अब वो मर्द है वो फीमेल की तरफ भी कह, क्योंकि वो दोनों की तरफ भागेगा उसको लेगा कि यार फीमेल्स तो मेरा आगे जनरेशन चलेगी लेकिन इससे भी मजा ले लेते हैं आ, बिल्कुल है ना सो so, ये जो चीजें हैं ना अब सोचो अफगानिस्तान में इन तरह की बहुत सारी परम्पराएंतिक कबीलों में कि बच्चाखोर लोग होते थे उनकी बीवियां भी होती हैं। लेकिन वो एक ट्रांस को भी रखते थे उसको बच्चा खोर बना मतलब ऐसे शब्द ऐसे बोले अब मैं इस आपके चैनल में बोल लौंडे बाजी भी होती थी है ना अब वो लौंडा ही बोलते थे तो उनको करना सब कुछ था लेकिन समाज के सामने वो पूरा मूछे तान के रखते थे ऐसे ही अभी भी, आज, है। भी आज भी हैं आज भी ऐसे ही हैं कुछ बड़े लोग भी ऐसे हैं जो बहुत सारे आप जानते हैं उनको बहुत सारे लोग हैं जो पब्लिकली नहीं बताते, नहीं बताते, पब्लिकली नहीं शर्म महसूस करते हैं बहुत सारे ऐसे लोग हैं जो पब्लिकली कहेंगे नहीं यार। इस तो मेरा दिन रात ऐसी एक थी ना पिक्चर थी चित्रलेखा मीना कुमार की और अशोक कुमार की तो उसमें महमूद भी था तो महमूद से चित्रलेखा पूछती है कि तुम्हें किसने भेज दिया तुम्हें क्या करने या मगध में भेजा आपको पता चित्रलेखा एक वैश्या थी है ना नगर वधु थी जी और ये ढाई हजार साल पहले की बात है और उस समय नगर वधु और वेश्या का बहुत उच्च स्थान था जी एक वो चुना जाता था उसको तो जब मगध में वो एक ब्रह्मचारी आता महमूद जी वन, महमूद जो रूल करता ब्रह्मचारी का तो उससे मीना कुमारी पूछती तुम्हें क्यों यहाँ भेज दिया कहते मेरे गुरुजी ने भेजा है पाप और पुण्य का पता करने मगध में कहते अरे मेरे पास क्यों नहीं भेज दिया है ना <laughs> कहते तो मेरे से ज्यादा कौन जानता होगा पाप और पुण्य का बिल्कुल यहाँ तो रात को पूरा काला बन के और सुबह सफेद बन के जाते हैं सो है so, हमसे ज्यादा कौन जानता हो कौन सफेद पोष है कौन काले पोष में आता है कौन जाता है और कौन कौन क्या क्या हमारे साथ किया है जिन लोगों ने आज वो बड़े अच्छे एडवोकेसी कर्मों का फल नहीं मिलता उनको जैसे कहते हैं आपकी दुआ और दोनों बड़ी जल्दी मिलती है क्यों नहीं मिलती हैं बहुत सारे मेरे तो मेरे अपने ही लोगों ने जो मेरे बचपन में जिन्होंने मेरे खुद के रिश्तेदारों ने किया वो तो मर गए सब <laughs> कोई एक्सीडेंट हो गया मर कुछ मरा कुछ मैं उम्मीद करता हूँ कि आपकी कम्युनिटी के लिए मैं कहीं भी आपके काम आ सकू क्योंकि मेरे को ये लगता है कि जैसे आपने कुदरत की बात की है है ना कुदरत है जो वो हमें हर चीज़ से मोहब्बत करनी चाहिए जो कुदरत सी बनी है बस मैं एक लास्ट में कहूँगी कि देखो आ, इतना संघर्ष करने बाद यूनिवर्सिटी में आने के बाद फ्री एजुकेशन यूनिवर्सिटी जो यूनिवर्सिटी ने कहा था कि सच काइंड ऑफ एक्टिविटी शुड नॉट अलाउड इन दिस एजुकेशनल इंस्टीट्यूशन एजुकेशनल इंस्टीट्यूशन वही यूनिवर्सिटी 2018-19 तक आते थे प्राइड का हिस्सा बनी और 2016 में इंडिया का सबसे पहला वॉशरूम जो है ना सेपरेट वॉशरूम यूनिवर्सिटी पंजाब यूनिवर्सिटी में बना फिर फ्री एजुकेशन हुआ सेपरेट फ्री हॉस्टल बने जो हमें अरेंज किया गया उसके बाद अब एडिशनल सीट्स हो गई हैं पंजाब यूनिवर्सिटी में हर एक डिपार्टमेंट में और जितने भी एफिलिएटेड कॉलेज हैं सब में एक एडिशनल सीट्स अभी पंजाब यूनिवर्सिटी ने ये सारा संघर्ष करना पड़ा ना मुझे बिल्कुल और इसके लिए लगातार मैं एजुकेशन सेक्टर में काम करती नहीं अब इसके बाद मेरा जो नेक्स्ट स्टेप है जॉब्स का एम्प्लॉयमेंट का पढ़े पढ़ने के लिए तो मैंने रास्ते खोल दिए हैं अब मुझे लगता है कि मुझे एम्प्लॉयमेंट पर काम करना है ताकि कंपनीज़ में चाहे वो गवर्नमेंट सेक्टर हो नॉन गवर्नमेंट सेक्टर है उसके लिए मैं काम कर रही हूँ अभी भी पंजाब पुलिस के लिए हमने बार बार दरवाज़ा खटाया हाईकोर्ट में जाके चंडीगढ़ पुलिस के लिए भी तो मेरे साथ के और भी लोग काम करें तो हम लोगों ने अभी ये सब पुलिस में तो कर दिया है लेकिन अभी क्या है इसमें और काम करने की ज़रूरत है मैंने बताया ना एस बनाना है स्टैंडर्ड ऑपरेटिंग प्रोसीज़र जो एस बनेंगे तब जाके काम ठीक होगा अदरवाइज नहीं रूल एंड रेगुलेशन होना चाहिए अवेयरनेस है एस को डी को इनको पता होना चाहिए कि टी सर्टिफिकेट देना है हमें है ना पंजाब में बहुत सारी जगहों पे डीएम नहीं देते हैं सर्टिफिकेट वो लड़के की मतलब ड्रेस देख के कहते हैं तुम तो ट्रांसजेंडर नहीं हो सो so, उनको समझना होगा ये दिस इज़ सेल्फ डिक्लेरेशन ना सेल्फ आइडेंटिटी है और वो खुद डिसाइड करेगा अगर उनको पता नहीं तो एक्ट पढ़े हूँ उसमें लॉ में सारा लिखा कि इट इज़ सेल्फ डिक्लेरेशन आइडेंटिटी बताना खुद ही तो बताएंगे ना जान आब, के क्यों बनते हैं हम लोग टीजी टीजी अब अब देखो जब धीरे धीरे आने वाले इस पर भी अंकुश लग जाएगा इस पे भी आ, क्वेश्चन मार्क लग जाएगा और बहुत कम लोग रह जाएंगे आप देखना एक दिन क्यों क्योंकि जब धीरे धीरे आइडेंटिटी कार्ड मिलना शुरू हो जाएंगे ना ठीक है सबके अपने और आइडेंटिटी मिल जाएगी जॉब मिल जाएगी फिर उनमें से जो मजबूरी से जो जा रहे हैं वो भी निकल जाएंगे उनमें सिर्फ फेक लोग रह जाएंगे जैसा मेल फीमेल भी भीख मांगते घूम रहे हैं ना तो इसी तरह वो फिर कुछ लोग रह जाएंगे उनको वो तो अपनी जिंदगी काट लें लेकिन पता लग जाएगा ये फेक है अगर जब आईडी कार्ड बन जाएंगे हाँ आईडी कार्ड है जॉब्स का भी एजुकेशन जब तक ये जितने भी अदारे है ना सा जेड़े अदारे ने जो एजुकेशन हो गई एम्प्लॉयमेंट हो गई हाउसिंग है कि हेल्थ है सारे सैक्टर जो काम करना शुरू हो जाएगा ना और लोगों को पता लगना शुरू हो जाए रियल ट्रांस लोग हैं उन्होंने पता लगना लगे भी सानू सब कुछ मिल रहा है और फिर उत्थे जाएंगे नहीं ਅਸੀਂ ਦੇ ਆਪਣੇ ਇਧਰ ਉੱਥੇ ਕੌਣ ਰਹਿ ਜਾਏਗਾ ਜਿਨ੍ਹਾਂ ਨੂੰ ਪਤਾ ਵੀ ਆਡੈਂਟੀਟੀ ਚੇਂਜ ਨਹੀਂ ਕਰ ਸਕਦੇ ਸੀ ਸਹੀ ਗੱਲ ਹੈ ਫਿਰ ਤੁਸੀਂ ਪੁਲਿਸ ਵਾਲਾ ਕੋਈ ਵੀ ਜਾ ਕੇ ਫੜੇ ਇਧਰ ਆ ਵੀ ਆਪਣਾ ਆਡੈਂਟੀਟੀ ਕਾਰਡ ਦਿਖਾ ਸਹੀ ਸਹੀ ਗੱਲ ਮਤਲਬ ਵਧੀਆ ਚੀਜ਼ ਹੋ ਜਾਈਏ ਅਗਰ ਇਹ ਹੋ ਜਾਂਦਾ ਸੋ ਇਹ ਚੀਜ਼ ਚਾ ਹੁਣ ਹੋਲੀ ਬੜੀ ਆਨ ਤੇ ਟਾਈਮ ਤੇ ਨਾ ਦੇਖੋ ਅਜੇ ਤਾਂ ਓਵਰਨਾਈਟ ਤੱਕ ਕੁਝ ਨਹੀਂ ਬਦਲਦਾ 2020 ਚ ਤਾਂ ਐਕਟ ਬਣਿਆ ਹੈਗਾ ਹਜੇ ਤਾਂ ਸਰਕਾਰ ਨੂੰ ਨਹੀਂ ਪਤਾ ਸੀ ਕਰਨਾ ਕੀ ਮੈਂ ਐਕਟ ਤੇ ਹਜੇ ਬਿਲਕੁਲ ਮੈਂ ਜੀ ਬਹੁਤ ਸਾਰੀ ਡੀਐਮ ਐਸਡੀਐਮ ਕੋਲ ਜਾਂਦੀ ਹਾਂ ਉਹਨਾਂ ਨੂੰ ਆਪ ਨਹੀਂ ਪਤਾ ਅੱਛਾ ਐਕਟ ਵੀ ਹੈਗਾ ਹੂੰ ਇਹਦੇ ਕਮੀ ਕਿਉਂ ਹੈ ਇਹ ਅ ਅਵੇਰਨੈਸ ਨਹੀਂ ਹੈ ਇਹ ਸਰਕਾਰ ਦੀ ਰਿਸਪੌਂਸਿਬਿਲਟੀ ਵੀ ਹੈ ਰੇਡੀਓ ਜੇ ਤੁਸੀਂ ਬੇਟੀ ਬਚਾਓ ਬੇਟੀ ਪੜ੍ਹਾਓ ਕਰਦੇ ਆ ਬਹੁਤ ਅੱਛੀ ਗੱਲ ਹੈ ਲੇਕਿਨ 트랜ਸ ਜੈਂਡਰ ਨੂੰ ਬਚਾਓ 트랜ਸ ਜੈਂਡਰ ਨੂੰ ਪੜ੍ਹਾਓ 트랜ਸ ਜੈਂਡਰ ਨੂੰ 엠ਪਲੋਇਮੈਂਟ ਦੋ ਛੋਟੇ ਛੋਟੇ ਐਡਸ ਜਿਹੜੀਆਂ ਚਾਹ ਦੀ ਕੈਡ ਸੀ ਆਈ ਸੀ ਲੈਫਟਨ ਦੀ ਪਤਾ ਨਹੀਂ ਕਿਹੜੀ ਸੀਗੀ ਰੈਡ ਰੈਡ ਲੇਬਲ ਦੀ ਉਹਦੇ ਵਿੱਚ 트랜ਸ ਜੈਂਡਰ ਚਾਹੇ ਲੈ ਕੇ ਆਉਂਦੀ ਹੈ ਅੱਛਾ ਐਡ ਵਿੱਚ ਕੁਝ ਹੋਰ ਇੱਕ ਐਡ ਸੀ ਜਿਹਦੇ ਤੋਂ 트랜ਸ ਜੈਂਡਰ ਨੂੰ ਦਿਖਾਏਗਾ ਜੀ ਸੋ ਉਹ ਉਹ ਜਦੋਂ ਇਦਾਂ ਦੀ ਐਡਸ ਆਣਗੇ ਨਾ ਤਾਂ ਇਨਕਲੂਸਿਵਿਟੀ ਬਿਲਕੁਲ ਇਨਕਲੂਜਨ ਹੋਏਗਾ ਐਡ ਵਿੱਚ ਵੀ ਐਂਡ ਮੈਸੇਜ ਜਾਏਗਾ ਪਬਲਿਕ 'ਚ ਕਿ ਵੀ ਕੈਨ ਡੂ एवरीथिंग ਸਾਡੇ ਚੰਡੀਗੜ੍ਹ ਵਿੱਚ ਚਾਰ ਪੰਜ ਐਸੇ ਟ੍ਰਾਂਜ਼ੀਐਂਟ ਜੇਬ ਮਤਲਬ ਚਾਹ ਦੀ ਦੁਕਾਨ ਚਲਾਉਂਦੇ ਤੁਹਾਨੂੰ ਕਦੀ ਟਾਈਮ ਲੱਗੇ ਆ ਤੁਸੀਂ ਜ਼ਰੂਰ ਇੱਥੇ ਲਾਂਤੇ ਦੇ ਸਾਹਮਣੇ ਕੰਮ ਹੋਣਾ ਹੈ ਉਹ ਚਾਹ ਦੀ ਛੀਤ ਨੇ ਉਹਦੇ ਨਾਲ ਹੀ ਇੱਕ ਹੋਰ ਵਿਜੇਤਾ ਹੈ ਡਿੰਪਲ ਸਾਰੇ ਚਾਹ ਚਾਹ بیچਦੇ ਆ ਤੁਸੀਂ ਉਹਨਾਂ ਕੋਲ ਬੈਠ ਕੇ ਚਾਹ ਪੀਣਾ ਸੋ ਉਹ ਲੋਕ ਆਪਣਾ ਮਿਹਨਤ ਕਰਕੇ ਕੰਮ ਕਰ ਰਹੇ ਆ ਪੱਕਾ ਜਾਊਗਾ ਮੈਨੂੰ ਲੱਗੇ ਪੰਜਾਬ ਦਾ ਪਹਿਲਾ ਪੋਡਕਾਸਟ ਹੈ ਜੀ ਪੰਜਾਬ ਚ ਇਹ ਪਹਿਲਾ ਪੋਡਕਾਸਟ ਹੈ ਜਿਹੜਾ ਸੀ ਇੰਨੀ ਡਿਸਕਸ਼ਨ ਖੁੱਲ ਕੇ ਕੀਤੀ ਹੈ ਤੇ ਲੋਕਾਂ ਦੇ ਹੁਣ ਕੀ ਵਿਚਾਰ ਨੇ ਆਪਾਂ ਪੜਾਂਗੇ ਔਰ ਮੈਨੂੰ ਇਹ ਹੁੰਦਾ ਹੈ ਕਿ ਹਰ ਟੌਪਿਕ ਤੇ ਗੱਲ ਰੱਖੀ ਜਾਵੇ ਔਰ ਲੋਕ ਆਪਣੀ ਸਰਲ ਭਾਸ਼ਾ ਦੇ ਵਿੱਚ ਵਧੀਆ ਭਾਸ਼ਾ ਦੇ ਵਿੱਚ ਆਪਣਾ ਵੀ ਸਵਾਲ ਰੱਖਣ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਨੂੰ ਫਿਰ ਦੂਜੇ ਪੋਡਕਾਸਟ ਲਈ ਵੀ ਟਾਈਮ ਦਿਓਗੇ ਬਿਲਕੁਲ ਬਿਲਕੁਲ ਮੈਂ ਲਗਦਾ ਮੈਂ ਸਹੀ ਕਹੂੰਗਾ ਦੁਨੀਆਂ ਤੋਂ ਵੀ ਵੀ डोंਟ ਨੀਡ ਐਨੀ ਸਪੈਸ਼ਲ ਰਾਈਟਸ ਵੀ ਨੀਡ ਓਨਲੀ ਐਕਸੈਪਟੈਂਸ ਸੋ ਨੇ ਐਕਸੈਪਟੈਂਸ ਦੀ ਜ਼ਰੂਰਤ ਹੈ ਐਂਡ ਅੱਛਾ ਆ ਜੋਬ ਵੀ ਕਰ ਲਾਂਗੇ ਅਸੀਂ ਸੈਨਾ ਚ ਵੀ ਚਲੇ ਜਾਵਾਂਗੇ ਅਸੀਂ ਪੁਲਿਸ ਚ ਵੀ ਜਾਵਾਂਗੇ ਹਰ ਇੱਕ ਜਗ੍ਹਾ ਅਸੀਂ ਖੜੇ ਹਾਂ ਤੁਹਾਡੀ ਤੁਹਾਡੇ ਪਰਿਵਾਰਾਂ ਦੇ ਵਾਸਤੇ ਦੁਆਵਾਂ ਕਰਦੇ ਹਾਂ ਬੱਚੇ ਤੁਹਾਡੇ ਖੁਸ਼ ਰਹਿਣ ਅਸੀਂ ਤੁਹਾਡੇ ਪਰਿਵਾਰ ਜਿਸ ਤਰ੍ਹਾਂ ਹਰਮ ਦੀ ਰੱਖਿਆ ਕਰਦੇ ਸੀ ਪਹਿਲੇ ਤਾਂ ਹੁਣ ਤੁਹਾਡੇ ਪਰਿਵਾਰਾਂ ਦੀ ਵੀ ਅਸੀਂ ਰੱਖਿਆ ਕਰਾਂਗੇ ਸੈਨਾ ਦੇ ਵਿੱਚ ਜਾਵਾਂਗੇ ਅਸੀਂ ਜਿਹੜੇ ਸੈਨਾ ਵਿੱਚ ਹੈਗੇ ਬੱਚੇ ਆਪਣੇ ਮੇਲ ਉਹਨਾਂ ਦੇ ਆਪਣੇ ਪਰਿਵਾਰ ਨਾਲ ਵੀ ਲਿੰਕ ਹੈ ਸਾਡੇ ਅਸੀਂ ਉੱਥੇ ਖੜੇ ਨਾ ਸਾਡਾ ਕੌਣ ਹੈ ਕੋਈ ਵੀ ਨਹੀਂ ਹੈ ਹੈਨਾ ਅਸੀਂ ਤੁਸੀਂ ਬਾਰ ਬਾਰ ਇਦਾਂ ਨਾ ਕਹੋ ਤੁਹਾਡਾ ਕੌਣ ਹੈ ਮੈਨੂੰ ਚੰਗਾ ਲੱਗ ਰਿਹਾ ਤੇ ਮੈਂ ਇਹ ਉਮੀਦ ਕਰਦਾ ਕਿ ਲੋਕ ਅਕਸੈਪਟ ਕਰਨ ਤੇ ਲੋਕ ਸਮਝਣ ਪਹਿਲਾਂ ਦਾ ਕਿਉਂਕਿ ਜਿਹੜੇ ਮੇਰੇ ਮਨ ਦੇ ਸਵਾਲ ਸੀ ਮੈਂ ਸਾਰੇ ਪੁੱਛ ਲਏ ਤੁਹਾਨੂੰ ਉਦੋਂ ਲੋਕਾਂ ਦੇ ਵੀ ਜਿਹੜੇ ਮਨ ਦੇ ਸਵਾਲ ਨੇ ਆਪਸ ਵਿੱਚ ਡਿਸਕਸ਼ਨ ਕਰਨ ਵਾਲੋਂ ਜੇ ਸਿੱਧੇ ਸਵਾਲ ਰੱਖ ਦੇਣ ਕਿ ਸਾਡੇ ਇਹ ਕੁਐਸਚਨ ਤੁਸੀਂ ਸਾਨੂੰ ਜਵਾਬ ਦਿਓ ਜਾਂ ਸਾਨੂੰ ਆਪਣਾ ਪੱਖ ਰੱਖੋ ਤਾਂ ਪ੍ਰੋਬਲਮ ਸੋਲਵ ਹੋ ਸਕਦੇ ਕਿਉਂਕਿ ਅਸੀਂ 2023 ਦੇ ਯੁੱਗ ਚ ਚੱਲ ਰਿਹਾ ਇਸ ਟਾਈਮ ਤਲਵਾਰਾਂ ਚੱਕਣ ਦੀ ਤੇ ਗਾਲਾਂ ਕੱਢਣ ਦੀ ਲੋੜ ਹੀ ਨਹੀਂ ਹੈਗੀ ਟੇਬਲ ਟਾਕ ਡਿਸਕਸ਼ਨ ਕੈਨ ਸੋਲਵ एवरीथिंग ਤੁਸੀਂ ਕੁਝ ਵੀ ਟਾਪਿਕ ਲਿਆਓ ਬੈ ਕੇ ਆਪਣਾ ਸੋਲਵ ਕਰ ਲਓ ਮੈਂ ਤਾਂ ਬਸ ਪਾਰਲੀਮੈਂਟ ਦਾ ਰਸਤਾ ਦੇਖ ਰਹੀ ਹਾਂ ਸੋ ਆਈ ਰਿਕਵੈਸਟ ਟੂ 올 트랜ਸ ਜੈਂਡਰ ਕਮ ਆਊਟ ਤੁਸੀਂ ਇਲੈਕਸ਼ਨ ਲੜੋ ਹਾਂਜੀ ਉਹ ਮੈਂ ਮੈਂ ਬਾਕੀਆਂ ਨੂੰ ਵੀ ਕਹਿ ਰਹੀ ਹਾਂ ਪਾਰਲੀਮੈਂਟ ਚ ਜਾਓ ਐਂਡ ਪਾਰਲੀਮੈਂਟ ਵਿੱਚ ਪਾਰਲੀਮੈਂਟ ਵਿੱਚ ਸਾਡੇ ਕੋਈ ਨਿਮੰਨਦਗੀ ਨਹੀਂ ਹੈ ਕੋਈ ਰਿਪਰੈਜੈਂਟੇਸ਼ਨ ਨਹੀਂ ਹੈ ਸੋ ਐਟਲੀਸਟ ਕੁਝ ਲੋਕ ਹੋਣੇ ਜ਼ਰੂਰੀ ਉੱਥੇ ਜਦੋਂ ਬਿੱਲ ਪਾਸ ਹੋਇਆ ਨਾ 2000 ਵਿੱਚ ਉਸ ਟਾਈਮ ਸਾਡਾ ਕੋਈ ਵੀ ਬੰਦਾ ਉੱਥੇ ਸਹੀ ਨਹੀਂ ਸੀ 간ੀ ਸੋ ਮੈਂ 트랜스 वुमेन 트랜스 ਮੈਨ ਨੂੰ ਕਹੂੰ ਕਿ ਇਲੈਕਸ਼ਨ ਲੜਨ ਜਿੱਤਣ ਜਿੱਤਣ ਹਾਰਨ ਕੁਝ ਵੀ ਹੈ ਲੇਕਿਨ ਐਗਜ਼ਿਸਟੈਂਸ ਆਪਣੀ ਦਿਖਾਣ ਹਮ ਯੈਸ ਆਈ ਵਿਲ ਮੈਂ ਇਸ ਜਿਹੜਾ 2024 ਦਾ ਸੋਚ ਰਹੀ ਹਾਂ ਕਿ ਮੈਂ ਇਲੈਕਸ਼ਨ ਵਿੱਚ ਜਾਵਾਂ ਤੇ ਭਾਵੇਂ ਮੈਂ ਜੀਤਾਂ ਹਾਰਾਂ ਲੇਕਿਨ ਉਹਦਾ ਫਰਕ ਨਹੀਂ ਹੈ ਐਕਸਪੀਰੀਅੰਸ ਐਕਸਪੀਰੀਅੰਸ ਐਂਡ ਪਬਲਿਕ ਨਾਲ ਡੀਲ ਕਰਨਾ ਵੀ ਮੈਂ ਪਬਲਿਕ 'ਚ ਮਿਲਣਾ ਚਾਹੁੰਦੀ ਆ ਸਾਨੂੰ ਸਮਾਜ ਵਿੱਚ ਹੀ ਰਹਿਣਾ ਹੈ ਹੈਨਾ ਸਮਾਜ ਦਾ ਅਸੀਂ ਹਿੱਸਾ ਹੈਗੇ ਹਾਂ ਸਮਾਜ ਵੀ ਅੱਛਾ ਬੁਰਾ ਜੋ ਵੀ ਹੈ ਅਸੀਂ ਨਾਲ ਇਕੱਠੇ ਹੀ ਰਹਿਣਾ ਐਂਡ ਐਂਡ ਭਾਰਤ ਜਿਹੜਾ ਹੈ ਉਹ ਡੈਮੋਕ੍ਰੈਟਿਕ ਕੰਟਰੀ ਹੈ ਸਾਰਿਆਂ ਨੂੰ ਰਾਈਟਸ ਹੈ ਬਹੁਤ ਵਧੀਆ ਲੱਗਿਆ ਮੈਮ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਪਹਿਲੀ ਗੱਲ ਜਿਹੜਾ ਪੰਜਾਬੀ ਦੀ ਤੁਸੀਂ ਕੀਤਾ ਨਾ ਉਹਨਾਂ ਪੰਜਾਬੀ ਚ ਬਹੁਤ ਸਵਾਦ ਆ ਵਿੱਚ ਵਿੱਚ ਮੈਂ ਹਿੰਦੀ ਚ ਚਲ ਜਾਂਦਾ ਸੀ ਕਿ ਤੁਸੀਂ ਫਿਰ ਪੰਜਾਬੀ ਚ ਲੈ ਆਉਂਦੇ ਸੀ ਬਹੁਤ ਵਧੀਆ ਲੱਗਿਆ ਜੀ ਤੁਹਾਨੂੰ ਮਿਲ ਕੇ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਮੈਂ ਸਰੋਤਿਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਤੁਹਾਡੇ ਕੀ ਸਵਾਲ ਨੇ ਕੀ ਤੁਹਾਡਾ ਸਪੌਟਕਾਸਟ ਨੂੰ ਲੈ ਕੇ ਤੁਹਾਡੇ ਮਨ ਚ ਕੀ ਵਿਚਾਰ ਨੇ ਤੁਸੀਂ ਆਪਣੇ ਵਧੀਆ ਭਾਸ਼ਾ ਦੇ ਵਿੱਚ ਰੱਖ ਸਕਦੇ ਹੋ ਤੇ ਪੋਡਕਾਸਟ ਦੇਖਦੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਹੁਤ ਬਹੁਤ ਧੰਨਵਾਦ ਇਦਾਂ ਹੀ ਗੈਸਟ ਆਉਂਦੇ ਰਹਿਣਗੇ ਤੇ ਸਿੱਖਦੇ ਰਵਾਂਗੇ ਇੰਡੀਆ ਨੂੰ ਹੋਰ ਅੱਗੇ ਲਿਜਾਣ ਲਈ ਤੇ ਤਰੱਕੀ ਕਰਨ ਲਈ ਖੁਸ਼ ਰਹਿਣ ਲਈ ਅਸੀਂ ਪੋਡਕਾਸਟਿੰਗ ਕਰਦੇ ਰਹਿਾਂਗੇ ਥੈਂਕ ਯੂ